ਨਮਸਕਾਰ ਨਮਸਕਾਰ ਦੋਸਤੋ ਕਨੇ ਹੋ ਤੋ ਸਭ ਉਮੀਦ ਹੈ ਪ੍ਰੀਖਿਆ ਦੀ ਤਿਆਰੀ ਸ਼ੈਲ ਚਲਾ ਕਰਦੀ ਹੋਣੀ ਇਹ ਪ੍ਰੀਖਿਆ ਪਰ ਚਰਚਾ ਦਾ ਪਹਿਲਾ ਵਰਚੁਅਲ ਐਡੀਸ਼ਨ ਹੈ ਤੋ ਜਾਣਦੇ ਹੋ ਅੱਜ ਪਿਛਲੇ ਇੱਕ ਬਰੇ ਥਵਾ ਕਰੋਨਾ ਚ ਜੀਆ ਕਰਨੇ ਆ ਤੇ ਉਹਦੇ ਕਾਰਨ ਹਰ ਕੁਸੇ ਦੀ ਨਵਾਂ ਨਵਾਂ ਇਨੋਵੇਸ਼ਨ ਕਰਨਾ ਪਾਵਾ ਕਰਦਾ ਹੈ ਮੀਗੀ ਵੀ ਤੁਸੇ ਲੋਕੇ ਕਰਨਾ ਹੈ ਮਿਲਨੇ ਦਾ ਮੂਹ ਇਸ ਵਾਰੀ ਛੋੜਨਾ ਪਾਵਾ ਕਰਦਾ ਹੈ ਤੇ ਮੀਗੀ ਵੀ ਇੱਕ ਨਵੇਂ ਫਾਰਮੈਟ ਚ ਤੁੰਦੇ ਮਜਾ ਟਿਆਉਣਾ ਪਵਾ ਕਰਦਾ ਤੇ ਤੁੰਦੇ ਕੰਨਾ ਰੂਬਰੂ ਨਹੀਂ ਮਿਲਣਾ ਤੁੰਦੇ ਮੋਹਾਂ ਦੇ ਦੀ ਖੁਸ਼ੀ ਨਹੀਂ ਦਿਖਣੀ ਤੁੰਦਾ ਉਮੰਗ ਤੇ ਉਤਸ਼ਾਹ ਅਨੁਭਵ ਨਹੀਂ ਕਰਨਾ ਇਹ ਆਪਣੇ ਆਪ ਵਿੱਚ ਮੇਰੇ ਲਈ ਬੜਾ ਵੱਡਾ ਲਾਸ ਹੈ ਪਰ ਫੀ ਵੀ ਪ੍ਰੀਖਿਆ ਤਾਂ ਹੈਗਾ ਤੂਸੋ ਮੇ ਆ ਪ੍ਰੀਖਿਆ ਹੈ ਤਾਂ ਵੀ ਖਰਾ ਹੈ ਜਿਐਸ ਪ੍ਰੀਖਿਆ ਪਰ ਚਰਚਾ ਕੰਟੀਨਿਊ ਕਰਗੇ ਤੇ ਇਸ ਬਰੈ ਵੀ ਬ੍ਰੇਕ ਨਹੀਂ ਲੱਗੇ ਹੁਣਸ ਆਪਣੀ ਗੱਲਬਾਤ ਦਾ سلسلہ ਸ਼ੁਰੂ ਕਰਨ ਜਾ ਕਰਨੇ ਆ ਇੱਕ ਗੱਲ ਮੈਂ ਸ਼ੁਰੂ ਚ ਜ਼ਰੂਰ ਦੇਸ਼ਵਾਸੀ ਕੀ ਦੱਸਣਾ ਚਾਹਨਾ ਤੇ ਗਾਰਡੀయన్స్ ਕੀ ਵੀ ਦੱਸਣਾ ਚਾਹਨਾ ਅਧਿਆਪਕਿਕ ਵੀ ਦੱਸਣਾ ਚਾਹਨਾ ਇਹ ਪ੍ਰੀਖਿਆ ਪਰ ਚਰਚਾ ਹੈ ਪਰ ਸਿਰਫ ਪ੍ਰੀਖਿਆ ਦੀ ਗੱਲ ਚਰਚਾ ਨਹੀਂ ਹੈ ਮਤਿਆਂ ਸਾਰੀਆਂ ਗੱਲਾਂ ਹੋਈ ਸਕਦੀਆਂ ਨੇ ਇੱਕ ਹਲਕਾ ਫੁਲਕਾ ਮਾਹੌਲ ਬਣਾਉਣਾ ਹੈ ਇੱਕ ਨਵਾਂ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਤੇ ਜੀਆਂ ਆਪਣੇ ਘਰੇ ਚ ਬਈਆਂ ਗੱਲਾਂ ਕਰਨੇ ਆ ਆਪਣੇ ਦੇ ਵਿੱਚ ਬਈਏ ਗੱਲਾਂ ਕਰਨੇ ਆ ਦੋਸਤੇ ਮਿੱਤਰੇ ਕੰਨੇ ਗੱਲ ਕਰਨੇ ਆ ਆਓ ਅਸਬੀ ਇੰਗੇ ਗੱਲ ਕਰਨੇ ਆਜ। ਆਨਰੇਬਲ ਪੀਐਮ ਸਰ ਨਮਸਕਾਰ। ਮੇਰਾ ਨਾਮ ਪੱਲਵੀ ਹੈ। ਮੈਂ ਨੌਮੀਜ ਬਾਤ ਪੜਾ ਕਰਨੀ ਆ। ਸਰ ਅਕਸਰ ਨਿਆ ਮਹਿਸੂਸ ਕਰਨੇ ਆ ਜੇ ਪੜਾਈ ਠੀਕ ਚਲਾ ਕਰਦੀ ਹੁੰਦੀ ਹੈ। ਪਰ ਜੀਆਂ ਕੇ ਮਤਿਆਨ ਨੇੜੇ ਆਉਂਦੇ ਨ ਬੜੀ ਕੀ ਤਣਾਅਪੂਰਨ ਸਥਿਤੀ ਹੋ ਜਾਂਦੀ ਹੈ। ਕਿਰਪਾ ਕਰਿਏ ਇਹਦੇ ਆਸਤੇ ਕੋਈ ਉਪਾਅ ਦੱਸੋ ਸਰ। ਮਤਾ ਧੰਨਵਾਦ। ਧੰਨਵਾਦ ਪੱਲਵੀ। ਮਿਗੀ ਦੱਸਿਆ ਗਿਆ ਹੈ ਜੇ ਇਸ ਸੈ ਚਾਲੀ ਦਾ ਹੋਰ ਵੀ ਇੱਕ ਸਵਾਲ ਹੈ। ਮਤਾ ਮਤਾ अभिनंदन आदर योग्य प्रधानमंत्री जी मेरा नाम अर्पण पांडे है औ ग्लोबल इंडियन इंटरनेशनल स्कूल मलेशिया च 12वीं जमात दा विद्यार्थी हां मैं तुंदे ਕੋਲਾ ਆਪਣੇ ਨੇੜੇ ਪ੍ਰਗਟੀ ਸਫਲਤਾ ਹਾਸਤੇ ਇੱਕ ਸਵਾਲ ਦੇ ਜਵਾਬ ਦੀ ਮਿਹਤ ਕਰਨਾ ਤੇ ਆਸ਼ਾ ਕਰਨਾ ਜੇ ਤੁਸੀਂ ਇਹਦੇ ਚ ਮੇਰਾ ਮਾਰਗਦਰਸ਼ਨ ਕਰਗੇ ਹੋ ਮੇਰਾ ਸਵਾਲ ਇਹ ਹੈ ਜੇ ਪ੍ਰੀਖਿਆ ਦੀ ਤਿਆਰੀ ਦੇ ਦੌਰਾਨ ਸਾਡੇ ਮਨੇ ਚ ਆਨੇ ਹਾਲੇ ਡਰ ਤੇ ਤਣਾ ਕੋਲਾ ਕਿਉਂ ਵਰਚ ਹੈ ਕਿਉਂਕਿ ਜੇਕਰ ਸ਼ੈਲ ਨੰਬਰ ਤੇ ਸ਼ੈਲ ਕਾਲਜ ਥੋਕ ਜਾਨੇ ਧੰਨਵਾਦ ਪਲਵੀ ਅਰਪਣ ਦੇਖੋ ਤੂੰ ਜਿਸ ਲੈ ਇਹ ਫੀਅਰ ਦੀ ਡਰ ਦੀ ਗੱਲ ਕਰਦੇ ਹੋ ਤਾਂ ਮੈਨੂੰ ਵੀ ਡਰ ਲੱਗ ਜਿੰਦਾ ਹੈ ਉਹ ਨਹੀਂ ਕਿਹਦੀ ਗੱਲ ਹੈ ਜਿਹਨ ਲਈ ਡਰਨਾ ਚਾਹੀਦਾ ਕੀ ਪਹਿਲੀ ਵਾਰੀ ਐਗਜ਼ਾਮ ਦੇਣ ਜਾ ਕਰਦੇ ਹੋ ਕਿਆ ਜਬ ਪਹਿਲਾ ਕਰ ਐਗਜ਼ਾਮ ਦਿੱਤਾ ਨਹੀਂ ਕਿ ਤੁਸੀ ਕੀ ਪਤਾ ਨਹੀਂ ਹਾਂ ਜੇ ਮਾਰਚ ਮਹੀਨਾ ਹੈ ਅਪ੍ਰੈਲ ਮਹੀਨਾ ਐਗਜ਼ਾਮ ਆਉਂਦੇ ਨੇ ਸਭ ਪਤਾ ਹੈ ਪਹਿਲੇ ਤਾਂ ਗਿਆ ਪਤਾ ਸਾਲ ਪਰ ਪਹਿਲੇ ਥਮਾ ਪਤਾ ਹੈ ਅਚਾਨਕ ਤੇ ਨਹੀਂ ਆਇਆ ਤੇ ਜੇਕਰ ਅਚਾਨਕ ਨਹੀਂ ਆਇਆ ਕੋਈ ਅੰਬਰ ਨਹੀਂ ਟੁੱਟੀ ਪਿਆ ਹੈ ਇਹਦਾ ਮਤਲਬ ਉਹ ਆ ਤੁਸੀਂ ਕੀ ਡਰ ਐਗਜ਼ਾਮ ਦਾ ਨਹੀਂ ਹੈ ਤੁਸੀਂ ਕੀ ਡਰ ਕਿਸੇ ਔਰ ਦਾ ਹੈ ਤੇ ਉਹ ਕੀ ਹੈ ਥੋੜੇ ਆਸ-ਆਸਾ ਇੱਕ ਮੌਲ ਬਣਾਈ ਦਿੱਤਾ ਗਿਆ ਹੈ ਜੀ ਇਹ ਐਗਜ਼ਾਮ ਸਭ ਕਿਸ ਹੈ ਇਹ ਜਿੰਦਗੀ ਹੈ ਤੇ ਇਹਦੇ ਅਸਤ ਹੈ ਪੂਰਾ ਸਮਾਜਿਕ ਵਾਤਾਵਰਣ ਕਦੇ ਕਰ ਸਕੂਲਾਂ ਦਾ ਵਾਤਾਵਰਣ ਵੀ कदें कदें माँ बब्ब भी कदें अपने रिश्तेदार भी एक नया माहौल बनाई द नहीं चर्चा करते जो कु बड़ी बड़ी घटना ची तो गुज़रना है बड़े बड़े संकट चा लंघना मैं उन्हें सबने सभर्खना चाहँंग खास करिए मैं पेरेंट्स भी आखना चाहना तुसें तो यह कर रखी दिता है मैं समझना जी ये सबने शा बड़ी गलती है अस जरूरत थवा मते ओवर आस थोड़े ज्यादा अ सोच लगी पौने ਤੇ ਇਸ ਹਸਤਾ ਮੈਂ ਸਮਝਣਾ ਇਹ ਜ਼ਿੰਦਗੀ ਚ ਇਹ ਕੋਈ ਖੀਰੀਪੜਾ ਨਹੀਂ ਹੈ ਇਹ ਜ਼ਿੰਦਗੀ ਬੜੀ ਲੰਮੀ ਹੈ ਮਤਿਆਂ ਪੜਾਉਂਦੀਆਂ ਨੇ ਇਹ ਇੱਕ ਨਿੱਕੀ ਨਹੀਂ ਪੜਾਹਾ ਅਸੇ ਕੀ ਦਬਾਅ ਨਹੀਂ ਬਣਾਉਣਾ ਚਾਹੀਦਾ ਭਾਵੇਂ ਟੀਚਰ ਹੋਵੇ ਸਟੂਡੈਂਟ ਹੋਵੇ ਪਰਿਵਾਰ ਜਾਂ ਨ ਹੋਣ ਸੱਜਣ ਮਿੱਤਰ ਹੋਣ ਜੇਕਰ ਬਾਰਾ ਦਾ ਦਬਾਅ ਘਟੋ ਹੀ ਗਿਆ ਖਤਮ ਹੋ ਹੀ ਗਿਆ ਤਾਂ ਐਗਜ਼ਾਮ ਦਾ ਦਬਾਅ ਕਦੇ ਮਹਿਸੂਸ ਨਹੀਂ ਹੋਵੇ ਕੌਨਫੀਡੈਂਸ ਫਲਕ ਫੁੱਲਕ ਪ੍ਰੈਸ਼ਰ ਰਿਲੀਜ਼ ਹੋਈ ਜਾਗ ਡਿਕਰੀਜ਼ ਹੋ ਜਾਗ ਕਿ ਬੱਚੇ ਦੀ ਘਰ ਹੈ ਚ ਸਹਿਜ ਤਨਾਅ ਮੁਕਤ ਜੀਣਾ ਚਾਹੀਦਾ ਨਿੱਕੀਆਂ ਮੁੱਟੀਆਂ ਹਲਕੀਆਂ ਫੁਲਕੀਆਂ ਗੱਲਾਂ ਜਿਹੜੀਆਂ ਰੋਜ਼ ਕਰਦੇ ਹੈ ਕਰਨੀਆਂ ਰੁੱਛਦੀਆਂ ਦੇਖੋ ਦੋਸਤੋ ਪਹਿਲਾ ਕੀ ਹੁੰਦਾ ਹੈ ਪਹਿਲਾ ਮਾਂ-ਬਾਪ ਬੱਚੇ ਕੰਨਾ ਮਤੇ ਇਨਵੋਲਵ ਕਰਾਉਂਦੇ ਹੈ ਤੇ ਸਹਿਜ ਵੀ ਰੋਂਦੇ ਹੈ ਤੇ ਕਈਆਂ ਵਿਸ਼ੇ ਪਰ ਇਨਵੋਲਵ ਕਰਾਉਂਦੇ ਹੈ ਅੱਜ ਜਿਹੜੇ ਵੀ ਇਨਵੋਲਵ ਕਰਾਉਂਦੇ ਨੇ ਉਹ ਜ਼ਿਆਦਾਤਰ ਕੈਰੀਅਰ ਐਗਜ਼ਾਮ ਪੜ੍ਹਾਈ ਕਿਤਾਬਾਂ ਸਿਲੇਬਸ ਮੇ ਉਸ ਗੈਸਰਵ ਇਨਵੋਲਵਮੈਂਟ ਨਹੀਂ ਮੰਨਣਾ ਤੇ ਇਸ ਕਰਨਾ ਹੈ ਇਹ ਨਹੀਂ ਕਿ ਆਪਣੇ ਬੱਚੇ ਦੀ ਅਸਲੀ ਸਮਰੱਥਾ ਪਤਾ ਨਹੀਂ ਹੁੰਦਾ ਜੇਕਰ ਮਾ ਬਬ ਮਤੇ ਇਨਵੋਲਵਨ ਤਾਂ ਬੱਚੇ ਦੀ ਰੁਚੀ ਪ੍ਰਕਿਰਤੀ ਪ੍ਰਵਰਤੀ ਇਸ ਸਭ ਦੀ ਸ਼ੈਲ ਚਾਲੀ ਸਮਝ ਦੇਣ ਤੇ ਜਿਹੜੀਆਂ ਕਮੀਆਂ ਨੇ ਉਹ ਉਹਨੇ ਕਮੀਆਂ ਦੀ ਸਮਝੀ ਹੈ ਉਸੇ ਪਰ ਨਿਦੀ ਕੋਸ਼ਿਸ਼ ਕਰ ਦੇਣ ਤੇ ਉਹਦੇ ਕਾਰਨ ਬਾਲਕ ਦਾ ਕੌਨਫੀਡੈਂਸ ਲੈਵਲ ਵੱਧਦਾ ਹੈ ਉਹਦੀ ਸਟਰੈਂਥ ਮਾਉ ਬਬੇ ਕੀ ਪਤਾ ਹੈ ਉਦੀ ਵੀਕਨੈਸਿਸ ਮਾ ਬਬੇ ਕੀ ਪਤਾ ਹੈ ਤੇ ਉਹਦੇ ਕਾਰਨ ਮਾ ਬਬ ਸਮਝਦੇ ਨੇ ਜੇ ਐਸੇ ਸਮੇਂ ਵੀਕਨੈਸ ਕੀ ਦੂਰ ਕਰੋ ਸਟਰੈਂਥ ਕੀ ਜਿੰਨਾ ਬਲ ਦੇ ਸਕਦੇ ਹੋ ਦਿਓ ਪਰ ਅੱਜ ਮਾ ਬਬ ਇੰਨੇ ਵਿਅਸਤਨ ਇੰਨੇ ਵਿਅਸਤਨ ਜੇ ਉਹਨੇ ਕੀ ਬੱਚੇ ਕਨੇ ਰੀਅਲ ਸੈਂਸਸ ਜੇ ਇਨਵੋਲਵ ਹੋਣ ਦਾ ਸਮਾਂ ਕੈ ਨਹੀਂ ਮਿਲਦਾ ਇਹਦਾ ਨਤੀਜਾ ਕੀ ਹੁੰਦਾ ਹੈ ਅੱਜ ਬੱਚੇ ਦੀ ਸਮਰੱਥਾ ਦਾ ਪਤਾ ਲਾਣੇ ਵਾਸਤੇ ਪੇਰੈਂਟਸ ਕੀ ਐਗਜ਼ਾਮ ਦੇ ਰਿਜ਼ਲਟ ਦਾ ਛੀਲ ਦੇਖਣਾ ਪਉਂਦਾ ਹੈ ਕਿ ਇਸ ਲਈ ਬੱਚੇ ਦਾ ਆਕਲਨ ਵੀ ਬੱਚੇ ਦੇ ਰਿਜ਼ਲਟ ਤੱਕ ਕਰਕੇ ਸੀਮਿਤ ਹੋਈ ਗੇਦਾ ਹੈ ਮਾਰਕਸ ਦੇ ਪਰੇ ਵੀ ਬੱਚੇ 'ਚ ਕਈ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨੀਆਂ ਕਿ ਪੇਰੈਂਟਸ ਮਾਰਕ ਕ ਨਹੀਂ ਕਰੀ ਪਾਉਂਦੇ ਸਾਥੀਓ ਸਾਡੇ ਇੱਥੇ ਐਗਜ਼ਾਮ ਵਾਸਤੇ ਇੱਕ ਸ਼ਬਦ ਹੈ ਕਸੌਟੀ ਮਤਲਬ ਆਪਣੇ ਆਪ ਦੀ ਕਸਣਾ ਹੈ ਐਸਾ ਨਹੀਂ ਹੈ ਐਗਜ਼ਾਮ ਖੀਰੀ ਮੌਕਾ ਹੈ ਬਲਕਿ ਐਗਜ਼ਾਮ ਤਾਂ ਇੱਕ ਪ੍ਰਕਾਰ ਕਰਨਾ ਹੈ ਇੱਕ ਲੰਮੀ ਜ਼ਿੰਦਗੀ ਜੀਣੇ ਵਾਸਤੇ ਆਪਣੇ ਆਪ ਦੀ ਕਸਣੇ ਦਾ ਇੱਕ ਉੱਤਮ ਅਫਸਰ ਹੈ ਇਕ ਅਪਰਚੁਨਿਟੀ ਹੈ ਸਮੱਸਿਆ ਉਸ ਲੈ ਹੁੰਦੀ ਹੈ ਜਿਸ ਲਈ ਅਸ ਐਗਜ਼ਾਮ ਕੀ ਗਏ ਜੀਆਂ ਜੀਵਨ ਦੇ ਸੁਖਨੇ ਦਾ ਅੰਤ ਮੰਨੀ ਲੈਣੇ ਆ ਜੀਵਨ ਮਰਨ ਦਾ ਪ੍ਰਸ਼ਨ ਬਣਾਇ ਦਿੰਨੇ ਆ ਦਰਸਲ ਐਗਜ਼ਾਮ ਜੀਵਨ ਕੀ ਕਢਨੇ ਦਾ ਇੱਕ ਅਫਸਰ ਹੈ ਇੱਕ ਅਪਰਚੁਨਿਟੀ ਹੈ ਇੱਕ ਮੌਕਾ ਹੈ ਉਸੇ ਉਸੇ ਰੂਪ ਵਿੱਚ ਲੈਣਾ ਲੋੜ ਚਦਾ ਐਕਚੁਅਲੀ ਅਸੇ ਕੀ ਆਪਣੇ ਆਪ ਦੀ ਕਸਰਤੀ ਉਪਰ ਕਸਣੇ ਦੇ ਮੌਕੇ ਖੋਜਦੇ ਕਰਾਉਣਾ ਚਾਹੀਦਾ ਤਾਂ ਜੇ ਅਸ ਹੋਰ ਬਿਹਤਰ ਕਰੀ ਸਕਚਾ ਹੈ ਅਸੇ ਕੀ ਨਸਣਾ ਨਹੀਂ ਚਾਹੀਦਾ दोस्तों, अगले सवाल अब आ। आदर योग प्रधानमंत्री जी नमस्ते मेरा नाम पुण्य सुनिया है अं कक्षा ग्यारहवीं की विद्यार्थी मेरे स्कूल का नाम विवेकानंद केंद्रीय विद्यालय डिस्ट्रिक्ट पामुम्परे स्टेट अरुणाचल प्रदेश माननीय प्रधानमंत्री जी किश सबजेक्ट किश चैप्टर न सहज नहीं हूँ उन्हें कोला पीछा छुड़ाने लगे रहा पर मैं भाए कि भी कोशिश की नहीं कर लें अं उ पढ़ी नहीं सकदी। शायद इस करिए को डर लगता है इस स्थिति की क्या दूर किया सकता है धन्यवाद सर। चलो आंध्र आंध्रिया मलेशिया मलेशिया अरुणाचल पुजीगे तो मैं दस गया जे इस चाले दा, कोई और एक भी है मान योग प्रधानमंत्री जी नमस्कार मेरा नाम विनीता गर्ग है ਮੇ ਐਸਾ ਡੀਏਵੀ ਪਬਲਿਕ ਸਕੂਲ ਚ ਪੰਜਵੀਂ ਬਣੀ ਥਵਾਂ ਕੰਮ ਕਰਾਤ ਨੀਆਂ ਮੇਰਾ ਪ੍ਰਸ਼ਨ ਹੈ ਜੇ ਕਿ ਸਬਜੈਕਟ ਨੇ ਜਿੰਦੇ ਚ ਮਤੇ ਸਾਰੇ ਵਿਦਿਆਰਥੀ ਕੀ ਡਰ ਦਾ ਸਾਹਮਣਾ ਕਰਨਾ ਪੁੰਦਾ ਹੈ ਇਸ ਵਜ੍ਹਾ ਕਰੀ ਉਹ ਇੰਦੇ ਕੋਲਾ ਬਚਦੇ ਨੇ ਇਸ ਦੇ ਬਾਰੇ ਚ ਇਤਿਹਾਸ ਜਾਂ ਗਣਿਤ ਚ ਨੇ ਵਿਸ਼ੇ ਦੇ ਸਿੱਖਸ਼ਕ ਚੰਗੀ ਚਾਲੀ ਸਮਝੀ ਸਕਦੇ ਨੇ ਟੀਚਰ ਦੇ ਤੌਰ 'ਤੇ ਆਪਨ ਇਸ ਸਥਿਤੀ ਕੀ ਔਰ ਬਿਹਤਰ ਬਣਾ ਨੇ ਆਸਤੀਆ ਕੀ ਕਰ ਸਕਨੇ ਇੱਕ ਇਸ ਬਖਰੀ ਚਾਲੀ ਦਾ ਕਾ ਵਿਸ਼ੇ ਮੇਰੇ ਸਾਹਮਣੇ ਆਇਆ ਹੈ ਮੈਂ ਕੋਸ਼ਿਸ਼ ਕਰਾਂਗਾ ਸਟੂਡੈਂਟਸ ਦੇ ਮਨਾਂ ਗੀ ਛੂਹ ਸਕਾਂ ਤੇ ਟੀਚਰਸ ਦੀ ਗੱਲਾਂ ਪਰ ਗੌਰ ਕਰਨਾ ਕਿਸੇ ਸਮਾਧਾਨ ਦੱਸ ਸਕਾਂ ਤੁਸੀਂ ਦੋਨੇ ਕਿਸੇ ਖਾਸ ਸਬਜੈਕਟ ਜਾਂ ਚੈਪਟਰ ਕਾ ਡਰ ਦੀ ਗੱਲ ਆਖੀ ਤੁਸੀਂ ਲੋਕ ਇਕੱਲੇ ਨਹੀਂ ਆਓ ਜਿਨੇ ਗੀ ਇਸ ਸਥਿਤੀ ਦਾ ਸਾਹਮਣਾ ਕਰਨਾ ਪਉਂਦਾ ਹੈ ਹਕੀਕਤਾਂ ਇਹ ਹੈ ਜੇ ਦੁਨੀਆ ਚ ਇੱਕ ਵੀ ਮਨੁੱਖ ਨਹੀਂ ਲੱਭਗ ਜਿਹਦੇ ਉੱਪਰ ਇਹ ਗੱਲ ਲਾਗੂ ਨਹੀਂ ਹੁੰਦੀ ਹੈ ਮੰਨ ਲਓ ਤੁਹਾਡੇ ਕਾਚ ਬੜੀ ਗੇ ਬਦੀਆ ਪੰਜ ਛੇ ਸ਼ਰਟਾਂ ਪਰ ਤੁਸੀਂ ਦੇਖਿਓ ਹੋ ਜੇ ਇੱਕ ਜਾਂ ਦੋ ਸ਼ਰਟਾਂ ਤੁਸੀਂ ਕਿ ਇੰਨੀਆਂ ਪਸੰਦ ਆਉਂਦੀਆਂ ਨੇ ਜੇ ਉਹਨੇ ਕਿ ਬਾਰ-ਬਾਰ ਲਾਂਦੇ ਹੋ ਇਸ ਦਾ ਮਤਲਬ ਇਹ ਨਹੀਂ ਜੇ ਬਾਕੀ ਸਭ ਬੇਕਾਰ ਨੇ ਫਿਟਿੰਗ ਠੀਕ ਨਹੀਂ ਹੈ ਐਸਾ ਨਹੀਂ ਹੈ ਉਹ ਦੋ ਇੰਨੀਆਂ achੀਆਂ ਲੱਗਦੀਆਂ ਨੇ ਜੇ ਬਾਰ-ਬਾਰ ਲਾਂਦੇ ਹੋ ਕਈ ਵਾਰ ਤਾਂ ਮਾਂ-ਬਾਪੋ ਵੀ ਇਨੀਆਂ ਚੀਜ਼ਾਂ ਕੀ ਲਈਏ ਗੁੱਸਾ ਕਰਦੇ ਨੇ ਕਿ ਕਿੰਨੀ ਵਾਰੀ ਸੀ ਲਾਗਿਓ ਅਜੇ ਦੋ ਦਿਨ ਪਹਿਲਾਂ ਤਾਂ ਲਾਈ ਪਸੰਦ ਨਾ ਪਸੰਦ ਮਾਣੂ ਦਾ ਸੁਭਾਅ ਹੈ ਕਦੇ-ਕਦੇ ਪਸੰਦ ਦੇ ਕੰਨੇ ਲਗਾ ਵੀ ਹੋ ਜਾਂਦਾ ਹੈ ਤੇ ਇਸ ਵਿੱਚ ਡਰ ਦੀ ਦੁਬਦ ਦੀ ਕਿਹੜੀ ਗੱਲ ਹੈ ਜੇ ਸੇ ਡਰਨਾ ਚਾਹੀਦਾ ਦਰਸਲ ਹੁੰਦਾ ਕੀ ਹੈ ਜਿਸ ਲਈ ਤੁਸੇ ਕਿ ਕਿਸੇ ਚੀਜ਼ਾਂ ਮਤਿਆਂ ਸ਼ੈਲ ਲਗਣ ਲੱਗਦੀਆਂ ਨਾ ਤਾਂ ਉਹਦੇ ਕੰਨੇ ਤੁਸ ਬੜੇ ਕੰਫਰਟ ਹੋ ਜਾਂਦੇ ਹੋ ਬੜਾ ਕੰਫਰਟੇਬਲ ਲੱਗਣ ਲੱਗਦਾ ਹੈ ਉਹ ਸਹਿਜ ਹੋ ਜਾਂਦੇ ਹੋ ਪਰ ਜਿਨੇ ਚੀਜ਼ੇ ਕੰਨੇ ਤੁਸ ਸਹਿਜ ਨਹੀਂ ਹੁੰਦੇ ਉਹਦੇ ਤਣਾਜ ਤੁਹਾਡੀ 80% એનર્ਜੀ ਤੁਸ ਉਸ ਸਹਿਜ ਲਈ ਦਿੰਦੇ ਹੋ इसलिए स्टूडेंट्स की मैं इे गलांग कि तुस की अपनी इस एनर्जी की इक्वली डिस्ट्रीब्यूट करना चाहिए था। सारे विषय च बरोबर बरोबर समय लाना चाहिए था। थोड़े को पढ़ाई दौ घंटे तो उन्हें घंटे हर सबजैक्ट की समान भाव में पढ़ो अपने समय की इक्वली डिस्ट्रीब्यूट करो साथियों तुम देखा होगा टीचर्स माता पिता असेंखते ना जी आसान है ਉਹ ਪਹਿਲੇ ਕਰੋ ਭਾਈ ਜਿਸਲੇ ਟਾਈਮ ਬਚੇਗ ਉਸਲੇ ਔਖਾ ਜਿਹੜਾ ਉਸੇ ਹੱਥ ਲਾਣਾ ਪਰ ਪੜਾਈ ਗਿ ਲਈਏ ਮੈਂ ਸਮਝਣਾ ਇਹ ਸਭ ਸਲਾਹ ਜ਼ਰੂਰੀ ਨਹੀਂ ਹੈ ਤੇ ਉਪਯੋਗੀ ਵੀ ਨਹੀਂ ਮੈਂ ਜ਼ਰਾ ਇਸ ਚੀਜ਼ ਕੀ ਅਲੱਗ ਨਜ਼ਰੀਏ ਕਨੇ ਦੇਖਣਾ ਮੈਂ ਆਖਣਾ ਜਿਲੇ ਪੜਾਈ ਦੀ ਗੱਲ ਹੋਇਆ ਤਾਂ ਔਖਾ ਜਿਹੜਾ ਉਸੇ ਪਹਿਲੇ ਲਾਓ ਥੋੜਾ ਮਾਈਂਡ ਫਰੈਸ਼ ਹੈ ਤੂੰ ਆਪੂ ਫਰੈਸ਼ ਹੋ ਉਸੇ ਅਟੈਂਡ ਕਰਨੇ ਦਾ ਪ੍ਰਯਾਸ ਕਰੋ ਜਿਸਲੇ ਕਠਨ ਕੀ ਅਟੈਂਡ ਕਰਗੇ ਤਾਂ ਸਰਲ ਤਾਂ ਹੋਰ ਵੀ ਆਸਾਨ ਹੋ ਜਾਗਾ ਮੈਂ ਆਪਣਾ ਅਨੁਭਵ ਸੁਣਾਣਾ ਜਿਸ ਲਈ ਉਹ ਮੁੱਖ ਮੰਤਰੀ ਹਾ ਜਿਸ ਲਈ ਪ੍ਰਧਾਨ ਮੰਤਰੀ ਬਣਿਆ ਤਾਂ ਮਿਗੀ ਵੀ ਬੜਾ ਕੁਝ ਪੜਨਾ ਪਉਂਦਾ ਹੈ ਬੜਾ ਕੁਝ ਸਿੱਖਣਾ ਪਉਂਦਾ ਹੈ ਮਤੇਂ ਕਸ਼ਾ ਸਿੱਖਣਾ ਪਉਂਦਾ ਹੈ ਚੀਜ਼ਾਂ ਦੀ ਸਮਝਣਾ ਪਉਂਦਾ ਹੈ ਤਾਂ ਉਹ ਕੀ ਕਰਦਾ ਜਿਹੜੀਆਂ ਮੁਸ਼ਕਲ ਗੱਲਾਂ ਹੁੰਦੀਆਂ ਨੇ ਜਿੰਦੇ ਨਿਰਣੇ ਥੋੜੇ ਗੰਭੀਰ ਹੁੰਦੇ ਨੇ ਆਉ ਮੇਰੇ ਬੜਲੇ ਥਮਾ ਸ਼ੁਰੂ ਕਰਨਾ ਤਾਂ ਕਠਨ ਚੀਜ਼ੇ ਥਮਾ ਸ਼ੁਰੂ ਕਰਨਾ ਪਸੰਦ ਕਰਨਾ ਮੁਸ਼ਕਲ ਕੋਲਾ ਮੁਸ਼ਕਲ ਚੀਜ਼ਾਂ ਮੇਰੇ ਅਫਸਰ ਮੇਰੇ ਸਾਹਮਣੇ ਲਈ ਆਉਂਦਣ ਉਹਨੇ ਕੀ ਪਤਾ ਹੈ ਜੀ ਮੇਰਾ ਇੱਕ ਅਲੱਗ ਮੂਡ ਹੁੰਦਾ ਹੈ ਮੈਂ ਚੀਜ਼ਾਂ ਕੀ ਬਿਲਕੁਲ ਤੇਜ਼ੀ ਨਾਲ ਸਮਝੀ ਲੈਣਾ ਨਿਰਣੇ ਕਰਨ ਦੇ ਦਿਸ਼ਾ ਚ ਅੱਗੇ ਵਧਣਾ ਮੈਂ ਆਪਣਾ ਇਹ ਨਿਯਮ ਬਣਾਇਆਦਾ ਹੈ ਕੋਸ਼ਿਸ਼ ਕੀਤੀ ਹੈ ਤੇ ਜਿਹੜੀਆਂ ਸਰਲ ਚੀਜ਼ਾਂ ਦਿਨ ਪਰ ਦੀ ਥਕਾਨ ਦੇ ਬਾਅਦ ਰਾਤੀ دیر ਹੋ ਜਾਂਦੀ ਹੈ ਤਾਂ ਚਲੋ ਭਾਈ ਉਹਨੂੰ ਉਹਦੇ ਚ ਮਤਾ ਦਿਮਾਗ ਖਪਾਉਣੇ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਗਲਤੀ ਹੋਣ ਦਾ ਕਾਰਨ ਨਹੀਂ ਹੈ ਮੈਂ ਉਹਨਾਂ ਚੀਜ਼ਾਂ ਕੀ ਦੇਰ ਰਾਤ ਤੱਕ ਖਿੱਚੀ ਲੈਣਾ ਪਰ ਬੜਲਾ ਜਿਸਲਾ ਉੱਠਣਾ ਤਾਂ ਭੀ ਕਠਨ ਕਰਨਾ ਹੈਗਾ ਮੁਕਾਬਲਾ ਕਰਨੇ ਵਾਸਤੇ ਨਿਕਲੀ ਪਉਣਾ ਦੋਸਤੋ ਇਹ ਇੱਕ ਹੋਰ ਗੱਲ ਹੈ ਸਿੰਘੀ ਆਪਣੇ ਆਪ ਐਗਲਾ ਸਿੱਖਣੀ ਚਾਹੀਦੀ ਤੁਸੀਂ ਦੇਖੋ ਜਿਹੜੇ ਲੋਕ ਜੀਵਨ ਚ ਬੜੇ ਸਫਲ ਨ ਉਹ ਹਰ ਵਿਸ਼ੇ ਚ ਪਰੰਗਤ ਨਹੀਂ ਹੁੰਦੇ ਪਰ ਕੁਸਾ ਇੱਕ ਵਿਸ਼ੇ ਪਰ ਕੁਸਾ ਇੱਕ ਸਬਜੈਕਟ ਉਪਰ ਉੰਦੀ ਪਕੜ ਜ਼ਬਰਦਸਤ ਹੁੰਦੀ ਹੈ ਉੰਜੀਆਂ ਲਤਾ ਦੀਦੀ ਨ ਲਤਾ ਮਗੇਸ਼ਕਰ ਜੀ ਦਾ ਪੂਰੀ ਦੁਨੀਆ ਚ ਨਾ ਹੈ ਹਿੰਦੁਸਤਾਨ ਦੀ ਹਰ ਜ਼ੁਬਾਨ ਉਪਰ ਨਾ ਹੈ ਪਰ ਜੇਕਰ ਕੋਈ ਉਹਨੇ ਕਿ ਜਈਏ ਆਖੀ ਉਹਦਾ ਜੇ ਅੱਜ ਸਾਰੀ ਕਲਾਸ ਆਓ ਅਸੀਂ ਕਿ ਜਿਓਗ੍ਰਾਫੀ ਪੜਾਓ ਉਸ ਵਹ ਉਹ ਨਹੀਂ ਵੀ ਪੜਾਈ ਸਕਣ ਪੜਾਈ ਵੀ ਸਕਣ ਆਉ ਨਹੀਂ ਜਾਣਦਾ ਜੀ ਉਹ ਪੜਾਈ ਸਕਣ ਜਾਂ ਨਹੀਂ ਪੜਾਈ ਸਕਣ ਪਰ ਲਤਾ ਜੀ ਦੀ ਮਹਾਰਤ ਜਿਓਗ੍ਰਾਫੀ ਚ ਸ਼ਾਇਦ ਨਹੀਂ ਵੀ ਹੋਇਆ ਪਰ ਸੰਗੀਤ ਦੀ ਦੁਨੀਆ ਚ ਉਹਨੇ ਜੋ ਕੀਤੇਦਾ ਉਸ ਵਿਸ਼ੇ ਪਰ ਜਿਸ ਚਾਲੀਆ ਆਪਣਾ ਜੀਵਨ ਖਪਾਈ ਦਿੱਤੇਦਾ ਹੈ ਅੱਜ ਉਹ ਹਰ ਇੱਕ ਅਸਤਾ ਪ੍ਰੇਰਨਾ ਦਾ ਕਾਰਨ ਬਣੀ ਗਈਆਂ ਹਨ ਉਹਨ ਇਸ ਅਸਟਾਟ ਉਸਨੇ ਕੀ ਭਾਏ ਕਿਸੇ ਸਬਜੈਕਟ ਮੁਸ਼ਕਲ ਲੱਗਦੇ ਹੋਣ ਇਹ ਕੋਈ ਤੁਹਾਡੇ ਜੀਵਨ ਚ ਕੋਈ ਕਮੀ ਨਹੀਂ ਹੈ ਤੋ ਉਸ ਬਸ ਇਹ ਧਿਆਨ ਰੱਖੋ ਜੇ ਇਸ ਮੁਸ਼ਕਲ ਲੱਗਣ ਵਾਲੇ ਸਬਜੈਕਟ ਦੀ ਪੜਾਈ ਸਾ ਆਪੂ ਕੀ ਦੂਰ ਬਤ ਕਰੋ ਉਸ ਕੋਲ ਨਸੋ ਮਤ ਉਹ ਹੈ ਟੀਚਰ ਸਸਤਾ ਮੇਰੀ ਸਲਾਹ ਹੈ ਜੀ ਉਹ ਵਿਦਿਆਰਥੀ ਕੀ ਉਹਦੇ ਟਾਈਮ ਮੈਨੇਜਮੈਂਟ ਦੇ ਸਬੰਧ ਚ ਉਸ ਦੇ ਤੌਰ ਤਰੀਕੇ ਦੇ ਸਬੰਧ ਚ ਸਿਲੇਬਸ ਦੇ ਬਾਹਰ ਜਾਈਏ ਵੀ ਉਹਦੇ ਕੰਨਾ ਗੱਲਾਂ ਕਰੋ ਉਹਦੇ ਕੰਨਾ ਚਰਚਾ ਕਰੋ ਉਹਨੇ ਕੀ ਗਾਈਡ ਕਰੋ ਵਿਦਿਆਰਥੀਆਂ ਕੀ ਟੋਕਣੇ ਦੇ ਬਜਾਏ ਉਹਨਾਂ ਕੀ ਗਾਈਡ ਕਰੋ ਟੋਕਣਾ ਰੋਕਣਾ ਉਸਦਾ ਪ੍ਰਭਾਵ ਮਨ ਉਪਰ ਹੋਰ ਜ਼ਿਆਦਾ ਨੈਗੇਟਿਵ ਫੈਲਦਾ ਹੈ ਪ੍ਰੋਤਸਾਹਿਤ ਕਰਨੇ ਕੰਨਾ ਉਹ ਕਨਸੈਂਟਰੇਟਿਡ ਤਾਕਤ ਦੇ ਰੂਪ ਚ ਕਨਵਰਟ ਹੋ ਜਾਂਦਾ ਹੈ ਕਿਛ ਗੱਲਾਂ ਕਲਾਸ ਚ ਸਾਰਵਜਨਿਕ ਤੌਰ ਉਪਰ ਜ਼ਰੂਰ ਆਖੋ ਤਾਂ ਜੋ ਸਭਨੇ ਦਾ ਪ੍ਰਬੋਧਨ ਹੋ ਗ ਪਰ ਮਤੀਆਂ ਸਾਰੀਆਂ ਗੱਲਾਂ ਨਹੀਂ ਆਉਂਦੀਆਂ ਨਾ ਜਿਸ ਲਈ ਕੁਸਾ ਇੱਕ ਬੱਚੀ ਕੀ ਬੁਲਾਈ ਹੈ ਚਲਦੇ ਚਲਦੇ ਥੋੜਾ ਸਿਰੇ ਪਰ ਅੱਥ ਰਖੀ ਹੈ ਬੜੇ ਪਿਆਰ ਕਨ ਆਖੋ ਜੀ ਦੇਖੋ ਬੇਟੇ ਦੇਖੋ ਭਾਈ ਤੁਸੀਂ ਇੰਨਾ ਵਧੀਆ ਕਰਦੇ ਹੋ ਜਿਹੜਾ ਦੇਖੋ ਇਸੇ ਜਿਹੜਾ ਥੋੜਾ ਹੋਰ ਹੀਆ ਕਰਿ ਲਾਓ ਦੇਖੋ ਤੁਹਾਡੇ ਚ ਬੜੀ ਮਤੀ ਤਾਕਤ ਹੈ ਤੋ ਦੇਖ ਕੇ ਜੀ ਇਹ ਬੜਾ ਕੰਮ ਆਊਗਾ ਬੜਾ ਕੰਮ ਆਊਗਾ ਇੱਕ ਕੰਮ ਕਰੋ ਤੁੰਦੇ ਜੀਵਨ ਚ ਐਸੀਆਂ ਕਿਹੜੀਆਂ ਗੱਲਾਂ ਹੀਆਂ ਜਿਹੜੀਆਂ ਕਦੇ ਤੁਸੀਂ ਕਿ ਬੜੀਆਂ ਕਠਣ ਲੱਗਦੀਆਂ ਹੀਆਂ ਤੇ ਅੱਜ ਉਹਨੇ ਕਿ ਤੁਸੀਂ ਬੜੀ ਸਹਿਜਤਾ ਨਾਲ ਕਰਿ ਲਿਆ ਕਰਦੇ ਹੋ ਨੇਕ ਇਸ ਕਮੇ ਦੀ ਲਿਸਟ ਬਣਾਓ ਜੀ ਇਹ ਸਾਈਕਲ ਚੜਾਣਾ ਕਦੇ ਤੁਸੀਂ ਕਿ ਬੜਾ ਕਠਣ ਲੱਗਿਆ ਹੋਗਾ ਪਰ ਓਣ ਉਹੇ ਕੰਮ ਤੂੰ ਉਸ ਬੜੀ ਸਰਲਤਾ ਨਾਲ ਕਰ ਹੀ ਲੈਂਦੇ ਹੋ ਕਹਿੰਦਾ ਤਾਰੀ ਮਾਰਨੇ ਦੀ ਗੱਲ ਆਈ ਹੋਊਗਾ ਬੜਾ ਡਰ ਲੱਗਿਆ ਹੋਊਗਾ ਉਤਰਨੇ ਕੋਲਾ ਵੀ ਡਰ ਲੱਗਿਆ ਹੋਊਗਾ ਪਰ ਤੂੰs ਅੱਛੀ ਚਾਲੀ ਤਾਰੀ ਮਾਰਨਾ ਸਿੱਖੀ ਕੇ ਗਈ ਹੋਗੀ ਉਹ ਜਿਹੜਾ ਕਠਨ ਹਾ ਉਸਗੀ ਤੂੰ ਸੇ ਕਨਵਰਟ ਕਰ ਦੇ ਦਿੱਤਾ ਤੁਹਾਡੇ ਜੀਵਨ ਚ ਇਸ ਚਾਲੀ ਦੀਆਂ ਸੈਂਕੜਾ ਚੀਜ਼ਾਂ ਹੋਗਣ ਜੇਕਰ ਤੂੰ ਸੇ ਚੇਤਾ ਕਰੀ ਹੈ ਜ਼ਰਾ ਕੁ ਸੇ ਕਾਗਜ਼ ਪਰ ਲਿਖੀ ਲੱਗੇ ਹੋ ਤਾਂ ਕਦੇ ਤੂੰ ਕਿ ਕੁਸੇਗੀ ਵੀ ਮੇਰੇ ਸ਼ਾਬੇ ਕਠਨ ਵਾਲਾ ਸਵਾਲ ਪੁੱਛਣਾ ਨਹੀਂ ਪੋਗ कि कदें कोई चीज की तो कठिन लग गया नहीं मेरे पर भरोसा करो दोस्तों एक बारी बार करो ऑनरेबल प्राइम मिनिस्टर जी वणकम 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 मैं श्री अब्राहम किंगडम विवेकानंद मैट्रिक कन्याकुमारी की बारहवीं जमात पढ़ना मान सर महामारी के इन्ह हालात ऑनलाइन स्थिति के चलते असें गी सामान्य मता समय मिलता है मैं जानना चाहना जे अस अपने बेले समय का इस्तेमाल कि मी ये मौका देने प्रधानमंत्री जी हूं धन्यवाद वणकम मम्मी पापा की पता चलग ना जे तुस परीक्षा के समय च खाली समय की गल करा कर तीन देखो के मी यह सुख लगे एग्जाम के समय पर भी खाली समय पर ध्यान खाली समय पर चर्चा करा देखो दोस्तों खाली समय की खाली मत समझो खजाना है खजाना खाली समय एक सौभाग्य है ਖਾਲੀ ਸਮੇਂ ਇੱਕ ਅਫਸਰ ਹੈ ਤੁਹਾਡੀ ਦਿਨਚਰਿਆ ਚ ਖਾਲੀ ਸਮੇਂ ਦੇ ਪਲ ਹੋਣੇ ਚਾਹੀਦੇ ਵਰਨਾ ਤਾਂ ਜ਼ਿੰਦਗੀ ਇੱਕ ਰੋਬੋਟ ਅੰਗਰ ਹੋ ਜਾਂਦੀ ਹੈ ਦਰਸਲ ਖਾਲੀ ਸਮੇਂ ਦਉ ਚਾਲੀ ਦੋ ਸਕਦੇ ਇੱਕ ਜਿਹੜਾ ਤੁਸੀਂ ਕਿ ਬੜਲੇ ਥਾਵਾਂ ਗਾ ਪਤਾ ਹੈ ਜੇ ਅੱਜ ਤੁਸੀਂ ਤਰੇ ਥਾਵਾਂ 4 ਵਜੇ ਤੱਕ ਫਰੀ ਹੋ ਜਾਂ ਆਉਣ ਵਾਲੇ ਐਤਵਾਰ ਕੀ ਤੁਸੀਂ ਅੱਧਾ ਦਿਨ ਫਰੀ ਹੋ ਜਾਂ ਤੁਸੀਂ 4 ਤਰੀਕ ਦੀ ਛੁੱਟੀ ਹੈ ਦੁਪਹਿਰੀ ਤੱਕ ਤੁੰਦੇ ਕਸ਼ ਕੋਈ ਕੰਮ ਨਹੀਂ ਹੈ ਜਾਨੀ ਕਿ ਤੁਸੀਂ ਕਿ ਪਤਾ ਹੈ ਪਰ ਦੂਆ ਉਹ ਜਿਹਦਾ ਪਤਾ ਤੁਸੀਂ ਕਿ ਲਾਸਟ ਮੂਮੈਂਟ ਉਪਰ ਚਲਦਾ ਹੈ ਅਗਰ ਤੁਸੀਂ ਕੀ ਪਹਿਲੇ ਥਾਵਾਂ ਗਾ ਪਤਾ ਹੈ ਜੇ ਮੇਰੇ ਕੋਲ ਖਾਲੀ ਸਮੇ ਹੈ ਤਾਂ ਤੁਸੀਂ ਆਪਣੇ ਪੇਰੈਂਟਸ ਜਾਂ ਆਪਣੇ ਭੈਣ ਜਾਂ ਭਰਾ ਗਿਆ ਕਿ ਸਕਦੇ ਹੋ ਜੇ ਆਉ ਤੂੰ ਦੀ ਹੈਲਪ ਕਰਾਂਗੇ ਤੁਸੀਂ ਕੀ ਕੰਮ ਕਰਨਾ ਹੈ ਤੁਸੀਂ ਕੀ ਕਰ ਰਹੇ ਹੋ ਆ ਕੀ ਹੈਲਪ ਕਰ ਸਕਦਾ ਦੂਆ ਤੁਸੀਂ ਸੋਚੋ ਜੇ ਨਈਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਕੀ ਖੁਸ਼ੀ ਦਿੰਦੀਆਂ ਨੇ ਥੋੜਾ ਪਾਰੀ ਪਰ ਕਮ ਸ਼ਬਦ ਹੈ ਸਵੰਤ ਸੁਖਾਏ ਜੇ ਦੇ ਚ ਤੁਸੀਂ ਕੀ ਸੁਖ ਮਿਲਦਾ ਹੈ ਤੁਸੀਂ ਕੀ ਅਨੰਦ ਮਿਲਦਾ ਹੈ ਥੋੜੇ ਮਨਾਂ ਕੀ ਬਹਿਲਾਂਦੀਆਂ ਨੇ ਤੁਸੀਂ ਨਿਆ ਵੀ ਕੀ ਕਰ ਸਕਦੇ ਹੋ ਉਨ ਤੁਸੀਂ ਮਿਗੀ ਪੁੱਛਿਆ ਤਾਂ ਮੈਂ ਵੀ ਸੋਚਣਾ ਜੀ ਆਉ ਕਿ ਕਰਨਾ ਪਸੰਦ ਕਰਨਾ ਮੈਂ ਆਪਣੀ ਦਿਨਚਰਿਆ ਚ ਅਬਜ਼ਰਵ ਕੀਤਾ ਜੇ ਜੇਕਰ ਮਿਗੀ ਥੋੜਾ ਹਰਾ ਵੀ ਖਾਲੀ ਸਮੇਂ ਥੋਈ ਜਾ ਤਾਂ ਜੇਕਰ ਝੂਲਾ ਹੈ ਤਾਂ ਮੇਰਾ ਮਨ ਕਰਦਾ ਜੇ ਕਿਸ ਪਲ ਮੈਂ ਝੂਲੇ ਉੱਪਰ ਜ਼ਰੂਰ ਬਹਾਂ ਬੜੀ ਥਕਾਨ ਹੈ ਤੇ 5 ਮਿੰਟ ਦਾ ਵੀ ਸਮੇਂ ਥੋਈ ਗਿਆ ਜਾਂ ਫੀ ਮੈਂ ਕੋਈ ਕੰਮ ਵੀ ਕਰਾਰਨਾ ਤਾਂ ਆਪਣੇ ਖਾਲੀ ਸਮੇਂ ਝੂਲੇ ਪਰ ਬਈ ਹੈ ਪਤਾ ਨਹੀਂ ਕੀ ਕਾਰਨ ਹੈ ਪਰ ਮੇਰਾ ਮਨ ਪਰਫੁੱਲਤ ਹੋ ਜਾਂਦਾ ਹੈ ਜਿਸ ਲਿਆ ਤੂੰ ਖਾਲੀ ਸਮਾਂ ਅਰਨ ਕਰਦੇ ਹੋ ਤਾਂ ਤੁਸੇ ਕੀ ਉਸ ਦੀ ਸਭਨੇਸ਼ਾ ਮਤੀ ਵੈਲਿਊ ਪਤਾ ਚਲਦੀ ਹੈ ਇਸ ਲਈ ਤੁਹਾਡੀ ਲਾਈਫ ਐਸੀ ਹੋਣੀ ਚਾਹੀਦੀ ਕਿ ਜਿਸ ਲਿਆ ਤੂੰ ਖਾਲੀ ਸਮਾਂ ਅਰਨ ਕਰੋ ਤਾਂ ਤੁਸੇ ਕੀ ਅਸੀਮ ਆਨੰਦ ਦੇ ਹੈ ਇੱਥੇ ਇਹ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਜੇ ਖਾਲੀ ਸਮੇਂ ਚ ਕਿਹੜੀਆਂ ਚੀਜ਼ਾਂ ਕੋਲ ਬਚਣਾ ਲੋੜ ਚਦਾ ਨਹੀਂ ਤਾਂ ਉਹ ਇਹ ਚੀਜ਼ ਸਾਰਾ ਸਮੇਂ ਖਾਈ ਜਾਗ ਪਤਾ ਵੀ ਨਹੀਂ ਚਲਗ ਤੇ ਖੀਰ ਚ ਰਿਫਰੈਸ਼ ਰਿਲੈਕਸ ਹੋਣ ਦੇ ਥਾਰ ਤੂੰ ਤੰਗ ਆਈ ਜਾਗੇ ਹੋ ਥਕਾਨ ਮਹਿਸੂਸ ਕਰਨ ਲੱਗ ਗਿਓ ਇੱਕ ਹੋਰ ਵੀ ਲੱਗਦਾ ਹੈ ਜੇ ਖਾਲੀ ਸਮੇਂ ਚ ਅਸੀਂ ਕਿ ਆਪਣੀ ਕਿਊਰਿਓਸਿਟੀ ਜਿਗਿਆਸਾ ਜਿਗਿਆਸਾ ਵਧਾਣੇ ਵਾਲ ਐਸੀਆਂ ਕਿਹੜੀਆਂ ਚੀਜ਼ਾਂ ਅਸ ਕਰ ਸਕਨੇ ਆ ਜਿਹੜੀਆਂ ਸ਼ਾਇਦ ਬੜੀਆਂ ਪ੍ਰੋਡਕਟਿਵ ਹੋ ਜਾਣਗਣ ਤੁੰਦੀ ਮਾਂ ਜਾਂ ਬਾਬਾ ਜੇਕਰ ਰੋਟੀ ਬਣਾ ਕਰਦੇ ਨੇ ਉਸੇ ਅਬਜ਼ਰਵ ਕਰੋ ਨਵੀਆਂ ਨਵੀਆਂ ਚੀਜ਼ਾਂ ਚ ਅੰਦਰ ਤੱਕ ਜਾਣੇ ਦਾ ਕੁਛ ਨਵਾਂ ਜਾਣਨੇ ਦਾ ਇਸ ਦਾ ਇੰਪੈਕਟ ਸਿੱਧਾ-ਸਿੱਧਾ ਨਜ਼ਰੀ ਨਹੀਂ ਆਉਂਦਾ ਪਰ ਜੀਵਨ ਚ ਇਸ ਦਾ ਬੜਾ ਮਤਾ ਗਹਿਰਾ ਪ੍ਰਭਾਵ ਹੁੰਦਾ ਹੈ फ्री टाइम का एक और बेस्ट इस्तेमाल हो होता है जो तक गतिविधियों अपने आप की जोड़ो एक्सप्रेस करी सकके थोड़ी यूनिकनेस की बाहर आनी सकके चे तुस अपनी इंडिविजुअलिटी इंडिविजुएलटी जुड़ी सगे ऐसा करने के मते सारे तरीके न। ते तुस भी ऐसे मते सारे तरीके जानते हो स्पोर्ट्स है म्यूजिक है राइटिंग है पेंटिंग है स्टोरी राइटिंग है तुस मता किश करी सकते हो ਆਪਣੇ ਥੌਟਸ ਦੀ ਇਮੋਸ਼ਨਸ ਦੀ ਐਕਸਪ੍ਰੈਸ ਕਰਨੇ ਦਾ ਇੱਕ ਕ੍ਰੀਏਟਿਵ ਤਰੀਕਾ ਦਿਓ ਅਫਸਰ ਦਿਓ ਨੌਲੇਜ ਦਾ ਦਾਇਰਾ ਕਈ ਵਾਰੀ ਉਥੇ ਤੱਕ ਕਰਕੇ ਸੀਮਿਤ ਹੁੰਦਾ ਹੈ ਜਿਹੜਾ ਤੁਸੀਂ ਕੀ ਉਪਲਬਧ ਹੈ ਜਿਹੜਾ ਤੁਹਾਡੇ ਆਸ-ਪਾਸ ਹੈ ਪਰ ਕ੍ਰੀਏਟੀਵਿਟੀ ਦਾ ਦਾਰਾ ਨੌਲੇਜ ਕੋਲਾ ਵੀ ਮਤੀ ਦੂਰ ਤੱਕ ਤੁਸੀ ਕੀ ਲੈ ਜਾਂਦਾ ਹੈ ਬੜੇ ਵਿਸਤਾਰ ਦੇ ਫਲਕ ਉੱਪਰ ਲੈ ਜਾਂਦਾ ਹੈ ਕ੍ਰੀਏਟੀਵਿਟੀ ਤੁਸੇ ਕੀ ਉਸ ਖੇਤਰ ਸੇ ਲੈ ਜਾ ਸਕਦੀ ਹੈ ਜਿੱਥੇ ਪਹਿਲਾਂ ਕਦੇ ਵੀ ਕੋਈ ਨਹੀਂ ਪੁੱਛਿਆ ਜਿਹੜਾ ਨਵਾਂ ਹੋਇਆ ਸਾਡੇ ਇੱਥੇ ਆਖਿਆ ਜਾਂਦਾ ਹੈ ਜਿੱਥੇ ਨਹੀਂ ਪੁੱਛਿਆ ਰਵੀ उत पुजे कवि ये क्रिएटिविटी की गल है नमस्ते ऑनरेबल पीएम सर धन्यवाद मैं आशय केकतपुरे बैंगलोर थमा मेरा सवाल तुंदे को यह है ज्याण की गुड वैल्यू सिखाने का सभन को चंगा तरीका के है धन्यवाद मैं एक सुल आया है नमो ऐप पर आया है वो विजुअल मेरे को नहीं पर मिगी सवाल चंगा लगा इस करी मिगी लगता है कि मैं जरूर तुंदे तुम्हें शेयर करा पटना थमा सवाल है प्रवीण कुमार ने पुछे है ਸਰ ਅੱਜ ਮਾਪਿਓ ਵਾਸਤੇ ਨਿਆਣੇ ਵੱਡੇ ਕਰਨਾ ਬਿੰਦੂ ਮੁਸ਼ਕਿਲ ਹੋ ਗਿਆ ਹੈ ਕਾਰਨ ਹੈ ਅੱਜ ਦਾ ਜ਼ਮਾਨਾ ਤੇ ਅੱਜ ਦੇ ਬੱਚੇ ਐਸੇ ਚ ਅਸੀਂ ਕਿੰਿਆ ਇਹ ਸੁਨਿਸ਼ਚਿਤ ਕਰ ਚਾਹੇ ਸਾਡੇ ਬੱਚੇ ਦਾ ਵਿਵਹਾਰ ਆਦਤਾਂ ਤੇ ਚਰਿੱਤਰ ਚੰਗਾ ਹੋਵੇ ਪ੍ਰਵੀਨ ਕੁਮਾਰ ਇੱਕ ਜਾਗਰਤ ਪਿਤਾ ਦੇ ਰੂਪ ਵਿੱਚ ਸ਼ਾਇਦ ਮੀਗੀ ਪੁੱਛਾ ਕਰਦੇ ਨੇ ਬੜਾ ਕਠਨ ਸਵਾਲ ਹੈ ਮੇਰੇ ਹਾਸਤਾ ਮੈਂ ਆਖਾ ਜੇ ਪਹਿਲੇ ਤੇ ਤੂੰ ਸਾਪੂ ਸੋਚੋ ਆਤਮ ਚਿੰਤਨ ਕਰੋ ਕਿ ਐਸਾ ਤਾਂ ਨਹੀਂ ਹੈ ਜੇ ਜੀਵਨ ਜੀਣੇ ਦਾ ਜੋ ਤਰੀਕਾ ਤੂੰ ਸੇ ਚੁਣਿਆ ਤੂੰ ਚੰਦਿਓ ਉਹ ਜਨ ਜੀ ਉਂਦੇ ਬੱਚੇ ਵੀ ਜੀਣ ਤੇ ਬਿੰਦ ਸਾਰਾ ਵੀ ਫਰਕ ਉਂਦੇ ਚ ਆਉਂਦਾ ਹੈ ਤੇ ਤੁਸੇ ਕੀ ਲੱਗਦਾ ਹੈ ਜੇ ਪਤਨੂਆ ਕਰਦਾ ਹੈ ਵੈਲਿਊਜ਼ ਦਾ ਕਾਟਾ ਹੋਆ ਕਰਦਾ ਹੈ ਮੈਨੂੰ ਬਰੌਪਰ ਯਾਦ ਹੈ ਇੱਕ ਵਾਰੀ ਮੈਂ ਸਟਾਰਟਅਪ ਕਰਨੇ ਜੁੜੇ ਦੇ ਨੌਜਵਾਨੇ ਕਰਨਾ ਹੈ ਮੈਂ ਇੱਕ ਸਮਾਰੋਹ ਕੀਤਾ ਤੇ ਬੰਗਾਲ ਦੀ ਇੱਕ ਬੇਟੀ ਜਿਸ ਨੇ ਸਟਾਰਟਅਪ ਸ਼ੁਰੂ ਕੀਤਾ ਹੈ ਆਪਣਾ ਪੂਰਾ ਕੈਰੀਅਰ ਛੋੜਿਆ ਹੈ ਤਾਂ ਉਹਨੇ ਆਪਣਾ ਅਨੁਭਵ ਦੱਸਿਆ ਉਹ ਮਿੱਗੀ ਹਮੇਸ਼ਾ ਯਾਦ ਰਹਿੰਦਾ ਹੈ ਉਸ ਬੇਟੀ ਨੇ ਆਖਿਆ ਜਿਵੇਂ ਆਪਣੀ ਨੌਕਰੀ ਛੋੜੀ ਦਿੱਤੀ ਕੈਰੀਅਰ ਛੋੜ ਦਿੱਤਾ ਤੇ ਸਟਾਰਟਅਪ ਸ਼ੁਰੂ ਕੀਤਾ ਤੇ ਮੇਰੀ ਮਾਂ ਗੀ ਜਿਹੜਾ ਪਤਾ ਚਲਿਆ ਤਾਂ ਮੇਰੀ ਮਾਂ ਨੇ ਤੁਰ ਤਾ ਕਿਹਾ ਸਰਵਨਾਸ਼ ਯਾਨੀ ਇੰਨਾ ਮਾਂ ਗੀ ਝਟਕਾ ਲੱਗਿਆ ਲੇਕਿਨ ਬਾਅਦ ਚ ਉਹ ਬੇਟੀ ਸਟਾਰਟਅਪ ਚ ਬੜੀ ਸਫਲ ਰਹੀ ਤੂੰ ਸੇ ਕੀ ਸੋਚਣਾ ਚਾਹੀਦਾ ਜੇ ਤੂੰ ਆਪਣੇ ਖਿਆਲਿਆਂ ਦੀ ਦੁਨੀਆ ਚ ਆਪਣੇ ਬੱਚੇ ਕੀ ਜਕੜਨੇ ਦੀ ਕੋਸ਼ਿਸ਼ ਤੇ ਨਹੀਂ ਕਰਾ ਕਰਦੇ ਹੋ ਤੇ ਇਸ ਕਰੀ ਤੁੰਦਾ ਪਰਿਵਾਰ ਦੁਨੀਆ ਪਰੰਪਰਾ ਉਹਦੇ ਚ ਮੂਲ ਭੂਤ ਮੁੱਲੀ ਗੀ ਕਿਹਾਂ ਤਾਕਤ ਦੇ ਚ ਹੈ ਅਸੀਂ ਕੀ ਇਹਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਜਿਵੇਂ ਸਾੜਾ ਆਖਿਆ ਜਾਂਦਾ ਹੈ ਜਨ ਸੇਵਾ ਗਿਆ ਪ੍ਰਭੂ ਸੇਵਾ ਹੈ ਇਹ ਸਾਡੇ ਸ਼ਾਸਤਰੀ ਚ ਮੁੱਲੇ ਦੇ ਰੂਪ ਵਿੱਚ ਹੈ ਲੇਕਿਨ ਤੁੰਦੇ ਘਰ ਹੈ ਜੇ ਪੂਜਾ ਪਾਠ ਤੇ ਬੜਾ ਹੁੰਦਾ ਹੈ ਦੁਨੀਆ ਕੀ ਲਬਦਾ ਹੈ ਜੇ ਤੁਸ ਬੜੇ ਧਾਰਮਿਕ ਹੋ ਰਿਚੁਅਲਸ ਕਰਨਾ ਜੀਵਨ ਪਰੋਚੇ ਦਾ ਹੈ ਲੇਕਿਨ ਤੁਸ ਜਨ ਸੇਵਾ ਚ ਕੁਦਾ ਨਜ਼ਰੀ ਨਹੀਂ ਆਉਂਦੇ ਉਹਨ ਜਿਲੇ ਤੁੰਦੀ ਸੰਤਾਨ ਇਹ ਵਿਰੋਧਾਭਾਸ ਦਿਖਦੀ ਹੈ ਤੇ ਉਹਦੇ ਮਨਾਂ ਚ ਕਨਫਲਿਕਟ ਸ਼ੁਰੂ ਹੋ ਜਾਂਦਾ ਹੈ ਸਵਾਲ ਖੜੇ ਹੋ ਜਾਂਦੇ ਨੇ ਤੇ ਸਵਾਲ ਉੱਠਣਾ ਸੁਭਾਵਿਕ ਵੀ ਹੈ ਉਸ ਸਚਾਲੀ ਵੀ ਸਾਡੇ ਮੁੱਲਣ ਜੀਵ ਮਾਤਰਿ ਚ ਪਰਮਾਤਮਾ ਦਾ ਵਾਸ ਹੈ ਉਸ ਸਚਾਲੀ ਅਸੇ ਸਭਨੇ ਦੀ ਮਾਨਤਾ ਹੈ ਤੇ ਸੇ ਕੀ ਸਿਖਾਇਆ ਗਿਆ ਹੈ ਸਾਡੇ ਜੀਵਨ ਮੁੱਲਿਆਂ ਦੇ ਰੂਪੇ ਚ ਪ੍ਰਸਥਾਪਿਤ ਹੋ ਚੁਕਿਆ ਹੈ ਤੇ ਸਾਡੀ ਸੋਚ ਹੈ ਜੇ ਜੀਵ ਮਾਤਰਿ ਚ ਪਰਮਾਤਮਾ ਦਾ ਵਾਸ ਹੈ ਪਰ ਤੁਸੀਂ ਤੁਸੀਂ ਦੇਖ ਕਰੋ ਜੋ ਕੰਮ ਕਰ ਨਾਉਂਦੇ ਨੇ ਝਾੜੂ ਪੋਚਾ ਲਾਣੇ ਆਸੇ ਆਉਂਦੇ ਨੇ ਲਿਫਟ ਚ ਚੜਾਣੇ ਆ ਲਾ ਹੁੰਦਾ ਹੈ ਤੁਸੀਂ ਕੀ ਸਕੂਲ ਛੋੜਨੇ ਵਾਲਾ ਆਟੋ ਰਿਕਸ਼ਾ ਡਰਾਈਵਰ ਹੈ ਕੀ ਕਦੇ ਤੁਸੇ ਉੰਦੇ ਕੰਨੈ ਉੰਦੇ ਸੁੱਖ-ਦੁੱਖ ਦੀ ਚਿੰਤਾ ਤੇ ਚਰਚਾ ਕੀਤੀ ਹੈ? ਕੀ ਕਦੇ ਤੁਸੇ ਪੁੱਛਿਆ ਤੁੰਦੇ ਪਰਿਵਾਰਾ ਚ ਕੁਸੇਗੀ ਕੋਰੋਨਾ ਨਹੀਂ ਹੋਇਆ ਹੈ ਨਾ? ਤੁੰਦੇ ਪਰਿਵਾਰ ਵਾਲੇ ਤੇ ਸਭ ਸੁਖਾ ਕੰਨੈ ਨਾ? ਤੁਸੂ ਜਿਸ ਗਰਾਹਾ ਤੋਂ ਆਇਓ ਉਸ ਗਰਾਹ ਚ ਤੇ ਸਭ ਠੀਕ ਹੈ ਨਾ? ਕੀ ਤੁਸੇ ਕਦੇ ਪੁੱਛਿਆ? ਤੇ ਤੁਸ ਇੰਨਿਆ ਕਰਦੇ ਤਾਂ ਤੁਸੇ ਕੀ ਆਪਣੇ ਬੱਚੇ ਕੀ ਮੁੱਲ ਨਹੀਂ ਸਿਖਾਣੇ ਪਉਂਦੇ। ਮੈਂ ਤੁੰਦੇ ਉਪਰ ਸਵਾਲ ਨਹੀਂ ਖੜੇ ਕਰਾ ਕਰਨਾ। ਇਕ ਸਾਮਾਨਯ ਵਹਵਾਰ ਦੀ ਗੱਲ ਕਰਾ ਕਰਨਾ ਕਿ ਸੇ ਲੋਗ ਵਾਕਈ ਇੰਨ ਨਹੀਂ ਕਰਦੇ ਬੱਚੇ ਦਾ ਬਰਥਡੇ ਹੁੰਦਾ ਹੈ ਬੜੀ ਸਾਰੀ ਤਿਆਰੀਆਂ ਹੁੰਦੀਆਂ ਨੇ ਕਿੰਨੇ ਲੋਗ ਆਪਣੇ ਘਰਾਂ ਚ ਕੰਮ ਕਰਨ ਵਾਲੇ ਕੀ ਆਖਦੇ ਨੇ ਜੀ ਜਿਹੜਾ ਵੀ ਕੰਮ ਕਰਨਾ ਹੈ 5 ਵਜੇ ਤੱਕ ਪੂਰਾ ਕਰਿ ਦਿਓ 6 ਵਜੇ ਥਾਂ ਜੇਲੇ ਮਹਿਮਾਨ ਆਉਣਾ ਸ਼ੁਰੂ ਹੋ ਜਾਣ ਤਾਂ ਤੁਸੀਂ ਵੀ ਸਾਡੇ ਪਰਿਵਾਰ ਦੇ ਮਹਿਮਾਨਾਂ ਦਾ ਟੱਲੇ ਲਾਈ ਹੈ ਸ਼ੈਲ ਟੱਲੇ ਲਾਈ ਹੈ ਪਰਿਵਾਰ ਦੇ ਸਾਰੇ ਕੀ ਲਈ ਆਈ ਜਾਇਓ ਤੋ ਦੇਖੋ ਤੁਸੀਂ ਉਹਨੇ ਕੀ ਆਖਦੇ ਹੋ ਅਜਿਕਰ ਅਜ ਬੜੇ ਹਾਰੇ ਮਹਿਮਾਨ ਆਉਣੇ ਆਲੇ ਨੇ ਚੀਰਾ ਟੋੜੀ ਰੁਕਣਾ ਪੋਵੇ ਇੰਹ ਆਖਣ ਦੇ ਬਜਾਏ ਤੂੰ ਕੀ ਆਖਦੇ ਹੋ ਦੇਖੋ ਕੱਲ ਬੜੇ ਮਹਿਮਾਨ ਆਉਣੇ ਆਲੇ ਨੇ ਬੜਾ ਕੰਮ ਐ ਤੂੰ ਘਰ ਦਸੀ ਆਏ ਜਾਇਆ ਜੇ ਚੀਰਾ ਕਨੇ ਆਊਗਾ ਚੀਰਾ ਕਨੇ ਆਉਗੀ ਯਾਨੀ ਤੁੰਦਾ ਬੱਚਾ ਐ ਦਿਖਾ ਕਰਦਾ ਜੇ ਇੰਨਾ ਵੱਡਾ ਉਤਸਵ ਐ ਕਰਿਆ ਚ ਪਰ ਉਹ ਜਿਹੜੇ ਮੇਰੇ ਆਸਤੇ ਮਿਹਨਤ ਕਰਦੇ ਨੇ ਦਿਨ ਰਾਤੀ ਉਹ ਤੇ ਇਸ ਦੇ ਹਿੱਸੇਦਾਰ ਨਹੀਂ ਹਨ ਤੇ ਉਸੇ ਲੱਗਾ ਉਸ ਬੱਚੇ ਦੇ ਮਨਾਂ ਚ ਟਕਰਾਵ ਸ਼ੁਰੂ ਹੁੰਦਾ ਮੈਂ ਤੁਸੇ ਕੀ ਇੱਕ ਹੋਰ ਉਦਾਹਰਣ ਦਿੰਦਾ ਆ ਸਾਖਣੇ ਆ ਬੇਟਾ ਬੇਟੀ ਇੱਕ ਸਮਾਨ ਇਹ ਮੂਲਨ ਸਾੜੇ ਸਾੜੇ ਇੱਥੇ ਦੇਵ ਰੂਪ ਦੀ ਜਿਹੜੀ ਕਲਪਨਾ ਕੀਤੀ ਗਈਦੀ ਹੈ ਉਹਦੇ ਚ ਮਹਿਲਾ ਭਗਵਾਨ ਦਾ ਉਹਨਾਂ ਕਾ ਮਤਲਬ ਹੈ ਪਰ ਸਾਡੇ ਕਰ ਦੇ ਵਾਤਾਵਰਨ ਚ ਬੇਟੇ ਤੇ ਬੇਟੀ ਦੇ ਵਿਚਕਾਰ ਜਾਣੇ ਅਣਜਾਣੇ ਜੋ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਹਦੇ ਚ ਗੈਰ ਬਰਾਬਰੀ ਹੁੰਦੀ ਹੈ ਉਹਦੇ ਬਾਅਦ ਜੇ ਲੈ ਉਹਦਾ ਬੇਟਾ ਸਮਾਜ ਜੀਵਨ ਚ ਜਾਂਦਾ ਹੈ ਤਾਂ ਉਹਦੇ ਪਾਸਿਆ ਨਾਰੀ ਸਮਾਨਤਾ 'ਚ ਕਿਸੇ ਨਾ ਕਿਸੇ ਕਮੀ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਹ ਸਹੀ ਹੈ ਜੇ ਪਰਿਵਾਰ ਦੇ ਸੰਸਕਾਰ ਚੰਗੇ ਹੁੰਦੇ ਨਾ ਤਾਂ ਬੁਰਾਈਆਂ ਆ ਵੀ ਨਹੀਂ ਹੁੰਦੀਆਂ ਲੇਕਿਨ 19 20 ਦਾ ਫਰਕ ਹੁੰਦਾ ਹੈ ਬੇਟੇ-ਬੇਟੀ ਦੇ ਵਿਵਹਾਰ 'ਚ ਕਿਸੇ ਨਾ ਕਿਸੇ ਕਮੀ ਰਹਿ ਜਾਂਦੀ ਹੈ। ਇਸ ਕਰੀ ਅਸੀਂ ਜੋ ਆਪਣੇ ਖਿਆਲਿਆਂ ਦੀ ਦੁਨੀਆ ਬਣਾਈ ਦੀ ਹੈ ਉਹ ਜਿਹੜਾ ਵਿਵਹਾਰ ਦੀ कसोटी ਉੱਪਰ ਖਰੀ ਨਹੀਂ ਉਤਰਦੀ ਤਾਂ ਬੱਚੇ ਦੇ ਮਨਾਂ 'ਚ ਅੰਤਰ-ਦਵੰਦ ਸ਼ੁਰੂ ਹੋ ਜਾਂਦਾ ਹੈ। ਇਸ ਕਰੀ ਮੁੱਲਿਆਂ ਕੀ ਕਦੇ ਵੀ ਥੋਪਣੇ ਦੀ ਕੋਸ਼ਿਸ਼ ਨੀ ਕਰੋ। ਬੁੱਲਿੰਗ ਦੀ ਜੀਏ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੋ ਆਖਰਕਾਰ ਬੱਚੇ ਬੜੇ ਸਮਾਰਟ ਹੁੰਦੇ ਨੇ ਜੋ ਤੁਸ ਆਖ ਗਿਓ ਉਹ ਉਸੇ ਕਰਨਗਣ ਜਾਂ ਨਹੀਂ ਕਰਨਗਣ ਆਖਣਾ ਮੁਸ਼ਕਲ ਹੈ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੁੰਦੀ ਹੈ ਕਿ ਜੋ ਤੁਸ ਕਰਾ ਕਰਦੇ ਹੋ ਉਹ ਉਸੇ ਬੜੀ ਬਾਰੀਕੀ ਕਨੇ ਦਿਖਦਾ ਹੈ ਤੇ ਦੁਹਰਾਣੇ ਆਸਤੇ ਲਲਚਾਈ ਜਾਂਦਾ ਹੈ ਤੇ ਜੇ ਲੈ ਤੁਸ ਇਹਨੇ ਮੁੱਲੇ ਕਰਨਾ ਹੈ ਸਾਡੇ ਇਤਿਹਾਸ ਸਾਡੇ ਪੁਰਾਣ ਸਾਡੇ ਪੁਰਖੇ ਦੀ ਲੋਕੀ ਲੋਕੀ ਗੱਲਾਂ ਦੀ ਸਹਿਜਤਾ ਕਨੇ ਜੋੜਗੇ ਤਾਂ ਬੱਚੇ ਵੀ ਪ੍ਰੇਰਿਤ ਹੋਣਗਣ आचार व्यवहार च उतरना आसान हो जाएगा नमस्कार सर मैं प्रतिभा गुप्ता कुंदन विद्या मंदिर लुधियाना थवा सर मेरा तुसी सवाल है जे असेंगी हमेशा कम कराने आस्ते बच्चे ने पीछे पौना पौंदा है अस किया उन्हें गी सेल्फ मोटिवेटेड बनाई सकने हैं ताजे ओ अपनी ये चीज़ा आपूं करन धन्यवाद तुसे जे बुरा नहीं बुझो तो मैं जरा इस विषय से तुम दोगला बखरी राय रखना ਮੈਨੂੰ ਲੱਗਦਾ ਹੈ ਜੇ ਬੱਚੇ ਦੇ ਪਿੱਛੇ ਇਸ ਕਰੀ ਪਉਣਾ ਪਉਂਦਾ ਹੈ ਜੀ ਉੰਦੀ ਰਫ਼ਤਾਰ ਸਾਡੇ ਕੋਲ ਮਤੀ ਹੈ ਇਹ ਗੱਲ ਸਹੀ ਹੈ ਜੇ ਬੱਚੇ ਨੂੰ ਸਿਖਾਣੇ ਦੀ ਦਸਣੇ ਦੀ ਸੰਸਕਾਰ ਦੇਣੇ ਦੀ ਜ਼ਿੰਮੇਵਾਰੀ ਪਰਿਵਾਰ ਤੇ ਸਭਨੇ ਦੀ ਹੈ ਪਰ ਕਈ ਵਾਰੀ ਵੱਡਿਆਂ ਦੇ ਬਾਵਜੂਦ ਅਸੀਂ ਕੀ ਵੀ ਤੇ ਜ਼ਰਾ ਮੁਲਿਆੰਕਨ ਕਰਨਾ ਚਾਹੀਦਾ ਅਸੀਂ ਇੱਕ ਸਾਚਾ ਤਿਆਰ ਕਰ ਦਿੰਦੇ ਆ ਤੇ ਬੱਚੇ ਕੀ ਉਹਦੇ ਚ ਢਾਲਣੇ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਤੇ ਸਮੱਸਿਆ ਉੱਥੋਂ ਦਾਗਾ ਸ਼ੁਰੂ ਹੁੰਦੀ ਹੈ ਅਸੀਂ ਸੀ ਸੋਸ਼ਲ ਸਟੇਟਸ ਦਾ ਸਿੰਬਲ ਬਣਾਇ ਦਿੰਦੇ ਆ ਅਕਸਰ ਮਾਤਾ ਪਿਤਾ ਆਪਣੇ ਮਨੈਚ ਕਿਸ ਲਕਸ਼ਿਅ ਤਿਆਰ ਕਰ ਲੈਂਦੇ ਕਿਸ ਪੈਰਾਮੀਟਰ ਬਣਾ ਲੈਂਦੇ ਤੇ ਕਿਸ ਸੁਖਨੇ ਵੀ ਪਾ ਲਈ ਲੈਂਦੇ ਫਿਰ ਆਪਣੇ ਉਹਨੇ ਸੁਖਨੇ ਗੀ ਤੇ ਲਕਸ਼ੇ ਗੀ ਪੂਰਾ ਕਰਨੇ ਦਾ ਭਾਰ ਬੱਚੇ ਉਪਰ ਪਾ ਦਿੰਨੇ ਆ ਅਸ ਆਪਣੇ ਲਕਸ਼ਿਅ ਹਸਤਾ ਬੱਚੇ ਕੀ ਜਾਣਿਆਂ ਜਾਣੇ ਚ ਮਾਫ ਕਰਨਾ ਮੇਗੀ ਮੇਰਾ ਸ਼ਬਦ ਕੋ ਤਾਂ ਖੋਰਾ ਲੱਗ ਜਾਨਿਆਂ ਜਾਣੇ ਚ ਅਸ ਬੱਚੇ ਕੀ ਇਨਸਟਰੂਮੈਂਟ ਬਣਨ ਲੱਗਨੇ ਆ ਤੇ ਜਿਹੜੇ ਬੱਚੇ ਕੀ ਉਸ ਬੱਖੀ ਖਿੱਚਨੇ ਚ ਕਾਮਯਾਬ ਨਹੀਂ ਹੁੰਦੇ ਆ ਤੇ ਇਹ ਆਖਣ ਲੱਗਨੇ ਆ ਜੇ ਬੱਚੇ 'ਚ ਮੋਟੀਵੇਸ਼ਨ ਤੇ ਇਨਸਪੀਰੇਸ਼ਨ ਦੀ ਕਮੀ ਹੈ ਕੁਸੇਗੇ ਵੀ ਮੋਟੀਵੇਟ ਕਰਨ ਦਾ ਪਹਿਲਾ ਪਾਰਟ ਹੈ ਟ੍ਰੇਨਿੰਗ ਪ੍ਰੋਪਰ ਟ੍ਰੇਨਿੰਗ ਇੱਕ ਵਾਰੀ ਬੱਚੇ ਦਾ ਮਨ ਟ੍ਰੇਨ ਹੋ ਜਾ ਤਾਂ ਉਹਦੇ ਬਾਅਦ ਮੋਟੀਵੇਸ਼ਨ ਦਾ ਬੇਲਾ ਸ਼ੁਰੂ ਹੋਵੇ ਟ੍ਰੇਨਿੰਗ ਦੇ ਕਈ ਮਾਧਿਅਮ ਕਈ ਤਰੀਕੇ ਹੋ ਸਕਦੇ ਨੇ ਚੰਗੀਆਂ ਕਿਤਾਬਾਂ ਚੰਗੀਆਂ ਮੂਵੀਜ਼ ਚੰਗੀਆਂ ਕਹਾਣੀਆਂ ਚੰਗੀਆਂ ਕਵਿਤਾਵਾਂ ਚੰਗੇ ਮੁਹਾਵਰੇ ਜਾਂ ਚੰਗੇ ਅਨੁਭਵ ਇਹ ਸਾਰੇ ਇੱਕ ਚਾਲੀਕ ਨੇ ਟ੍ਰੇਨਿੰਗ ਦੇ ਗਟੂਲਸ ਜਿਵੇਂ ਕਿ ਤੂੰ ਚਾਹਦੇ ਹੋ ਤੂੰ ਦਾ ਬੱਚਾ ਬੜਲਾ ਉੱਠਿਆ ਪੜਾ ਤੂੰ ਉਸ ਉਸ ਯਾਕਦੇ ਹੋ ਗਲਾਂਦੇ ਵੀ ਹੋ ਦਰੰਡੇ ਦੇ ਵੀ ਹੋ ਪਰ ਤੁਸੇ ਕੀ ਕਾਮਯਾਬੀ ਨਹੀਂ ਥੁੰਦੀ ਲੇਕਿਨ ਕਿਆ ਤੂੰ ਦੇਖ ਕਰ ਹੈ ਜੇ ਕਦੇ ਐਸੀ ਕਿਤਾਬੇ ਦੀ ਚਰਚਾ ਹੁੰਦੀ ਹੈ ਜਿੰਦੇ ਚ ਇਨਡਾਇਰੈਕਟਲੀ ਬੜਲਾ ਉੱਠਨੇ ਦੇ ਫਾਇਦੇ ਦੀ ਚਰਚਾ ਹੋਇਆ ਸਾੜੇ ਤੇ ਅਧਿਆਤਮਿਕ ਜੀਵਨ ਦੇ ਲੋਕ ਬ੍ਰਹਮਮੂਰਤ ਥਮਾ ਗਾਉਂਦਾ ਧਿਆੜਾ ਸ਼ੁਰੂ ਹੋ ਜਾਂਦਾ ਤੇ ਉਸੇ ਦੇ ਨਾਮਸ ਦਾ ਪਾਲਨ ਕਰਦੇ ਨੇ ਤੇ ਦੂਈ ਬਖੀ ਅੱਜਕੱਲ 5am ਕਲੱਬ ਦੀ ਵੀ ਚਰਚਾ ਹੁੰਦੀ ਹੈ ਕਿ ਤੁਸੀਂ ਐਸੀ ਕੋਈ ਕਿਤਾਬਾਂ ਦੀ ਘਰੇ ਚਰਚਾ ਕੀਤੀ ਹੈ ਜਾਂ ਕੋਈ ਨਵੀਂ ਮੂਵੀ ਜਾਂ ਡਾਕੂਮੈਂਟਰੀ ਦੇਖੀ ਹੈ ਜਿਹਦੇ ਵਿੱਚ ਇਸ ਬਾਰੇ ਵਿਗਿਆਨਿਕ ਤਰੀਕੇ ਕਰਨਾ ਹੈ ਤਰਕਬੱਧ ਤਰੀਕੇ ਕਰਨਾ ਹੈ ਇਮੋਸ਼ਨਸ ਤੇ ਕਰਨਾ ਹੈ ਗੱਲਾਂ ਦੱਸੀ ਗਈਆਂ ਹੋਣ ਇੱਕ ਵਾਰੀ ਕਰੀਏ ਦੇਖੋ ਬੜਲਾ ਉੱਠਨੇ ਆਸਤਾ ਹੈ ਬੱਚੇ ਦੀ ਟ੍ਰੇਨਿੰਗ ਆਪੂਗਾ ਉਜਾਗ ਇੱਕ ਵਾਰੀ ਮਨ ਟ੍ਰੇਨ ਹੋ ਹੀ ਗਿਆ ਮਨਾਂ ਚ ਬੱਚਾ ਸਮਝੀ ਗਿਆ ਜੇ ਬੜਲਾ ਉੱਠਰੇਗਾ ਕਿਹ ਫਾਇਦਾ ਹੈ ਤਾਂ ਉਹ ਵੀ ਆਪੂ ਮੋਟੀਵੇਟ ਹੋਣ ਲੱਗੀ ਪਾਉਗ ਇਹ ਤਾਂ এনवायरमेंट क्रिएशन ਹੁੰਦਾ ਹੈ ਜਿਹਦੀ ਘਰਾਂ ਚ ਸਭਨੇਸ਼ਾ ਮਤੀ ਜ਼ਰੂਰਤ ਹੈ। ਤੁਸ ਬੱਚੇ ਦੇ ਬਚਪਨ ਦਾ ਉਹ ਬੇਲਾ ਯਾਦ ਕਰੋ ਜੇ ਲਾ ਤੁਸ ਉਸੇ ਗੋਦਾ ਲੈਂਦੇ ਹੋ। ਮਨਿਲਾਤ ਹੁੰਦੇ ਖੀਸੇ ਚ ਪੈਨ ਹੈ ਜਾਂ ਤੁਸ ਐਨਕ ਲਾਇਦੀ ਹੈ। ਬੱਚਾ ਉਸ ਕੀ ਖਿੱਚਦਾ ਹੈ। ਐਨਕ ਤੋੜਦਾ ਹੈ ਤਾਂ ਤੁਸ ਕੀ ਕਰਦੇ ਹੋ? ਤੁਸ ਜੇਕਰ ਐਨਕ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਰੋਂਦਾ ਹੈ। ਪੈਨ ਵਾਪਸ ਲੈਣ ਦੀ ਕੋਸ਼ਿਸ਼ ਕਰਦੇ ਹੋ ਤਾਂ ਰੋਂਦਾ ਹੈ। ਤਾਂ ਸਮਝਦਾਰ ਮਾਪਿ ਉਹ ਕੀ ਕਰਦੇ ਨੇ? ਉਸੇ ਇੱਕ ਵੱਡਾ ਬਾਲ ਉਹਦੇ ਸਾਹਮਣੇ ਖੜੇ ਰੀ ਦਿੰਦੇ ਨੇ। ਲਈਏ ਖੜੋ ਜੰਦੇ। ਬੱਚਾ ਕੀ ਕਰਦਾ ਹੈ ਐਨਕ ਛੋੜੀ ਦਿੰਦਾ ਪੈਨ ਛੋੜੀ ਦਿੰਦਾ ਵੱਡਾ ਬਾਲ ਖੇਡਣ ਵਾਸਤੇ ਲੈ ਲੈਂਦਾ ਹੈ ਨਾ ਰੋਂਦਾ ਹੈ ਤੇ ਆਸਾਨੀ ਕਰਨਾ ਹੈ ਤੂੰ ਉਸ ਸੋਲੂਸ਼ਨ ਕੱਢੀ ਲੈਂਦੇ ਹੋ ਤੂੰ ਉਹਦਾ ਮਾਈਂਡ ਡਾਇਵਰਟ ਕਰੀ ਹੈ ਉਸੇ ਜ਼ਿਆਦਾ ਪਸੰਦ ਦੀ ਦੂਈ ਪੋਜ਼ਿਟਿਵ ਚੀਜ਼ਾਂ ਦੇਈ ਹੈ ਉਸੇ ਮੋਟੀਵੇਟ ਕਰਦੇ ਹੈ ਇਹ ਜਿਹੜਾ ਕੰਮ ਤੂੰ ਉਸਨੇ ਪਹਿਲਾਂ ਕੀਤਾ ਹੈ ਜੇ ਲੈ ਬੱਚਾ ਬਿਲਕੁਲ ਲੌਕਾ ਹਾ ਉਹ ਕੰਮ ਤੂੰ ਹੁਣ ਵੀ ਕਰ ਸਕਦੇ ਹੋ ਤੁਸੀਂ ਸੁਣਿਆ ਹੋਗਾ ਇੱਕ ਦੀਪ ਸੇ ਜਲੇ ਦੂਸਰਾ ਤੁੰਦਾ ਬੱਚਾ ਪਰ ਪ੍ਰਕਾਸ਼ਿਤ ਨਹੀਂ ਹੋਣਾ ਚਾਹੀਦਾ ਤੁੰਦਾ ਬੱਚਾ ਸਵੈ ਪ੍ਰਕਾਸ਼ਿਤ ਹੋਣਾ ਚਾਹੀਦਾ ਬੱਚੇ ਅੰਦਰ ਜੋ ਪ੍ਰਕਾਸ਼ ਤੂੰ ਦੇਖਣਾ ਚਾਹੁੰਦੇ ਹੋ ਉਹ ਪ੍ਰਕਾਸ਼ ਉਹਦੇ ਅੰਦਰ ਆ ਪ੍ਰਕਾਸ਼ਮਾਨ ਹੋਣਾ ਚਾਹੀਦਾ ਤੇ ਉਹ ਤੁੰਦੀ ਜਾਗਰਿਤ ਸਕਰੀਏ ਕੋਸ਼ਿਸ਼ੇ ਕਰਨੇ ਸੰਭਵ ਹੈ ਤੁਸੀਂ ਆਪਣੇ ਐਕਸ਼ਨ ਚ ਜੋ ਫਰਕ ਦੱਸਗੇ ਉਹ ਬੱਚੇ ਬੜੀ ਬਰੀਕੀ ਕਰਨੇ ਆਬਜ਼ਰਵ ਕਰਨਗਾ ਇੱਥੇ ਇੱਕ ਹੋਰ ਗੱਲਾਂ ਬਾਕੀ ਮੈਂ ਤੁੰਦਾ ਧਿਆਨ ਦਵਾਗਾ ਬੱਚੇ ਕੀ ਕਦੇ ਵੀ ਤਰਾਪ ਪੈਦਾ ਕਰੀਐ ਇਹੋ ਤਾਂ ਅਯੋਗ ਨਯੋਗ ਤਾਂ ਨਯੋਗ ਕਿਰਪਾ ਕਰੀਐ ਅਸੀ ਕੋਸ਼ਿਸ਼ ਨਹੀਂ ਕਰਿਓ ਇੱਕ ਚਾਲੀ ਕਰਨਾ ਹੈ ਉਹ ਤਰੀਕਾ ਲੱਗਦਾ ਤੇ ਬੜਾ ਆਸਾਨ ਹੈ ਪਰ ਇਹਦੇ ਕੰਨਾ ਇੱਕ ਚਾਲੀ ਕਰਨੇ ਨੈਗੇਟਿਵ ਮੋਟੀਵੇਸ਼ਨ ਦੀ ਸੰਭਾਵਨਾ ਵਧ ਜੰਦੀਆਂ ਨੇ ਜੀਆਂ ਗਏ ਜਿਹੜਾ ਉਹ ਖੜਾ ਕੀਤਾ ਉਹ ਖਤਮ ਹੁੰਦਾ ਹੈ ਬੱਚੇ ਦਾ ਮੋਟੀਵੇਸ਼ਨ ਵੀ ਖਤਮ ਹੋ ਜਾਂਦਾ ਹੈ ਤੇ ਇਸ ਕਰੀ ਪੋਜ਼ਿਟਿਵ ਮੋਟੀਵੇਸ਼ਨ ਦਾ ਕੰਨਿਆ ਕਰਨਾ ਹੈ बार-बार ਪੋਜ਼ਿਟਿਵ ਰੀਇਨਫੋਰਸਮੈਂਟ ਪਰ ਵੀ ਜ਼ੋਰ ਦੇਣ ਦੇ ਰੋਣਾ ਚਾਹੀਦਾ ਮੋਟੀਵੇਸ਼ਨ ਦਾ ਜੋ ਮੰਤਰ ਬਚਿਆ ਹਸਤਾ ਹੈ ਇੱਕ ਚਾਲੀ ਕੰਨਾ ਉਹ ਅਸੀਂ ਸੁਪਨੇ ਹਸਤਾ ਵੀ ਹੈ ਮਨੁੱਖਾ ਮਾਤਰਾ ਹਸਤਾ ਹੈ ਨਮਸਤੇ ਪ੍ਰਾਈਮ ਮਿਨਿਸਟਰ ਸਰ ਨਮਸਤੇ ਮੇਰਾ ਨਾਮ ਅਨੈ ਹੈ ਤੇ ਮੈਂ ਸਾਮੀਆ ਭਾਰਤੀ ਆਦਰਸ਼ ਵਿਦਿਆਲਏ ਕੁਵੇਤ ਦਾ ਵਿਦਿਆਰਥੀ ਹਾਂ ਸ਼੍ਰੀਮਾਨ ਮੀਕੀ ਏਸਵਾਲ ਪੁੱਛਣਾ ਹੈ ਜ਼ਿੰਦਗੀ ਦੀ ਲੜਾਈ ਹਸਤਾ ਹੈ ਆਪਣੇ ਆਪੇ ਕੀ ਕੀ ਤਿਆਰ ਕੀਤਾ ਜਾ ਧੰਨਵਾਦ ਸ਼੍ਰੀਮਾਨ ਜੀ ਨਮੂ ਐਪ ਪਰ ਮਸੂਰੀ ਉਤਰਾਖੰਡ ਥਹਾ ਸ਼੍ਰੀਮਾਨ ਅਸ਼ਰਫ ਖਾਨ ਨੇ ਲਿਖਿਆ ਹੈ ਸਰ ਅਸ ਸਾਰੇ ਜਿਲ੍ਹੇ ਆਪਣੇ ਵੱਡੇ ਕਜ਼ਨਸ ਜਾਂ ਦੋਸਤਾਂ ਕਨੇ ਗੱਲ ਕਰਨੇ ਆ ਤਾਂ ਉਹ ਆਖਦੇ ਨੇ ਅਜੇ ਸਕੂਲਾ ਚ ਤੇ ਤੁਸੀਂ ਜ਼ਿੰਦਗੀ ਦੇਖੀਏ ਕੁੱਥੇ ਹੈ ਜ਼ਿੰਦਗੀ ਦੀ ਅਸਲੀ ਕਸਬਟ ਤੇ ਸਕੂਲਾ ਥਵਾ ਬਾਹਰ ਨਿਕਲਿਆ ਹੋਗਾ ਮੇਰਾ ਸਵਾਲ ਇਹ ਹੈ ਜੇ ਅੱਜ ਅਸ ਆਪਣੇ ਆਪਾਂ ਕੀ ਕੱਲਾ ਦੀ ਚੁਣੌਤੀਆਂਾਸਤੇ ਕੀ ਤਿਆਰ ਕਰ ਚਾਏ ਤਨੇ ਤੁਸੀਂ ਕੁਵੈਥਵਾ ਮੇਰੇ ਕਨੇ ਗੱਲ ਕਰਾ ਕਰਦੇ ਹੋ ਪਰ ਤਨੇ ਕਦੇ ਕਿਸ ਨੇ ਇਸ ਗੱਲੇ ਕੀ ਮਾਰਕ ਕੀਤਾ ਜੇ ਤੂੰ ਦੀ ਜੋ ਜੋ ਆਵਾਜ਼ ਹੈ ਉਹ ਗੋਡ ਗਿਫਟਿਡ ਹੈ। ਕਿ ਕਦੇ ਤੂੰ ਦੇ ਮਾਤਾ ਪਿਤਾ ਨੇ ਕਦੇ ਤੂੰ ਦੇ ਦੋਸਤਾਂ ਕਦੇ ਤੂੰ ਦੇ ਟੀਚਰਸ ਨੇ ਕਦੇ ਆਖਿਆ ਕਿ ਤੂੰ ਦਾ ਧਿਆਨ ਗਿਆ ਹੈ। ਅੱਜ ਤੂੰ ਦਾ ਸਵਾਲ ਸੁਣਨੇ ਦੇ ਬਾਅਦ ਖੈਰ ਰਿਕਾਰਡਡ ਹੈ। ਲੇਕਿਨ ਮੈਂ ਪੱਕਾ ਮੰਨਣਾ ਜੇ ਤੁਸੇਂ ਕੀ ਇੱਕ ਬੜੀ ਗਾ ਖਾਸ ਚਾਲੀ ਦੀ ਆਵਾਜ਼ ਪਰਮਾਤਮਾ ਨੇ ਦਿੱਤੀ ਹੈ। ਕਦੇ ਉਹਦੇ ਉੱਪਰ ਧਿਆਨ ਦਿਓ। ਇਹ ਤੂੰ ਦੀ ਬੜੀ ਵੱਡੀ ਵਿਰਾਸਤ ਬਣ ਸਕਦੀ ਹੈ। ਖੈਰ ਮੈਂ ਤਨੇ ਦੀ ਗੱਲੇ ਬਖੀ ਤੁਰ ਗਿਆ ਹਾਂ। ਪਰ ਜਿਹੜੇ ਸਵਾਲ ਤੁਸੀਂ ਪੁੱਛੇਨ ਪਹਿਲੀ ਗੱਲ ਤੇ ਇਹ ਜੇ ਜਿਹੜੇ ਲੋਕ ਤੁਸੀਂ ਕਿ ਇਹ ਆਖਦੇ ਨਾ ਉਹਦੇ ਆਖਣ ਦਾ ਤਰੀਕਾ ਆਪਾਂ ਅਨਿਆ ਹੁੰਦਾ ਹੈ ਜਿਉ ਤੁਸੀਂ ਕਿ ਸਲਾਹ ਦਿਆ ਕਰਦੇ ਨਾ ਪਰ ਮਨਾਂ ਦੇ ਅੰਦਰ ਦੀ ਸੱਚਾਈ ਦੀ ਦਿੱਖ ਹੈ ਤਾਂ ਉਹ ਆਪਣੇ ਆਪ ਹੈਗੀ ਈਰੋ ਬਣਾਉਣ ਦੀ ਕੋਸ਼ਿਸ਼ ਕਰਾ ਕਰਤਾ ਹੁੰਦਾ ਹੈ ਜਾਂ ਫਿਰ ਉਹ ਆਪਣੀ ਅਸਫਲਤਾਏਂ ਕੀ ਇਸ ਕਰੀ ਵੱਡਾ ਬਣਾ ਕੇ ਦੱਸਦਾ ਹੈ ਤਾਂ ਜੇ ਉਸੇ ਇੱਕ ਐਸਕੇਪ ਰੂਟ ਮਿਲੀ ਸਕੇ ਇਸ ਕਰੀ ਉਹ ਦੱਸਦਾ ਹੈ ਜੀ ਉਹਦੇ ਸਾਹਮਣੇ ਬੜੀ ਵੱਡੀ ਚੁਣੌਤੀਆਂ ਨੇ ਇਸ ਵਿਸ਼ੇ 'ਚ ਮੇਰਾ ਸਿੱਧਾ ਸਿੱਧਾ ਮੰਤਰ ਹੈ ਇੱਕ ਕੰਨਾ ਸੁਣੋ ਦੇ ਦੂਜੇ ਕੰਧਾ ਮ ਕੱਢ ਦਿਓ ਹਾਂ ਇਹ ਸਵਾਲ ਬੜਾ ਸੁਭਾਵਿਕ ਹੈ ਜੇ 10ਵੀਂ ਜਾਂ 12ਵੀਂ ਦੇ ਪ੍ਰੰਤ ਕੀ ਇਹ ਹਰ ਬੱਚੇ ਦੇ ਮਨਾਂ ਚ ਹੁੰਦਾ ਹੈ ਤੇ ਨਾ ਮ ਇਹਦੇ ਕੋਲ ਇਨਕਾਰ ਕਰ ਸਕਣਾ ਤੇ ਨਾ ਕੋਈ ਹੋਰ ਇਹਦੇ ਤੁਮਾ ਇਨਕਾਰ ਕਰ ਸਕਦਾ ਬੜੇ ਆਸਤੇ ਸਵਾਲ ਚਿੰਤਾ ਤੇ ਨਿਰਾਸ਼ਾ ਫੈਲਾਉਣ ਵਾਲਾ ਹੋਈ ਸਕਦਾ ਹੈ ਬਦਕਿਸਮਤੀ ਕੰਨਾ ਅੱਜ ਦੇ ਚੱਕਾ ਚੌਂਦ ਭਰੇ ਦੌਰ ਚ ਸੈਲੀਬ੍ਰਿਟੀ ਦੇ ਕਲਚਰ ਕਰੀ ਤੇ ਉਹਦਾ ਪ੍ਰਭਾਵ ਉਹਨੇ ਕਾਰਨ ਸਟੂਡੈਂਟ ਲਾਈਫ ਚ ਇੱਕ ਤਾਨਾ ਬਣੀ ਗਈ ਦੀ ਹੈ ਜੇ ਜੋ ਟੀਵੀ ਪਰ ਆਉਂਦਾ ਜਿਹਦੀ ਅਖਬਾਰਾਂ ਚਰਚਾ ਹੁੰਦੀ ਹੈ ਉਹ ਜਨਿਆਕਿਸ਼ ਬੰਨਣਾ ਹੈ ਉਹ ਜਨਿਆਕਿਸ਼ ਕਰਨਾ ਹੈ ਇਹ ਮਾੜੀ ਗੱਲ ਨਹੀਂ ਹੈ ਪਰ ਜ਼ਿੰਦਗੀ ਦੀ ਸਚਾਈ ਥਾਂ ਇਹ ਬੜੀ ਦੂਰ ਹੈ ਇਹ ਜਿਹੜੇ ਪ੍ਰਚਾਰ ਮਾਧਿਅਮੇ ਚ 1000 2000 ਲੋਕ ਸਾਡੇ ਸਾਹਮਣੇ ਆਉਂਦਣ ਦੁਨੀਆ ਇੰਨੀ ਲੋਕੀ ਨਹੀਂ ਹੈ ਇੰਨੀ ਵੱਡੀ ਵਿਸ਼ਵਵਿਆਵਸਥਾ ਇੰਨਾ ਲੰਮਾ ਮਾਨਵ ਇਤਿਹਾਸ ਇੰਨੀ ਤੇਜ਼ੀ ਕਨੇ ਆਕਰਦੇ ਬਦਲਾਅ ਬੜੇ ਹਾਰੇ ਮੌਕੇ ਲਈ ਜਾਂਦਣ ਜੀਵਨ ਦੀ ਸੱਚਾਈ ਇਹ ਹੈ ਜੇ ਜਿੰਨੇ ਵੀ ਲੋਕ ਨੇ ਉਨੀਆਂ ਵਿਭਿੰਨਤਾਵਾਂ ਜਿੰਨੇ ਲੋਕ ਨੇ ਉਹਨੇ ਮੌਕੇ ਵੀ ਨੇ ਅਸੇ ਕੀ ਆਪਣੀ ਜਿਗਿਆਸਾ ਦਾ ਦਾਇਰਾ ਬੜਾ ਵੱਡਾ ਕਰਨ ਦੀ ਲੋੜ ਹੈ ਉਸੇ ਵਿਸਤਾਰ ਦੇ ਦੀ ਲੋੜ ਹੈ ਤੇ ਇਸ ਕਰੀ ਜ਼ਰੂਰੀ ਹੈ ਜੇ 10ਵੀਂ ਕਲਾਸ ਵਿੱਚ 12ਵੀਂ ਕਲਾਸ ਵਿੱਚ ਵੀ ਤੁਸੀਂ ਆਪਣੇ ਆਸ-ਪਾਸ ਦੇ ਜੀਵਨ ਕੀ ਆਬਜ਼ਰਵ ਕਰਨਾ ਸਿੱਖੋ ਤੁੰਦੇ ਆਲੇ ਦੁਆਲੇ ਇੰਨੇ ਹਾਰੇ ਪ੍ਰੋਫੈਸ਼ਨ ਨੇਚਰ ਆਫ ਜੌਬਸ ਨੇ ਤੇ ਬਦਲਦੇ ਨੇਚਰ ਆਫ ਜੌਬਸ ਨੇ ਆਪਣੇ ਆਪ ਆਗੇ ਟ੍ਰੇਨ ਕਰੋ ਆਪਣਾ ਸਕਿੱਲ ਵਧਾਓ ਤੇ ਉਹਦਾ ਫਾਇਦਾ ਚੁੱਕੋ ਕੈਰੀਅਰ ਦੇ ਚੁਨਾਵ ਚ ਇੱਕ ਪੱਖ ਇਹ ਵੀ ਹੈ ਜੇ ਬੜੇ سارے ਲੋਕ ਜੀਵਨ ਚ ਇਜ਼ੀ ਰੂਟ ਦੀ ਤਪਾਸ਼ ਚੜਾਉਂਦੇ ਨੇ ਬੜੀ ਜਲਦੀ ਵਾਵਾਇਤ ਹੋਈ ਜਾ ਪੈਸੇ ਦੇ ਹਿਸਾਬ ਨਾਲ ਬੜਾ ਸਟੇਟਸ ਬਣੀ ਜਾ ਇਹ ਇੱਛਾ ਕਿ ਜੀਵਨ ਚ ਕਦੇ-ਕਦੇ ਹਰ ਵਾਰ ਨਹੀਂ ਪਰ ਕਦੇ-ਕਦੇ ਅੰਧਕਾਰ ਦੀ ਸ਼ੁਰੂਆਤ ਵੀ ਕਰਨੇ ਦਾ ਕਾਰਨ ਬਣ ਜਾਂਦੀ ਹੈ ਫੀ ਇਹ ਅਵਸਥਾ ਨਹੀਂ ਹੁੰਦੀ ਹੈ ਜਿਹਦੇ ਚ ਸੁਖ ਨੇ ਪਾਲਣਾ ਤੇ ਦਿਖਣਾ ਜ਼ਰਾ ਚੰਗਾ ਲੱਗਦਾ ਹੈ ਸੁਖ ਨੇ ਚ ਗਵਾਚੇ ਰੋਣਾ ਚੰਗਾ ਲੱਗਦਾ ਸੁਖ ਨੇ ਦੇਖਣਾ ਚੰਗੀ ਗੱਲ ਹੈ ਪਰ ਸੁਖਣੇ ਕੇ ਲਈ ਬੈਠੇ ਰੋਣਾ ਤੇ ਸੁਖਣੇ ਆਸਤੇ ਸੁੱਤੇ ਰੋਣਾ ਤੇ ਠੀਕ ਨਹੀਂ ਸੁਖਣੇ ਕੋਲਾ ਅੱਗਿਆ ਬਧੀ ਹੈ ਆਪਣੇ ਸੁਖਣੇ ਕੇ ਹਾਸਿਲ ਕਰਨੇ ਦਾ ਸੰਕਲਪ ਹੈ ਇਹ ਬੜਾ ਮਹੱਤਵਪੂਰਨ ਹੈ ਤੁਸੀਂ ਇਹ ਸੋਚਣਾ ਚਾਹੀਦਾ ਜੇ ਤੁੰਦਾ ਉਹ ਕਿਹੜਾ ਸੁਖਣਾ ਹੈ ਜਿਸੇ ਤੁਸ ਆਪਣੇ ਜੀਵਨ ਦਾ ਸੰਕਲਪ ਬਣਾਣਾ ਚਾਹਗੇ ਜੀਆਂ ਕੇ ਤੁਸ ਇਹ ਸੰਕਲਪ ਲੈ ਲਗੇ ਤੁਸੇ ਕੀ ਅੱਗੇ ਦਾ ਰਸਤਾ ਵੀ ਉਨਾਂ ਗੇ ਸਾਫ ਲੱਭਣ ਲੱਗੀ ਪੋਗੇ ਮਾਨਜੋਗ ਪ੍ਰਧਾਨ ਮੰਤਰੀ ਜੀ ਪ੍ਰਣਾਮ माफ करियो कि जे मेरा सवाल परीक्षा पर आधारित नहीं है पर मेहरबानी करिए तुझे तो हँसो नहीं अजकल के बच्चे ठीक तरीके कने रोटी नहीं खाना चाहते सारा समय चिप्स चॉकलेट चाकलेट जंक ध्यान रोंदा तुस मेहरबानी करिए रुरबानी कर दसो कि असें के करना चाहता है इस चाली के किल कश्मीर नरेंद्र मोदी ऐप पर छत्तीसगढ़ रायपुर सुनीता पाल जी ने लिखा है ਸਰ ਆਪਣੇ ਬੱਚੇ ਕੀ ਅਸ ਜੋ ਟਿਫਨ ਚ ਦਿੰਨੇ ਆ ਉਹ ਉਸ ਚੀਜ਼ ਕੀ ਖੰਦੇ ਨਹੀਂ ਹਮੇਸ਼ਾ ਫਾਸਟ ਫੂਡ ਖਾਣੇ ਦੀ ਜਿੱਦ ਕਰਦੇ ਨੇ ਮਿਹਰਬਾਨੀ ਕਰੀਏ ਇਸ ਮੁੱਦੇ ਪਰ ਸਾਡਾ ਮਾਰਗਦਰਸ਼ਨ ਕਰੋ ਮੈਂ ਸਮਝ ਨਹੀਂ ਸਕਾ ਕਰਦਾ ਜੇ ਮੈਂ ਇਹ ਸੱਬੇ ਸਵਾਲ ਸੁਣੀਏ ਮੁਸਕਰਾ ਜਾਂ ਜ਼ੋਰੇ ਕਨਾਂ ਸੀ ਪਵਾ ਜੇਕਰ ਇਸ ਮੁੱਦੇ ਪਰ ਅਸ ਮਨੋਵਿਗਿਆਨਿਕ ਤਰੀਕੇ ਕਰਨੇ ਅਗਿਆ ਬੱਚਾ ਤਾਂ ਸ਼ਾਇਦ ਇਹ ਹਲ ਸੌਖ ਹੋ ਜਾਗ ਸਾਡੀ ਜੜੀ ਰਿਵਾਇਤੀ ਖਾਣੇ ਪੀਣ ਦੀਆਂ ਚੀਜ਼ਾਂ ਨ ਮਨੁਵਗਿਆਨਿਕ ਰੂਪਕਨ ਹੈ ਉਹਦੇ ਪ੍ਰਤੀ ਅਸ ਸਹਿਜ ਰੂਪਕਨ ਹੈ ਗੌਰਵ ਦੀ ਭਾਵਨਾ ਪੈਦਾ ਕਰਦਾ ਹੈ ਉਹਦੀ ਜਿਹੜੀ ਖਾਸੀਅਤ ਹੈ ਉਹਦੀ ਗੱਲ ਕਰਦਾ ਹੈ ਰੋਟੀ ਪਕਾਣ ਦੀ ਜਿਹੜੀ ਸਾਡੀ ਪ੍ਰਕਿਰਿਆ ਹੈ ਰਸੋਈ ਦੀ ਜਿਹੜੀ ਗਤੀਵਿਧੀ ਹੈ ਉਹ ਕਰਦੇ ਬਾਕੀ ਸਦਸਿਆਂ ਨੂੰ ਪਤਾ ਹੋਣੀ ਚਾਹੀਦੀ ਜੇ ਕਿੰਨੀ ਮਿਹਨਤ ਕਰਨੇ ਮਗਰਾ ਰੋਟੀ ਪੱਕਦੀ ਹੈ ਬੱਚੇ ਦੇ ਸਾਹਮਣੇ ਵੀ ਇਹ ਸਾਰੀ ਗੱਲਾਂ ਚਰਚਾ 'ਚ ਆਣਨੀਆਂ ਚਾਹੀਦੀਆਂ ਕਿੰਨੀ ਰੋਟੀ ਪੱਕਦੀ ਹੈ ਕਿੰਨਾ ਚਿਰ ਲੱਗਦਾ ਹੈ ਕਿੰਨੇ ਤੱਤ ਹੁੰਦੇ ਨੇ ਉਨੇ ਕੀ ਮਹਿਸੂਸ ਹੋਊਗਾ ਜੇ ਆਖਰ ਕਿੰਨੀ ਮਿਹਨਤ ਦਾ ਕੰਮ ਹੁੰਦਾ ਹੈ ਤੇ ਤਾਂ ਜਾਈਏ ਮੇਰੀ ਥਾਲੀ ਭਰੋਚ ਦੀ ਹੈ ਦੁਆ ਅਜਿਹੇ ਦੇ ਜ਼ਮਾਨੇ 'ਚ ਖਾਣੇ ਪੀਣ ਦੀ ਬੜੀ ਸਾਰੀ ਵੈਬਸਾਈਟਾਂ ਸਿਹਤਮੰਦ ਖੁਰਾਕ ਦੀ ਵੀ ਕੋਈ ਕਮੀ ਨਹੀਂ ਹੈ ਕਿਆਸ ਇੰਦੇ ਥਾਂ ਵੀ ਜਾਣਕਾਰੀਆਂ ਹਾਸਲ ਕਰੀ ਹੈ ਐਸੀ ਚੀਜ਼ ਜੇ ਲਈ ਹੈ ਕੋਈ ਗੇਮ ਵਿਕਸਿਤ ਕਰੀ ਸਕਨੇ ਆ ਜਿਹੜੀ ਅਸ ਹਫਤੇ 'ਚ ਇੱਕ ਵਾਰੀ ਖੇੜੀ ਸਕ ਜਾਏ ਜਿਹਾ ਗਾਜਰ ਹੈ ਕੈਰਟ ਉਹਦੇ ਮੱਤ ਉਪਰ ਅਸ ਬੋਲਚਾ ਉਹਦੇ ਕੀ ਫਾਇਦੇ ਹੁੰਦੇ ਨੇ ਕੀ ਲਾਭ ਹੁੰਦੇ ਨੇ ਕਿਹੜੇ ਪੋਸ਼ਕ ਤੱਤ ਹੁੰਦੇ ਨੇ ਇਹ ਮੀਂਹ ਕਰਕੇ ਦੇਖ ਚਾਏ ਦੂਆ ਸਾਡੇ ਸਬਨੇ ਦੇ ਘਰ ਹੈ ਜਿਹੜੇ ਫੈਮਿਲੀ ਡਾਕਟਰ ਨਾ ਉਹ ਡਾਕਟਰ ਇੱਕ ਚਾਲੀ ਕਰਨੇ ਦੋਸਤ ਹੁੰਦੇ ਨੇ ਜਿਸ ਲਈ ਕਹਦਾ ਹੈ ਉਹ ਘਰ ਆਉਣ ਤਾਂ ਉੰਦੀਆਂ ਗੱਲਾਂ ਪੂਰਾ ਪਰਿਵਾਰ ਸੁਣਾਏ ਜੇ ਕਿਸ ਚਾਲੀ ਦੀ ਖੁਰਾਕ ਦਾ ਕੀ ਮਤਵ ਹੈ ਪੋਸ਼ਕ ਤੱਤ ਕਥੋਂ ਮਿਲਦੇ ਨੇ ਕੀ ਖਾਣਾ ਚਾਹੀਦਾ ਉਹ ਦੱਸ ਹੀ ਸਕਦੇ ਨੇ ਜੇ ਤੁੰਦੇ ਘਰ ਚ ਕਿਸ ਸਮੱਸਿਆ ਅਨੁਵਾੰਸ਼ਿਕ ਹੈ ਤੇ ਉੰਦੇ ਥਮਾ ਬਚਣੇ ਲਈ ਕੀ ਖਾਣਾ ਜ਼ਰੂਰੀ ਹੈ ਇਹਦੇ ਕੰਨੇ ਵੀ ਬੱਚੇ ਕੀ ਫਾਇਦਾ ਹੋਊਗਾ ਤਰੀਆ ਤੁਸੀਂ ਟੀਚਰ ਕੀ ਗੁਜ਼ਾਰਿਸ਼ ਕਰ ਸਕਦੇ ਹੋ ਜੇ ਉਸ ਬੱਚੇ 'ਇੱਕੇ ਤਕਲੀਫਾਂ ਕਰਦੀ ਹੈ ਖਾਸ ਕਰਕੇ ਹੈ ਖਾਣੇ ਦੇ ਵਿਸ਼ੇ ਜੀ ਟੀਚਰ ਕੀ ਸਮਝਾਓ ਟੀਚਰ ਕੀ ਵਿਸ਼ਵਾਸ ਨਾਲ ਚਲਾਓ ਤੁਸੀਂ ਦੇਖਿਓ ਟੀਚਰ ਬੜੀ ਕੁਸ਼ਲਤਾ ਨਾਲ ਕਹਾਣੀ ਸੁਣਾਦੇ ਸੁਣਾਦੇ ਗੱਲ ਕਰਦੇ ਕਰਦੇ ਅਸੀਂ ਮਜ਼ਾਕ 'ਚ ਉਹਦੇ ਦਿਮਾਗ 'ਚ ਭਰੀ ਦੇਗ ਜੇ ਇਹ ਕੀ ਕਰਨਾ ਚਾਹੀਦਾ ਤੇ ਟੀਚਰ ਦੇ ਆਖਣੇ ਦਾ ਬੱਚੇ ਉੱਪਰ ਬਖਗ ਅਸਰ ਹੁੰਦਾ ਅਸੀਂ ਵੀ ਕਿਸ਼ਕਿਸ਼ ਨਵੇਂ ਤਜਰਬੇ ਕਰਦੇ ਰਹਿਣਾ ਲੋਟ ਚ ਦੇ ਮੈਨੂੰ ਅਸੀ ਕਈ ਮਸਾਲਾ ਦੇਖੀ ਦੀਆਂ ਨੇ ਜਿੱਥੇ ਪਰਿਵਾਰ ਚ ਰਵਾਇਤੀ ਖਾਣਾ ਹੈ ਕਿ ਬੱਚੇ ਕੀ ਆਧੁਨਿਕ ਰੰਗ ਰੂਪ ਚ ਬਣਾ ਕੇ ਦਿੱਤਾ ਜਾਂਦਾ ਹੈ ਤੇ ਉਹਦੇ ਕੰ内 ਬੱਚੇ ਅੰਦਰ ਵੀ ਉਸੀ ਲਈ ਹੈ ਇੱਕ ਸੁਭਾਵਿਕ ਆਕਰਸ਼ਣ ਪੈਦਾ ਹੁੰਦਾ ਹੈ ਖੈਰ ਇਹ ਮੇਰੇ ਸਿਲੇਬਸ ਤੋਂ ਬਾਹਰ ਦਾ ਵਿਸ਼ਾ ਹੈ ਪਰ ਹੋ ਸਕਦਾ ਹੈ ਸ਼ਾਇਦ ਮੇਰੀ ਕੋਈ ਗੱਲਾਂ ਕੰਮ ਆਏ ਜਾਂਤ ਹੁੰਦੇ ਦਿਵਯੰਕਾ ਨਮਸਕਾਰ ਦਿਵਯੰਕਾ ਕੇ ਪੜ੍ਹਦੀ ਹੋ ਜੀ ਸਰ ਮੈਂ ਕਾਮਰਸ ਦੀ ছাত্রী ਹਾਂ ਤੇ ਪੁਸ਼ਕਰ ਦੀ ਘਰੋਂ ਆਲੀ ਹੋ ਜੀ ਸਰ ਤੇ ਪੁਸ਼ਕਰ ਦੀ ਕੁਸਾਂ ਪਵਿੱਤਰ ਚੀਜ਼ ਦਾ ਮਿਗੀ ਬਖਾਨ ਕਰ ਗਈਆਂ ਜੋ ਮਿਗੀ ਸੁਣਨੇ ਵਾਸਤੇ ਦੱਸ ਗਿਆ ਕਿ ਕੀ ਹੈ ਪੁਸ਼ਕਰ ਦੀ ਖਾਸੀਅਤ ਜੀ ਪੁਸ਼ਕਰ 'ਚ ਇੱਕ ਮਾਤਰ ਬ੍ਰਹਮਾ ਮੰਦਰ ਹੈ ਹਾਂ ਤੇ ਜਿਹੜਾ ਪੁਸ਼ਕਰ ਰਾਜ ਹੈ ਉਹ ਠਾਠ ਤੀਰਥੀ ਦਾ ਗੁਰੂ ਹੈ ਅੱਛਾ ਬ੍ਰਹਮਾ ਦਾ ਕੀ ਰੋਲ ਰਿਹਾ ਹੈ ਜੀ ਉਹਨੇ ਪ੍ਰਿਥਵੀ ਦੀ ਰਚਨਾ ਕੀਤੀ ਹੀ ਅੱਛਾ ਅੱਛਾ ਦੱਸੋ ਦਵਿਆ ਕਾ ਕੇ ਸਵਾਲਤੋਂ ਦੇ ਮਨਾਇਚ ਸਰ ਮੇਰੀ ਕਿਸ਼ ਦੋਸਤ ਐਸੀ ਨ ਜਦੀ ਯਾਦਦਾਸ਼ਤ ਆਸਪ ਦਰਜੇ ਦੀ ਹੈ ਕੁਸੀਂ ਵੀ ਵਿਸ਼ੇ ਕੀ ਕਿੰਨਾ ਵੀ ਪੜੀ ਲੈਣ ਉਹ ਮਤਿਆਂ ਤੁਸੀਂ ਚੇਤਾ ਨਹੀਂ ਰੱਖੀ ਸਕਦੇ ਨਾ ਸਰ ਉਹ ਐਸਾ ਕੀ ਕਰਨ ਜੀ ਉਹ ਵਿਸ਼ੇ ਕੀ ਚੇਤਾ ਰੱਖੀ ਸਕਣ ਅੱਛਾ ਤਾਂ ਤੁਸੀਂ ਕੀ ਯਾਦਾਸ਼ ਦੀ ਜੜੀ ਬੂਟੀ ਚਾਹੀਦੀ ਹੈ ਜੀ ਸਰ ਦੇਖੋ ਦਿਵਯਾਂਕਾ ਜੀ ਸਰ ਤੁਸੀਂ ਸਭਨੇ ਸ਼ਾ ਪਹਿਲੇ ਆਪਣੀ ਡਿਕਸ਼ਨਰੀ ਥਵਾ ਇਸ ਲਫਜ਼ ਕੀ ਡਿਲੀਟ ਕਰ ਦਿਓ ਤੁਸੀਂ ਸੋਚੋਗਾ ਨਹੀਂ ਜੇ ਤੁੰਦੇ ਕੋਲ ਚੇਤਾ ਰੱਖਣ ਦੀ ਤਾਕਤ ਨਹੀਂ ਹੈ ਜੇਕਰ ਤੁਸੀਂ ਆਪਣੇ ਆਪ ਕੋ ਨੇ ਜੁੜੀ ਦੀਆਂ ਕਿਸੀ ਕਟਨਾ ਹੈਗੀ ਦੇਖੋ ਤਾਂ ਤੁਸੇ ਕੀ ਪਤਾ ਲੱਗੂਗੇ ਜੇ ਅਸਲ 'ਚ ਤੁਸੇ ਕੀ ਬੜੀ ਸਾਰੀ ਚੀਜ਼ਾਂ ਚੇਤਾ ਰੋਂਦੀਆਂ ਨੇ ਜੀ ਆ ਤੁੰਡੀ ਮਾਤਰ ਭਾਸ਼ਾ ਕੀ ਮਾਤਰ ਭਾਸ਼ਾ ਤੁਸੇ ਕੀ ਕੁਸੇਗੀ ਬੜੇ ਵਿਆਕਰਨ ਦੇ ਕਰਨ ਪੜਾਈ ਦੀ ਹੈ ਸਿਖਾਈ ਹੀ ਕਿਆ ਨਹੀਂ 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 ਸਰ ਕਿਆ ਸਕੂਲ 'ਚ ਤੁਸੀਂ ਸਿੱਖੀ ਜਾਂ ਕਿਤਾਬ 'ਚ ਕੋਈ ਤਾਂ ਵੀ ਨਹੀਂ ਹਾਂ ਇਹ ਸਭ ਸੁਣੀਏ ਸਿੱਖ ਲਿਆਤਾ ਇਹੋ ਚੀਜ਼ਾਂ ਜਿਹੜਾ ਸੋਚੋ ਜੇ ਤੁਸੀਂ ਕੀ ਜੋ ਪਸੰਦ ਹੈ ਕਿ ਇਹਨੇ ਚੀਜ਼ੇ ਦੀ ਚੇਤਾ ਰੱਖਣ ਦਾ ਹਸਤਾ ਤੁਸੀਂ ਕਦੇ ਕੋਸ਼ਿਸ਼ ਕੀਤੀ ਉਹ ਗੱਲਾਂ ਜਿੱਦੇ ਕਰਨੇ ਤੁਸੀਂ ਪੂਰੇ ਚਾਲੀ ਜੁੜੀ ਗੇ ਦਿਓ ਮਗਨ ਹੋਏ ਗੇ ਦਿਓ ਉਹ ਗੱਲਾਂ ਜਿਹੜੀ ਤੁਹਾ ਦਾ ਹਿੱਸਾ ਬਣੀ ਗਈਆਂ ਨਾ ਤੁਹਾਡੇ ਵਿਚਾਰ ਪ੍ਰਵਾਹ ਦਾ ਹਿੱਸਾ ਬਣੀ ਗਈਆਂ ਉਹਨੇ ਕੀ ਤੁਸੀਂ ਕਦੇ ਨਹੀਂ ਭੁੱਲਦੇ ਹੋ ਦੁਗਲੇ ਅਵਜੇ ਅੱਖਾਂ ਤਾਂ ਇਹ ਮੈਮੋਰਾਇਜ਼ ਨਹੀਂ ਹੈ ਅਸਲ ਚ ਇਹ ਇੰਟਰਨਲਾਈਜ਼ ਹੈ ਤੇ ਇੰਟਰਨਲਾਈਜ਼ ਕਰਨਾ ਇਹ ਇਸਦਾ ਇੱਕ ਖਰਾ ਰਸਤਾ ਹੈ ਇਸ ਕਰੀਏ ਤੁਸੀਂ ਕੀ ਚੇਤਾ ਕਰਨੇ ਉਪਰ ਜ਼ੋਰ ਦੇਣੇ ਦੇ ਬਜਾਏ ਤੁਸੀਂ ਕੀ ਉਸੇ ਜੀਣੇ ਦੀ ਕੋਸ਼ਿਸ਼ ਕਰਨੀ ਚਾਹੀਦੀ ਸੈਜਤਾ ਸਰਲਤਾ ਸਮਗਰਤਾ ਦੇ ਕਰਨਾ ਤੂੰ ਦੇ ਕੋਲ ਵੀ ਉਹ ਸਾਰੀ ਸ਼ਕਤੀਆਂ ਜਿਹੜੀ ਕੁਸਾ ਬੜੇ ਉਹ ਨਰਮਦ ਵਿਅਕਤੀ ਤਾਂ ਕੋਲ ਹੁੰਦੀਆਂ ਨਾ ਸੋਚੋ ਆਪਣੇ ਭਰਾ ਜਾਂ ਭੈਣ ਦੇ ਕਰਨੇ ਤੂੰ ਦਾ ਕੋਈ ਝਗੜਾ ਹੋਇਦਾ ਹੋਇਆ ਤਾਂ ਉਹ ਤੁਸੀਂ ਕੀ ਇੱਕਦਮ ਚੇਤਾ ਰਹਿੰਦਾ ਤੁਸੀਂ ਸੀ ਭੁੱਲਦੇ ਨਹੀਂ ਹੋ ਇਥੇ ਤਾਂ ਕਰੀਏ ਤੁਸੀਂ ਕਿ ਇਹ ਵੀ ਚੇਤਾ ਰਹੋਂਦਾ ਹੋਗ ਜੇ ਉਸ ਵੇਲੇ ਤੁਸੀਂ ਤੁੰਦੇ ਭਰਾ ਪੈ ਨੇ ਕਿਹੜੇ ਟੱਲੇ ਲਾਇਦੇ ਹੈ ਤੁਸੀਂ ਖੜੇ ਖੜੇ ਲੜਾ ਕਰਦੇ ਹੈ ਜਾਂ ਦੌੜਦੇ ਦੌੜਦੇ ਲੜਾ ਕਰਦੇ ਹੈ ਸਭ ਚੇਤਾ ਹੋਗ ਇੱਕ ਇੱਕ ਘਟਨਾ ਚੇਤਾ ਹੋਗ ਜੀ ਸਰ ਯਾਨੀ ਇਹਦਾ ਇੱਕ ਮਤਲਬ ਇਹ ਹੈ ਜੇ ਤੁਸੀਂ ਉਹਦੇ ਕੰਨੇ ਪੂਰੀ ਚਾਲੀ ਜੁੜੇ ਰਹੇ ਤੁਸੀਂ ਉਸ ਪਲਗੀ ਪੂਰੀ ਚਾਲੀ ਜਿਆ ਕਰਦੇ ਹੈ ਸਾਫ ਹੈ ਜੀ ਚੀਜ਼ਾਂ ਚੇਤਾ ਰਹਿਣ ਉਚਿਤ ਤਰੀਕੇ ਕਨੇ ਚੇਤਾ ਕਰੀ ਸਕਚਾ ਹੈ ਉਹਦੇ ਹਸਤੇ ਤੋ ਜਿਹੜੇ ਪਲ ਚ ਉਹ ਉਸ ਸੇ ਪਲਚੇ ਕੇ ਰੋਣਾ ਤੇ ਉਹਦੇ ਚ ਪੂਰੀ ਚਾਲੀ ਜੁੜੇ ਦੇ ਰੋਣਾ ਬੜਾ ਜ਼ਰੂਰੀ ਹੈ। ਯਾਨੀ ਅਸ ਪੜਾਈ ਕਰਾ ਕਰਨੇ ਆ ਕਿਤਾਬ ਅੱਥੇ ਚ ਹੈ। ਕਿ ਮਨ ਹੈ ਖੇਦੇ ਦੇ ਦਰਾਂ ਚ। ਸਹਲੀਆਂ ਦੇ ਕਰਨੇ ਆ, ਦੋਸਤਾਂ ਦੇ ਕਰਨੇ ਆ। ਫਿਰ ਤੇ ਮਾਮਲਾ ਗੜਬੜ ਹੋ ਜਾਂਦਾ। ਅੱਗੇ ਜਾਈਏ ਤੂੰ ਦੇ ਚਾ ਕੋਈ ਵਿਦਿਆਰਥੀ ਜੇਕਰ ਸਾਈਕੋਲੋਜੀ ਪੜੋਗ ਉਹਦੇ ਚ ਮੈਮਰੀ ਬਾਇ ਐਸੋਸੀਏਸ਼ਨ ਦਾ ਵਿਸ਼ੇ ਤਫਸੀਲ ਕੇ ਨਾ ਸਮਝਾਇਆ ਜਾਵੇ। ਤੂੰ ਚੇਤਾ ਕਰੋ ਜੇ ਸਕੂਲੇ ਚ ਬੜਲੇ ਐਸੈਂਬਲੀ ਚ ਰਾਸ਼ਟ ਰਗਣ ਹੁੰਦਾ। ਉਹ ਜਨ ਗਨ ਮਨ ਹਰ ਕੋਈ ਗਾਉਂਦਾ ਹੈ ਪਰ ਕਿਆ ਕਰਦਾ ਤੁਸੀਂ ਜਨ ਗਨ ਮਨ ਗਾਉਂਦੇ ਬਿਲ ਹੈ ਤੁਸੀਂ ਉਸ ਰਾਸ਼ਟ੍ਰ ਗਾਨ ਦੇ ਕੰਨਾਂ ਦੇਸ਼ਾਂ 'ਚ ਯਾਤਰਾ ਕੀਤੀ ਕਿਆ ਤੁਸੀਂ ਉਹਦੇ ਕੰਨਾਂ ਜਿਹੜੇ ਲਫ਼ਜ਼ ਹੁੰਦੇ ਨੇ ਉਹਨੇ ਲਫ਼ਜ਼ੇ ਦੇ ਕੰਨਾਂ ਆਪਣੇ ਆਪ ਹੈਗੀ ਵਿਜੂਅਲਾਈਜ਼ ਕਰੀ ਸਕੇ ਜਾਂ ਨਹੀਂ ਕਰੀ ਸਕੇ ਪੰਜਾਬ ਦੀ ਗੁਜਰਾਤ ਦੀ ਮਹਾਰਾਸ਼ਟਰ ਦੀ ਬੰਗਾਲ ਦੀ ਮਨ ਕੇ ਮਨ 'ਚ ਰਾਸ਼ਟ੍ਰ ਗਾਨ ਗਾਉਂਦੇ ਵੇਲੇ ਯਾਤਰਾ ਕੀਤੀ ਕਿਆ ਤੁਸੀਂ ਇੱਕਦਮ ਕੰਨਾਂ ਚੇਤਾ ਉਹਨਾ ਸ਼ੁਰੂ ਹੀ ਜਾਗ ਮਨਗੇ ਵਿਜੁਅਲਾਈਜ਼ ਕਰਕੇ ਤਾਂ ਤੁਸੀਂ ਕਿ ਖੜੀ ਚਲੀ ਜਿਤਾ ਹੋ ਜਾਓ ਇਹਦਾ ਤੇ ਇੱਕ ਫਾਇਦਾ ਹੋ ਰੋਗ ਤੁਸੀਂ ਇਸ ਮੁਲਕ ਦੇ ਕੰਨੇ ਵੀ ਜੁੜਦੇ ਚਲੀ ਜਾਗੇ ਯਾਨੀ ਇਨਵੋਲਵ ਇੰਟਰਨਲਾਈਜ਼ ਐਸੋਸੀਏਟ ਤੇ ਵਿਜੁਅਲਾਈਜ਼ ਮੈਮਰੀ ਕੀ ਤੇਜ਼ ਕਰਨ ਲਈ ਇਸ ਫਾਰਮੂਲੇ ਪਰ ਤੁਸੀਂ ਚਲੀ ਸਕਦੇ ਹੋ ਮੈਂ ਤੁਸੇਂ ਕੀ ਇੱਕ ਹੋਰ ਮਿਸਾਲ ਦਿੰਦਾ ਤੁੰਦੇ ਕੋਲ ਨੋਟਬੁਕਸ ਹੁੰਦੀਆਂ ਅਲਗ-ਅਲਗ ਵਿਸ਼ੇ ਦੀਆਂ ਕਿਤਾਬਾਂ ਹੁੰਦੀਆਂ ਤੁਸੀਂ ਜਿਸ ਲੈ ਵੀ ਕਰਾਤਾ ਵਾ ਨਿਕਲੋ ਇਹ ਤੈਅ ਕਰੀਏ ਨਿਕਲੋ ਜੋ ਬਸ ਤੇ ਜੇ ਇੰਨੇ ਨੰਬਰ ਉਪਰ ਇਸ ਵਿਸ਼ੇ ਦੀ ਨੋਟਬੁੱਕ ਹੋ ਤੇ ਇਨੇ ਨੰਬਰਾਂ ਉਪਰ ਇਸ ਵਿਸ਼ੇ ਦੀ ਕਿਤਾਬ ਹੋਊਗਾ ਚੌਥੇ ਨੰਬਰ ਪਰ ਹੋ ਸਕਦੀ ਹੈ ਤਰੀਏ ਪਰ ਹੋ ਸਕਦੀ ਹੈ ਤੇ ਤੁਸੀਂ ਜੇਕਰ ਤਰੀਏ ਨੰਬਰ ਉਪਰ ਇਸ ਤਰੀ ਦੀ ਕਿਤਾਬ ਰੱਖੀ ਹੈ ਪੰਜ ਨੰਬਰ ਉਪਰ ਭੂਗੋਲ ਦੀ ਕਿਤਾਬ ਰੱਖੀ ਦੀ ਹੈ ਤੇ ਜਿਸ ਲੈ ਵੀ ਤੁਸੀਂ ਇਸ ਤਰੀ ਦੀ ਕਿਤਾਬ ਕਢਣੀ ਲਈ ਜਾਓ ਤਾਂ ਬਿਲਕੁਲ ਅੱਖ ਬੰਦ ਕਰੀਏ 36 ਨੰਬਰ ਦੀ ਕਿਤਾਬ ਕਢ ਦਿਓ ਤੁਸੀਂ ਦੇਖਿਓ ਤੁੰਦਾ ਵਿਸ਼ਵਾਸ ਦਾ ਸਤਰ ਕਿੰਨਾ ਵਧ ਜਾ ਚਲੋ ਮੀ ਖੜਨ ਲੱਗਾ ਤੂੰ ਦਿਨੇ ਗੱਲ ਕਰਨ ਦਾ ਮੌਕਾ ਮਿਲਿਆ ਤੇ ਮੈਂ Rajasthan ਦੇ ਲੋਕਾਂ ਦੀ ਵੀ ਤੇ ਪੁਸ਼ਕਰ ਦੀ ਪਵਿੱਤਰ ਧਰਤੀ ਦੀ ਵੀ ਅੱਜ ਇੱਥੋਂ ਨਮਨ ਕਰਨਾ ਮਾਤਾ ਮਤਾ ਧੰਨਵਾਦ ਧੰਨਵਾਦ ਨਮਸਤੇ ਜੀ ਨਮਸਤੇ ਸਰ ਹਾਂ ਦੱਸੋ ਮੇਰਾ ਸਵਾਲ ਇਹ ਹੈ ਜੇ ਜਿਸ ਨੇ ਅਸ ਕੁਸੇ ਸਵਾਲ ਦਾ ਜਵਾਬ ਚੇਤਾ ਕਰਨਿਆ ਤਾਂ ਉਹ ਅਸੇ ਕੀ ਖਰੀ ਚਾਲੀ ਚੇਤਾ ਹੋਈ ਜਾਂਦਾ ਹੈ ਤੇ ਜਿਸ ਨੇ ਅਸ ਲਿਖਣਾ ਸ਼ੁਰੂ ਕਰਨਿਆ ਤਾਂ ਸਵਾਲੇ ਵਾਲਾ ਪਰਚਾ ਦਿਖਿਏਗਾ ਅਸ ਚਾਂਚਕ ਸਭ ਕੁਝ ਪੁੱਲੀ ਜੰਨੇ सर मेहरबानी करिए दसो जे इं की होंगे धनबाद सर तुंदा शुभ ना के है सुहान सैगल अच्छा सैगल जी तुस पढ़ते कुथे हो एलकॉन इंटरनेशनल स्कूल अच्छा ये सवाल पहले कुछ की पूछे दा है? नहीं सर नहीं पूछा माता पिता की पूछा नहीं सर टीचर की पूछा नहीं सर लो बड़े कमाल दे यार मैं क्या मिले तो क्या तुसेंगी ਪਤੰਡਾ ਸਵਾਲ ਮੈਂ ਸਮਝ ਨਾ ਜੇ ਮਤੇ ਸਾਰੇ ਵਿਦਿਆਰਥੀ ਕਿੰਨੇ ਮਨਾਂ ਦਾ ਰੋਂਦਾ ਜਿਸਲੇ ਮੈਂ ਵੀ ਤੁੰਦੇ ਵਾਲਾ ਲੇਖਾ ਪੜਦਾ ਹਨ ਤਾਂ ਇਹ ਗੱਲ ਤੇ ਮਨਾਂ ਰੋਂਦੀ ਹੀ ਜੇ ਯਾਰ ਪਤਾ ਨਹੀਂ ਕੀ ਚੇਤਾ ਨਹੀਂ ਆਵਾ ਕਰਦਾ ਹੈ ਦੇਖੋ ਪ੍ਰੀਖਿਆ ਹਾਲ ਚ ਜਾਂਦੇ ਬਿਲ ਹੈ ਤੁਸੀਂ ਵੀ ਆਪਣੇ ਮਨੇ ਦੀ ਬਿਲਕੁਲ ਸ਼ਾਂਤ ਕਰੀ ਜਾਣਾ ਚਾਹੀਦਾ ਮੈਂ ਵੀ ਟੀਵੀ ਸਕਰੀਨ ਪਰ ਤੁਸੀਂ ਦਿਖਾ ਕਰਨਾ ਇੰਨਾ ਸ਼ਾਂਤ ਤੁੰਦਾ ਚਿਹਰਾ ਹੈ ਇੰਨੇ ਵਿਸ਼ਵਾਸ ਦੇ ਕਰਨਾ ਤੁਸੀਂ ਬੈਠੇ ਦਿਓ ਮੁਸਕਰਾਉਂਦੇ ਵੀ ਆਓ ਇਹ ਇਹ ਜਿਹੜੀ ਅਵਸਥਾ ਹੈ ਨਾ ਮਤਿਆਂ ਦੇਣ ਲਈ ਜਾਓ ਨਾ उस रवे तुसे कदें भी नहीं भुलगन तुंदा मन अशांत रोहग चेंताग तुम घाबरते रोगे तो इस गल असार बड़े मते हो जो सर्चा देखे किस चि सब किस भुली जागे एरा उ उपा इे कि तुम्हें अपनी सारी टेंशन परीक्षा हालत बार छोड़िए जाना चाहिए तो तभी सोचना चाहिए कि जी, जी तैयारी तुमें करनी ही ती लैती है ਉਹ ਤੂੰ ਦਾ ਧਿਆਨ ਸਵਾਲਾਂ ਦੇ ਖਰੀ ਚਾਲੀ ਜਵਾਬ ਦੇਣੇ ਚ ਹੋਣਾ ਚਾਹੀਦਾ ਤੂੰ ਇਸ ਗੱਲ ਐ ਥਮਾ ਵੀ ਨਹੀਂ ਕਾ ਬਰੋ ਜੇ ਕਿਸ਼ ਨਵਾਂ ਆਈ ਗਿਆ ਤਾਂ ਕਿਉਂਗ ਕਿਸ ਐਸਾ ਹੋ ਗਿਆ ਜਿਹੜਾ ਤੁਸੀਂ ਪੜੇ ਦਾ ਨਹੀਂ ਹੈ ਤਾਂ ਕਿਉਂਗ ਤੇ ਮੈਂ ਸਭ ਨਹੀਂ ਗਿਆ ਖੰਗ ਜੇ ਮਤਿਆਨੇ ਦੇ ਤਨਾਗ ਹੀ ਘਟ ਕਰਨੇ ਲਈ ਬਿਜਨ ਟੈਂਸ਼ਨ ਦੇ ਮਤਿਆਨ ਦੇਣ ਲਈ ਕਈ ਸਾਰੀ ਗਤੀਵਿਧੀਆਂ ਕਈ ਸਾਰੇ ਉਪਾਅ ਤੁਸੀਂ ਜੀ ਐਗਜ਼ਾਮ ਵਾਰੀਰ ਕਿਤਾਬ ਚ ਦਿੱਤੇ ਗਏ ਨੇ ਅਜੇ ਵੀ ਐਗਜ਼ਾਮ ਵਾਲੀ ਕਿਤਾਬ ਦੀ ਇੱਕ ਮੈਂ ਨਵਾਂ ਸੰਸਕਰਨ ਮੀਂਹ ਕਰੋਨਾ ਚ ਥੋੜਾ ਸਮੇਂ ਮਿਲੇ ਗਿਆ ਤਾਂ ਮੈਂ ਉਹਦੇ ਚ ਬਿੰਦੂ ਸੁਧਾਰ ਵੀ ਕੀਤਾ ਹੈ ਕਿਛ ਜੋੜਿਆ ਵੀ ਹੈ ਇਸ ਵਾਰੀ ਇਹਦੇ ਚ ਬੱਚੇ ਅਸਤੇ ਕੇ ਮੰਤਰ ਨਹੀਂ ਹਨ ਸਗੋਂ ਮੈਂ ਅਭਿਵਾਵਕਾਂ ਅਸਤੇ ਵੀ ਮਾਤਾ ਕਿਛ ਲਿਖਿਆ ਹੈ ਕਈ ਸਾਰੀ ਗਤੀਵਿਧੀਆਂ ਨਵਾਂ ਐਪ ਪਰ ਵੀ ਦਿੱਤੀਆਂ ਗਈਆਂ ਨੇ ਤੁਸੀਂ ਇਹਦੇ ਚ ਸ਼ਿਰਕਤ ਕਰੀਏ ਆਪਣੇ ਦੋਸਤ ਇਕਨਾਂ ਸਾਂਝੀ ਵੀ ਕਰੀ ਸਕਦੇ ਹੋ ਤੇ ਮੇਗੀ ਵਿਸ਼ਵਾਸ ਹੈ ਬਿੰਦ ਜਨੀ ਕੋਸ਼ਿਸ਼ ਕਰੋ ਮਨਿਆ ਚ ਨਿਕਲੀ ਜਾਗ ਤੇ ਤੁਸੇਂ ਕੀ ਪੱਕਾ ਗਾ ਫਾਇਦਾ ਹੋਵੇ ਤੁੰਦੇ ਸਾਥੀ ਤੇ ਮੈਂ ਤੁੰਦੇ ਥਵਾਏ ਚਾਗੇ ਜੇ ਤੁਸੇ ਕੀ ਜਿਸਲੇ ਵੀ ਫਾਇਦਾ ਹੋਇਆ ਤਾਂ ਮੇਗੀ ਲਿਖਿਆ ਦਿਓ ਐਗਜ਼ਾਮ ਵਾਰੀਰ ਪੜ੍ਹੀਏ ਮੇਗੀ ਚਿੱਠੀ ਲਿਖੋ ਲੇਕੇ ਨਾ ਜੀ ਸਰ ਵਾਹ ਸ਼ਾਬਾਸ਼ ਧੰਨਵਾਦ ਸਰ ਨਮਸਤੇ ਜੀ ਮੇਰਾ ਨਾਮ ਧਾਰਵੀ ਬੋਪਟ ਹੈ ਮੈਂ ਗੁਜਰਾਤ ਅਹਮਦਾਬਾਦ ਦੇ ਗਲੋਬਲ ਮਿਸ਼ਨ ਇੰਟਰਨੈਸ਼ਨਲ ਸਕੂਲ ਦੀ ਸੰਸਕਾਰਤਾਮ ਦੀ 11ਵੀਂ ਜਮਾਤ ਦੀ ਕਾਮਰਸ ਦੀ ছাত্রী ਸ਼੍ਰੀਮਨ ਕੋਰੋਨਾ ਦੀ ਸਮੇਂ ਚ ਉਦਯੋਗ ਵਪਾਰ ਸਰਕਾਰ 기 ਵੀ ਤਕਲੀਫ ਆਈਓਗ ਪਰ ਕਿਆ ਤੁਸੀਂ ਸੋਚਿਆ ਜੇ ਵਿਦਿਆਰਥੀ ਕੀ ਕੀ ਤਕਲੀਫ ਆਈ ਸਰ ਇਸ ਸੰਕਟ ਕੀ ਮੈਂ ਆਪਣੇ ਜੀਵਨ ਚ ਕਿਸ ਰੂਪ ਚ ਚੇਤਾ ਰੱਖਾਂ ਇਆ ਲੱਗਦਾ ਅਸੀਂ ছাত্রী ਦਾ ਇੱਕ ਵਾਰਾ ਬਰਬਾਦ ਹੋਈ ਗਿਆ ਮੇਰੀ ਥਾਰ ਉੱਪਰ ਧੂਸ ਹੁੰਦੇ ਤਾਂ ਕੀ ਕਰਦੇ ਤੁੰਦਾ ਮਾਰਗਦਰਸ਼ਨ ਸਿੰਘ ਦਿਸ਼ਾ ਦੇਗ ਧੰਨਵਾਦ ਧਾਰਵੀ ਤੁੰਦਾ ਕੋਈ ਲੋਕਾ ਭਰਾ ਹੈ ਵੱਡਾ ਭਰਾ ਲੋਕਾ ਭਰਾ ਕੋਈ ਆਕਰ ਹੈ सर लोकी भेन है लोकी भेन है अच्छा जी सर लोकी भेन की इया का डांट दियो जिया उन आखा कर दी नहीं सर इया आखा खोलिए बोला कर दी अच्छा साबरमती आश्रम पहला कदे आई दी ही या आज पहली बारी आई हो सर पहली बार आई आज पहली बारी आई हो किन्ने बरे थवा अहमदाबाद रवा कर दियो 6 बरे सर अच्छा तो 6 बरे थवा रवा कर दियो ते तुंदा ਕਦੇ ਮੰਨੀ ਕੀਤਾ ਜੇ ਭਾਰਤ ਦੀ ਆਜ਼ਾਦੀ ਦੀ ਇੰਨੀ ਮਹੱਤਵਪੂਰਨ ਥਾਂ ਉਥੇ ਕਦੇ ਜਾਣਾ ਚਾਹੀਦਾ ਅੱਜ ਤੇ ਬੜਲਾ ਥਮਗਾ ਆਈਗੇ ਦਿਓਗੇ ਤੁਸ ਲੋ ਜੀ ਸਰ ਬਿਲਕੁਲ ਤੁਸ ਨੇ ਦੇਖਿਆ ਕਿਆ ਸਭ ਚੀਜ਼ਾਂ ਦੇਖੀਆਂ ਕਿਆ ਹਾਂ ਸਰ ਦੇਖੀਆਂ ਮਨ ਕੀ ਸ਼ਾਂਤੀ ਦਾ ਅਹਿਸਾਸ ਹੋਆ ਹਾਂ ਸਰ ਬੜੀ ਸ਼ਾਂਤੀ ਦਾ ਅਹਿਸਾਸ ਹੋਆ ਦੇਖੋ ਜਾਈਏ ਆਪਣੇ ਸੰਸਕਰਤਾਂ ਦੇ ਦੋਸਤਾਂ ਦੀ ਵੀ ਆਖੋ ਜਿਸ ਸਾਬਰਮਤੀ ਆਸ਼ਰਮ 'ਚ ਜਾਣਾ ਚਾਹੀਦਾ ਤੇ ਆਪਣੇ ਪਰਿਵਾਰ ਦੇ ਦੋਸਤਾਂ ਦੀ ਵੀ ਆਖੋ ਜਿਸ ਸਾਬਰਮਤੀ ਆਸ਼ਰਮ ਜਾਣਾ ਚਾਹੀਦਾ ਤੇ ਉਥੇ ਦੀ ਸ਼ਾਂਤੀ ਦਾ ਅਨੁਭਵ ਕਰਨਾ ਚਾਹੀਦਾ ਕਿਸ਼ਪਲ ਮਾਉਣ ਕਿਸ਼ਪਲ ਮਾਉਣ ਉਥੇ ਬਹਉਣਾ ਚਾਹੀਦਾ ਕਰ ਗਿਓ ਹਾਂ ਸਰ ਅੱਛਾ ਚਲੋ ਹੁਣ ਮੈਂ ਤੁਹਾਨੂੰ ਸਵਾਲੇ ਪੁਰਉਣਾ ਮੈਂ ਤੇ ਇੱਕਦਮ ਧਾਰਵੀ ਕੀ ਉਪਦੇਸ਼ ਨੇ ਲੱਗੀ ਪਿਆ ਹਾਂ ਦੇਖੋ ਤੁਹਾਂ ਦੀ ਗੱਲ ਬਿਲਕੁਲ ਸਹੀ ਹੈ ਜਿੱਥੇ ਤੱਕ ਕਰੋਨਾ ਦਾ ਸਵਾਲ ਹੈ ਮੈਂ ਤੇ ਇਸੇ ਇਸ ਰੂਪ ਵਿੱਚ ਦੇਖਣਾ ਜਿਹੜੀ ਗਲਤੀ ਤੁਸੀਂ ਨਹੀਂ ਕੀਤੀ ਉਹਦਾ ਖਮਿਆ ਜਾ ਤੁਸੀਂ ਕਿ ਠੁਆਣਾ ਪਿਆ ਇਹ ਤੁੰਦੇ ਲਈ ਜੀਵਨ ਦੀ ਇੱਕ ਸਿੱਖ ਹੈ ਜੇ ਕਈ ਵਾਰੀ ਜੀਵਨ ਚ ਬੜਾ ਕਿਸ ਚਾਣਚਕ ਹੁੰਦਾ ਕਲਪਨਾ ਤੋਂ ਬਾਹਰੇ ਘਟਦਾ ਹੈ ਤੇ ਇਹ ਘਟਨਾਵਾਂ ਉੱਪਰ ਤੁੰਦਾ ਕੋਈ ਕਾਬੂ ਨਹੀਂ ਹੁੰਦਾ ਹੈ। ਕਰੋਨਾ 'ਚ ਵੀ ਅਸ ਆਖੀ ਸਕਣਿਆ ਜੇ ਬੱਚੇ ਦਾ, ਜੁਵਾਏ ਦਾ ਜਿਹੜਾ ਨੁਕਸਾਨ ਹੋਇਆ ਉਹ ਬੜਾ ਵੱਡਾ ਹੈ। ਬਚਪਨ ਲਈ ਤੇ ਇੱਕ ਬਰੇ ਦਾ ਨੁਕਸਾਨ। ਵੱਡੀ ਇਮਾਰਤ ਦੇ ਨੀਂਹ ਅੰਦਰ ਇੱਕ ਖਾਲੀਪਣ ਜਨੇ ਆ। ਇਸ ਕਮੀ ਕੀ ਪਰਨਾ ਸੌਖਾ ਨਹੀਂ ਹੈ। ਸਕੂਲ ਦੀ ਉਮਰ ਮਤਲਬ ਅਸਨਾ, ਖੇਡਣਾ, ਮਿੱਟੀ 'ਚ ਖੇਡਣਾ, ਮਿੱਟੀ 'ਚ ਉਛਲਣਾ। ਗਰਮੀ, ਸਰਦੀ, ਬਰਸਾਤ ਹਰ ਚੀਜ਼ ਦਾ ਨੰਦ। ਦੋਸਤਾਂ ਦੇ ਕੰਨਾ ਹੈ ਕਲਾਸਰੂਮ ਚ ਟੀਚਰ ਦੇ ਕੰਨਾ ਹੈ ਗੱਪਾਂ ਮਾਰਨਾ ਗੱਲਾਂ ਕਰਨਾ ਕਰੇ ਦੀ ਨਿੱਕੀ ਚ ਨਹੀਂ ਘਟਣਾ ਇਹ ਚਾਰੇ ਪਾਸੇ ਦੱਸ ਹੀ ਦੇਣਾ ਉਹਦੇ ਦਰਮਿਆਨ ਰਹਿਣਾ ਇਹ ਸਭ ਜੀਵਨ ਦੀ ਵਿਕਾਸ ਯਾਤਰਾ ਲਈ ਬੜਾ ਜ਼ਰੂਰੀ ਹੁੰਦਾ ਹੈ ਇਹਨੇ ਸਭ ਨੇ ਚੀਜ਼ੇ ਕਰਨਾ ਹੈ ਤੁਸੀਂ ਸਹਿਜ ਗਾ ਕਿੰਨਾ ਕੁ ਸਿੱਖੀ ਸਕਦੇ ਹੋ ਤੁਸੀਂ ਕੀ ਵੀ ਲੱਗਦਾਗਾ ਹੋਗੇ ਜੇ ਕਰੋਨਾ ਕਾਲ ਦੇ ਪਹਿਲਾ ਦਾ ਸਮੇਂ ਤੂੰ ਚੇਤਾ ਕਰਦੇ ਹੋਗੇ ਤਾਂ ਸੋਚਦੇ ਹੋਗੇ ਤੇ ਕਿੰਨਾ ਕੁ ਮਿਸ ਕੀਤਾ ਪਰ ਕਰੋਨਾ ਕਾਲ ਚ ਜੇਕਰ ਬੜਾ ਕਸ਼ਮਾ ਆਇਆ ਹੈ ਤਾਂ ਬੜਾ ਕੁਛ ਅਸਲ ਵੀ ਕੀਤਾ ਹੈ ਕਰੋਨਾ ਦੀ ਸਭਨੇਸ਼ਾ ਪਹਿਲੀ ਸਿੱਖ ਤੇ ਇਹ ਹੈ ਜੇ ਤੁਸੀਂ ਕਿ ਜਿਸ ਚੀਜ਼ ਦੀ ਜਿਹੜੇ ਜਿਹੜੇ ਲੋਕਾਂ ਕੀ ਮਿਸ ਕੀਤਾ ਉਹਦੇ ਤੋਂ ਦੇ ਜੀਵਨ 'ਚ ਕਿੰਨੀ ਵੱਡੀ ਭੂਮਿਕਾ ਹੈ ਇਹ ਇਸ ਕਰੋਨਾ ਦੇ ਸਮੇਂ 'ਚ ਮਤਾ ਪਤਾ ਲੱਗਾ ਹੈ ਤੁਸੀਂ ਕਿ ਇਸ ਗੱਲ ਦਾ ਅਹਿਸਾਸ ਹੋਆ ਜੇ ਕੁਸ ਹੈਗੀ ਵੀ ਅਲਕਿਚ ਨਹੀਂ ਲੈਣਾ ਲੋੜ ਚਦਾ ਖੇਡ ਖੂਦੋ ਹੈ ਸਕੂਲ ਤੋਂ ਫਿਜ਼ੀਕਲ ਕਲਾਸਾਂ ਹੋਣ ਜਾਂ ਫਿਰ ਕੁਦਾ ਘਰ ਦੇ ਨੇੜੇ ਸਬਜ਼ੀ ਵੇਚਣ ਵਾਲੇ ਕੱਪੜੇ ਪ੍ਰੈਸ ਕਰਨ ਵਾਲੇ ਨੇੜੇ ਦੇ ਬਾਜ਼ਾਰ ਦੇ ਦੁਕਾਨਦਾਰ ਜਿਹੜੇ ਲੋਕਾਂ ਕੀ ਜਿਨ੍ਹਾਂ ਗੱਲ ਨੇ ਕੀ ਤੁਸੀਂ ਰੂਟੀਨ ਸਮਝ ਲੈਂਤਾ ਹ ਉਹਨੇ ਕਿ ਜਿਸਲੇ ਮਿਸ ਕਰਨੇ ਆ ਤਾਂ ਉਹਦਾ ਸਭਨੇ ਦਾ ਮਹੱਤਵ ਅਸੀਂ ਸਭਨੇ ਕੀ ਅਨੁਭਵ ਹੁੰਦਾ ਹੈ ਤੁਸੀਂ ਕੀ ਵੀ ਪਤਾ ਲੱਗਾ ਇਸ ਕਰੀ ਹੈ ਇਸ ਦਿਸ਼ਾ ਚ ਤੁਸੀਂ ਕੀ ਲਗਾਤਾਰ ਜਾਗਰੂਕ ਰਹਿਣਾ ਚਾਹੀਦਾ ਤੇ ਜੀਵਨ ਭਰ ਇਸ ਸਬਕ ਦੀ ਚੇਤਾ ਰੱਖਣਾ ਚਾਹੀਦਾ ਕਰੋਨਾ ਦੇ ਬਾਅਦ ਵੀ ਇਨੀਆਂ ਚੀਜ਼ਾਂ ਦੀ ਉਪੇਕਸ਼ਾ ਨਹੀਂ ਕਰਨੀ ਚਾਹੀਦੀ ਉਥੇ ਕਿ ਤੁਸੀਂ ਕੀ ਇਹ ਵੀ ਚੇਤਾ ਰੱਖਣਾ ਚਾਹੀਦਾ ਜੇ ਜੀਵਨ ਦੀ ਅਸਲ ਮਾਇਨੇ 'ਚ ਜਿਉਣੇ ਆਸ ਤੇ ਕਿੰਨੀ ਕੱਟ ਚੀਜ਼ਾਂ ਦੀ ਲੋੜ ਹੁੰਦੀ ਹੈ ਦੁਆ ਇਸ ਇੱਕ ਬਾਰੇ 'ਚ ਤੁਸੀਂ ਕੀ ਕੋਤਨਾਕ ਹੁੰਦਾ ਹੈ ਜਾਣਨੇ ਅਣਜਾਣੇ 'ਚ ਆਪਣੇ ਆਪ ਦੇ ਅੰਦਰ ਝਾਕਨੇ ਦਾ ਆਪਣੇ ਆਪ ਹੈ ਕਿ ਜਾਣਨੇ ਦਾ ਇੱਕ ਮੌਕਾ ਵੀ ਮਿਲਿਆ ਹੋਗਾ ਕਰੋਨਾ ਦੇ ਇਸ ਸਮੇਂ 'ਚ ਇੱਕ ਗੱਲ ਇਹ ਵੀ ਹੋਈ ਹੈ ਜੀ ਅਸੀਂ ਆਪਣੇ ਪਰਿਵਾਰ 'ਚ ਇੱਕ ਦੂਏ ਦੀ ਬੜੀ نزدیکی ਕਨ ਸਮਝਿਆ ਹੈ ਕਰੋਨਾ ਨੇ ਸਮਾਜੀ ਛਿੰਡੇ ਲਈ ਮਜਬੂਰ ਕੀਤਾ ਪਰ ਪਰਿਵਾਰੇ 'ਚ ਭਾਵਨਾਤਮਕ ਸਬੰਧੇ ਦੀ ਵੀ ਇੰਨੇ ਪੱਕਾ ਕੀਤਾ ਹੈ ਕਰੋਨਾ ਦੇ ਸਮੇਂ ਨੇ ਇਹ ਵੀ ਦੱਸਿਆ ਹੈ ਜੇ ਇੱਕ ਸਾਂਝੇ ਪਰਿਵਾਰ ਦੀ ਤਾਕਤ ਕੀ ਹੁੰਦੀ ਹੈ ਘਰ ਦੇ ਬੱਚੇ ਦੇ ਜੀਵਨ ਨਿਰਮਾਣ 'ਚ ਉਹਦੀ ਕਿੰਨੀ ਭੂਮਿਕਾ ਹੁੰਦੀ ਹੈ ਮੈਂ ਚਾਹਂਗ ਇਹ ਸੋਸ਼ਲ ਸਾਇੰਸ ਦੇ ਲੋਕ ਸਾਡੀ ਯੂਨੀਵਰਸਿਟੀਆਂ ਦੇ ਉੱਤੇ ਖੋਜ ਕਰਨ ਕਰੋਨਾ ਦੇ ਸਮੇਂ ਦੇ ਪਰਿਵਾਰਿਕ ਜੀਵਨ ਉੱਪਰ ਅਧਿਐਨ ਕਰਨ ਕਿਆਂ ਇਸ ਸੰਕਟ ਕੰਨਾ ਮੁਕਾਬਲਾ ਕਰਨੇ 'ਚ ਸਾਂਝੇ ਪਰਿਵਾਰਾਂ ਸਮਾਜ ਦੀ ਤਾਕਤ ਦਿੱਤੀ ਇਸ ਪਹਿਲੂ ਦੀ ਖੰਗਾਲਣ कोरोना ਆਉਣੇ ਦੇ ਬਾਅਦ ਇਹ ਜਿਹੜਾ ਆਯੁਰਵੈਦਿਕ ਕਾੜਾ ਸਤਦਾਰ ਖੁਰਾਕ ਸਾਫ ਸਫਾਈ ਇਮਿਊਨਿਟੀ ਐਸੀ ਨਿਕਾਮਤ ਤਪੂਨ ਵਿਸ਼ੇ ਬੱਕੀ ਸਾੜਾ ਸਭਨੇ ਦਾ ਧਿਆਨ ਗਿਆ ਹੈ ਇਹਨੇ ਸਭਨੇ ਲਈ ਲੋਕੇ ਜੋ ਜੋ ਕੀਤਾ ਉਹ ਜੇਕਰ ਪਹਿਲੇ ਤੋਂ ਕਰਦੇ ਆਵਾ ਕਰਦੇ ਹੁੰਦੇ ਤਾਂ ਸ਼ਾਇਦ ਪਰੇਸ਼ਾਨੀ ਇਹਦੇ ਸ਼ਾਬੇ ਘੱਟ ਹੁੰਦੀ ਪਰ ਅੱਛਾ ਹੈ ਉਹਨੇ ਬਦਲਾਵ ਲੋਕੇ ਆਪਣੇ ਜੀਵਨ ਵਿੱਚ ਸ਼ਾਮਿਲ ਕਰ ਹੀ ਲਿਆਤਾ ਤੇ ਇਸ ਕਰੀਏ ਮੈਂ ਇਹ ਆਖਾਂਗੇ ਜੀ ਇਹ ਬੜੀ ਵੱਡੀ ਗੱਲ ਹੈ ਇਹ ਪਰਿਵਾਰ ਦੇ ਬੱਚੇ ਇਨੇ ਗੰਭੀਰ ਪਹਿਲੂ ਬਾਰੇ ਸੋਚਿਆ ਕਰਦੇ ਨੇ ਗੱਲ ਕਰਾ ਕਰਦੇ ਨੇ ਧੰਨਵਾਦ ਬੇਟਾ ਧੰਨਵਾਦ ਮਾਨਜੋਗ ਪ੍ਰਧਾਨ ਮੰਤਰੀ ਮਹੋਦਯ ਮੈਂ ਕ੍ਰਿਸ਼ਟੀ ਸਾਈ ਕਿਆ ਕੇਂਦਰੀ ਵਿਦਿਆਲੇ ਆਈਆਈਟੀ ਗੁਹਾਟੀ ਦੀ ਦਸਵੀਂ ਜਮਾਤ ਦੀ ছাত্রী ਤੇ ਅਸਮ ਵਾਸੀ ਪਾਸਿਆ ਤੁਸਿੰਗੀ ਪ੍ਰਣਾਮ ਸਰ ਨਵੀਂ ਪੀੜੀ ਦੇ ਇੱਕ ਬੱਚੀ ਦੇ ਤੌਰ ਉਪਰ ਅਸ ਆਪਣੇ ਅਭਿਵਾਂਕੀ ਤੇ ਆਪਣੇ ਦਿਲਮਿਆਨ ਦੇ ਜਨਰੇਸ਼ਨ ਗੈਪ ਕੀ ਮੇਸ਼ਾ ਕੱਟ ਕਰਨਾ ਚਾਹੁੰਨੀ ਆ ਪ੍ਰਧਾਨ ਮੰਤਰੀ ਜੀ ਆਸਿਕ ਕਿਸ ਚਾਲੀ ਕਰੀ ਸਕਨੀ ਆ ਮਿਹਰਬਾਨੀ ਕਰੀਏ ਮਾਰਗਦਰਸ਼ਨ ਕਰੋ ਕੇ ਨਾ ਦੱਸਿਆ ਬੇਟਾ ਸਰ ਕ੍ਰਿਸਟੀਸਾਈ ਕੀਆ ਇਨੀ ਵਧੀਆ ਹਿੰਦੀ ਕਈਆਂ ਬੋਲੀ ਲੈਂਦੀਆਂ ਉਹ ਧੰਨਵਾਦ ਸਰ ਚਲੋ ਤੁੰਦਾ ਸਵਾਲ ਤੇ ਬੜਾ ਖਰਾ ਹੈ ਇੱਕ ਵਿਦਿਆਰਥੀ ਦੇ ਰੂਪ ਚ ਤੁਸੇ ਜਿਹੜਾ ਸਵਾਲ ਪੁੱਛਿਆ ਉਹਦੇ ਲਈ ਮੈਂ ਤੁੰਦੀ ਬੜੀ ਸਰਾਨਾ ਕਰਨਾ ਇਹ ਦੱਸਦਾ ਹੈ ਜੇ ਤੁਸ ਇਸ ਮੁੱਦੇ ਕੀ ਲਈਏ ਕਿੰਨੇ ਸੰਵੇਦਨਸ਼ੀਲ ਹੋ ਤੁਸੀਂ ਨਾ ਛੜਾ ਇਸ ਵਿਸ਼ੇ ਦੀ ਸਮਝਾ ਕਰਦੇ ਹੋ ਸਗੂਆ ਤਾਉ ਪੀੜ੍ਹੀਆਂ ਦੇ ਦਰਮਿਆਨ ਜਨਰੇਸ਼ਨ ਗੈਪ ਘਟੋ ਹੈ ਇਹਦੀ ਵੀ ਕੋਸ਼ਿਸ਼ ਕਰਾ ਕਰਦੇ ਹੋ ਪਰ ਮੈਂ ਅਭਿਵਾਵਕਾਂ ਕਰਨਾ ਇਸ ਵਿਸ਼ੇ ਪਰ ਗੱਲ ਕਰਨੀ ਹੈ ਇੱਕ ਗੱਲ ਜਿਹਦਾ ਫੈਸਲਾ ਅਭਿਵਾਵਕਾਂ ਕਰਨਾ ਹੈ ਕਿਆ ਉਹ ਬੁੜਾ ਪਿਆਲੀ ਬੱਕੀ ਜਾਣਾ ਚਾਹੁੰਦੇ ਨੇ ਜਾਂ ਫਿਰ ਆਪਣੀ ਉਮਰ ਘਟ ਕਰਨਾ ਚਾਹੁੰਦੇ ਨੇ ਤੇ ਤੁਸੀਂ ਵੀ ਬੇਟਾ ਆਪਣੇ ਮੰਮੀ ਪਾਪਾ ਕੀ ਪੱਕ ਗਏ ਇਹ ਸਵਾਲ ਪੁੱਛਿਓ ਜੇਕਰ ਅਭਿਵਾਹਕ ਬੁੜਾ ਪਹਿਲੀ ਬੱਕੀ ਜਾਣਾ ਚਾਹੁੰਦੇ ਨਾ ਤਾਂ ਬਿਸ਼ੱਕ ਆਪਣੇ ਬੱਚੇ ਦੇ ਕੰਨਾਂ 'ਚ ਛਿੰਡਾ ਬਣਾਈ ਲੈਣ ਛਿੰਡਾ ਬਧਾਂਦੇ ਰਹਿਣ ਜੇਕਰ ਤੁਸੀਂ ਨਵੇਂ ਜੀਵਨ ਵਾਲੀ ਬੱਕੀ ਅੱਗੇ ਵਧਣਾ ਹੈ ਆਪਣੀ ਉਮਰ ਘਟਾਣੀ ਹੈ ਯੁਵਾ ਬਣੇ ਦੇ ਰਹਿਣਾ ਹੈ ਤਾਂ ਤੁਸੀਂ ਆਪਣੇ ਬੱਚੇ ਦੇ ਕੰਨਾਂ 'ਚ ਛਿੰਡਾ ਕੱਟ ਕਰੋ ਨਜ਼ਦੀਕੀ ਬਧਾਓ ਇਹ ਤੁੰਦੇ ਫਾਇਦੇ ਵਾਲਾ ਹੈ ਤੁਸੀਂ ਚੇਤਾ ਕਰੋ ਜਿਸ ਲਈ ਤੁੰਦਾ ਬੱਚਾ ਇੱਕ ਬਰੇ ਦੀ ਉਮਰ ਤਾ ਹ ਤਾਂ ਤੁਸੀਂ ਉਹਦੇ ਕੰਨਾਂ 'ਚ ਕਿੰਨੀਆਂ ਗੱਲਾਂ ਕਰਦੇ ਹੈ ਉਸਲੇ ਤ ਉਸ ਉਸੀ ਆਸਾਨੀਅਤ ਤੇ ਕਨੇਕਨੀ ਆਵਾਜ਼ਾਂ ਕਰਦੇ ਹੈ ਤ ਉਸ ਆਪਣੇ ਚਿਹਰੇ ਦੇ ਭਾਤ ਭਾਤ ਦੇ ਐਕਸਪ੍ਰੈਸ਼ਨ ਬਣਾਈਆ ਕਿਹਾਂ ਉਹਦੇ ਕਨੇ ਗੱਲ ਕਰਦੇ ਹੈ ਇੰਹ ਕਰਦੇ ਹੋਈ ਕਿ ਕਦੇ ਤੁਸੀਂ ਸੋਚਿਆ ਜੇ ਕੋਈ ਦਿਖੂ ਤੇ ਕੀ ਆਖੋ ਕਦੇ ਤੁਸੀਂ ਸੋਚਿਆ ਜੇ ਲੋਕ ਤੁਸੀਂ ਕੀ ਇੰਹ ਕਰਦੇ ਹੋਈ ਦਿਖਗਣ ਤਾਂ ਇਹ ਆਖਣ ਜੇ ਇੱਕ ਕਨੇ ਚਿਹਰੇ ਬਣਾ ਕਰਦਾ ਹੈ ਕਨੇ ਆਵਾਜ਼ ਕੱਢਾ ਕਰਦਾ ਹੈ ਕਿ ਕਦੇ ਉਸ ਬੇਲੇ ਤੁਸੀਂ ਸੋਚਿਆ ਜੇ ਤੁਹਾਡੇ ਬੱਚਿਆਂ ਦੇ ਮਨਾਂ ਅੰਦਰ ਕੀ ਚਲਾ ਕਰਦਾ ਹੋਗਾ उस वेले नंद आया इस करें कुसे दी परवाह नहीं कीती यानी सब छोड़ी किश आपू एक बच्चा बनी गए बच्चे तुस खेड़नेपू खना बन गए ते बच्चे खड़ौने भी उन्ने चा खेडे चेता करो घोड़ा बने होगे की पिट्ठ पर बहालिए चले होगे कदे पर बलिए घर घुमे होगे चार पैर चले होगे ਬੱਚਾ ਰੋਇਆ ਉਹ ਤਾਂ ਉਸੇ ਚੁੱਪ ਕਰਾਉਣੇ ਆਸਤੇ ਤੂੰ ਉਸ ਵੀ ਝੂਠ ਮੁਰਦਾ ਰੋਇਓਗੇ ਉਸ ਲਈ ਤੁਸੇ ਕੀ ਕੋਈ ਫਰਕ ਨਹੀਂ ਪਉਂਦਾ ਹੇ ਜੇ ਦਿਖਣਿਆਲਾ ਕੀ ਆਖੋਗਾ ਕਰਦੇ ਬਾਕੀ ਲੋਗ ਕੇ ਆਖਗਨ ਸਮਾਜ ਕੇ ਆਖੋਗੋ ਦੋਸਤ ਕੇ ਆਖਗਨ ਕਿਸ ਨੇ ਸੋਚਿਆ ਕਿਆ ਕਰਦਾ ਸੋਚਿਆ ਤੂੰ ਸੋਦਾ ਨੰਦ ਲੈਂਦੇ ਹੋ ਤੇ ਨਿਆ ਬੱਚੇ ਦੇ 5 6 ਬਾਰੇ ਦੀ ਉਮਰ ਤੱਕ ਚਲਦਾ ਰਹਿੰਦਾ ਜੀਵਿਆਂ ਦਾ ਬੱਚਾ ਬਿੰਦ ਵੱਡਾ ਹੁੰਦਾ ਤਾਂ ਇੱਕ ਸਤਾਰ ਉੱਪਰ ਮਾਨਸਿਕਤਾ ਨਹੀਂ ਹੋ ਜਾਂਦੀ ਹੈ ਜੇ ਮਾਤਾ ਪਿਤਾ ਬੱਚੇ ਪਰ ਆ ਵੀ ਹੋਣਾ ਚਾਹੁੰਦੇ ਨੇ ਬੱਚੇ ਕੀ ਹਰ ਚੀਜ਼ ਸਿਖਾਣਾ ਚਾਹੁੰਦੇ ਨੇ ਚਾਹਾਂ ਚੱਕ ਜਿਹੜੇ ਦੋਸਤ ਹੈ ਉਹ ਦੋਸਤ ਨਹੀਂ ਰਹੀ ਹੈ ਬੱਚੇ ਦੇ ਇਨਸਟਰక్టర్ ਬਣ ਜਾਂਦੇ ਨੇ ਤੇ ਕਦੇ-ਕਦੇ ਇੰਸਪੈਕਟਰ ਵੀ ਬਣ ਜਾਂਦੇ ਨੇ ਸਾਥੀਓ ਬੱਚਾ ਜਿਸ ਲੈ ਬਾਹਰ ਦੀ ਦੁਨੀਆ ਚ ਪੈਰ ਰੱਖਦਾ ਹੈ ਤਾਂ ਬੜੀ ਗੱਲਾਂ ਦੇਖਦਾ ਹੈ ਕਰੇ ਜਦੋਂ ਦੇਖਿਆ ਉਹਦੇ ਥਾਂ ਕਿਸ ਮਤਾ ਕਿਸ ਬਖਰਾ ਕਿਸ ਨਵਾ ਉਹ ਦਿਖਣ ਲੱਗੀ ਪਉਂਦਾ ਹੈ ਉਸ ਵੇਲੇ ਤੁੰਦੀ ਇਹ ਜਾਗਰੂਕ ਜ਼ਿੰਮੇਦਾਰੀ ਹੈ ਜੀ ਉਸ ਨਵੇਂ ਵਾਤਾਵਰਣ ਦਾ ਬੱਚਾ ਔਰ ਮਤਾ ਬਦਾ ਮਠੋ ਹੈ ਤੇ ਇਹਦਾ ਉੱਤਮ ਤਰੀਕਾ ਹੈ ਤੁਸੀਂ ਉਹਦੇ ਮਨਕ ਨਾਲ ਜੁੜੋ ਉਹਦੇ ਮਨ ਕਰਨੇ ਕਿ ਕਰੋ ਤੇ ਉਹਦੀ ਹਰ ਗੱਲ ਦੀ ਪਾਵਨਾਤਮਕ ਰੂਪਕ ਨਾਲ ਜੁੜ ਕੇ ਸੁਣੋ ਇਹ ਨਹੀਂ ਜੇ ਫੋਨ ਕਰਾ ਕਰਦੇ ਹੋ ਤੇ ਉਹ ਬੋਲਾ ਕਰਦਾ ਹੈ ਬਿਲਕੁਲ ਉਹਦੇ ਕਰਨੇ ਜੁੜੋ ਤੁਸੀਂ ਵੀ ਜਿਹੜਾ ਪਸੰਦ ਨਹੀਂ ਜੇਕਰ ਉਹ ਕੰਮ ਤੋਂ ਦਾ ਬੱਚਾ ਕਰੀਏ ਆਇਆ ਹੈ ਤਾਂ ਉਸਕੇ ਡਾਂਟੋ ਨਹੀਂ ਟੋਕੋ ਨਹੀਂ ਬਸ ਸੁਣਦੇ ਰਹੋ सुनते बेले उसकी लगना चाहिए कि तुम उसकी कि प्यार करते हो हाँ पर जी चीज खरी नहीं है उसकी मन रजिस्टर करी रखो यह बधदी उम्र के बच्चे करना बड़ा जरूरी होता है तुम जना गो गल समझो तुम तो तो इंस्ट्रक्टर बनिए उस शाम तक कर, के करना है यह नहीं समझाओ बार बार नहीं पुछो कि बस اپنی ਅੱਖੀ ਖੁੱਲੀ ਰੱਖੋ ਕੰਨ ਖੁੱਲੇ ਰੱਖੋ ਉਹਦੇ ਉੱਪਰ ਧਿਆਨ ਰੱਖੋ ਉਹਦੇ ਚ ਸੁਧਾਰ ਕਰਨੇ ਜੋੜੇ ਦੀ ਜਿਹੜੀ ਗੱਲਾਂ ਤੁਸੀਂ ਰਜਿਸਟਰ ਕੀਤੀਆਂ ਨਾ ਜਿਹੜਾ ਤੁਹਾਨੂੰ ਕਿ ਠੀਕ ਨਹੀਂ ਲੱਗਾ ਉਸੇ ਠੀਕ ਕਰਨ ਲਈ ਬੜਾ ਵਿਚਾਰ ਕਰੀਏ ਇੱਕ ਮੌਲ ਕਾਇਮ ਕਰੋ ਤਾਂ ਜੇ ਉਸੇ ਆਪੂ ਗੱਲ ਲੱਗਾ ਜੇ ਉਹ ਕੁੱਥੇ ਗਲਤ ਕਰਾ ਕਰਦਾ ਹੈ ਜਿਸ ਲੈ ਮਾਤਾ ਪਿਤਾ ਬੱਚੇ ਦੇ ਕੰਨ ਹਮ ਉਮਰ ਬਣੀਆਂ ਕੇ ਜੋੜਦੇ ਨਾ ਤਾਂ ਕੋਈ ਮਸਲਾ ਨਹੀਂ ਹੁੰਦਾ ਜਿੰਨਾਂ ਬੱਚਾ ਕੋਈ ਨਵਾਂ ਗਾਣਾ ਸੁਣਾ ਕਰਦਾ ਹੈ ਕੋਈ ਨਵਾਂ ਸੰਗੀਤ ਸੁਣੀਏ ਨੰਦ ਲਿਆ ਕਰਦਾ ਤਾਂ ਤੁਸੀਂ ਵੀ ਉਹਦੇ ਕਰਨੇ ਉਸ ਨੰਦ ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੋ ਤੁਸੀਂ ਨਹੀਂ ਆਖੋ ਜੇ 30 ਬਰੇ ਪਹਿਲੇ ਸਾਡੇ ਜ਼ਮਾਨੇ ਚ ਤੇ ਉਹ ਗਾਣਾ ਹਾ ਅਸ ਉਹ ਚ ਲੱਗੇ ਨਹੀਂ ਇੰਆ ਨਹੀਂ ਕਰੋ ਉਹ ਗਾਣਾ ਜਿਹੜਾ ਉਸ ਦੀ ਪਸੰਦ ਹੈ ਤੁਸੀਂ ਉਹਦੇ ਕਰਨੇ ਜੁੜੋ ਨੰਦ ਲਾਓ ਨਾ ਇਹ ਸਮਝਣ ਦੀ ਕੋਸ਼ਿਸ਼ ਤੇ ਕਰੋ ਜੀ ਆਖਰ ਐਸਾ ਕੀ ਹੈ ਉਸ ਗਾਣੇ ਚ ਜੀ ਤੁੰਦਾ ਬੱਚਾ ਉਸੇ ਪਸੰਦ ਕਰਾ ਕਰਦਾ ਹੈ ਪਰ ਹੁੰਦਾ ਕੀ ਹੈ ਜਿ ਐਸੇ ਦਿਖਣੇ ਆ ਠੀਕ ਇਸੇ ਬਿਲ ਹੈ ਕਿਸ਼ ਮਾਤਾ ਪਿਤਾ ਇਹ ਆਖਣ ਲੱਗੀ ਪਉਂਦੇ ਨੇ ਜੇ ਇਹ ਕਿਹੜਾ ਬੇਕਾਰ ਗਾਣਾ ਸੁਣਾ ਕਰਦੇ ਹੋ ਅਸਲ ਸੰਗੀਤ ਤੇ ਸਾਡੇ ਜ਼ਮਾਨੇ ਚ ਹੁੰਦਾ ਹਾ ਹੁਣ ਤੇ ਜਿਹੜਾ ਬੰਦਾ ਹੈ ਉਹ ਛੜਾ ਸ਼ੋਰ ਸ਼ਰਾਬਾ ਹੁੰਦਾ ਹੁੰਦਾ ਕੀ ਹੈ ਜੇ ਬੱਚਾ ਆਈ ਹੈ ਤੁਸੀਂ ਕੀ ਕੋਈ ਗੱਲ ਦੱਸਦਾ ਹੈ ਉਹ ਦੱਸਦਾ ਹੈ ਜੇ ਅੱਜ ਸਕੂਲ ਚ ਅਸੀਂ ਇਹ ਕੀਤਾ ਤੇ ਕੁਤੈ ਤੁਸੀਂ ਆਪਣੀ ਕਹਾਣੀ ਲਈ ਇਤਨੀ ਪੇਜੰਦੇ ਹੋ ਜੇ ਭਾਈ ਇਹ ਤੇ ਇੰਨ੍ਹਾ ਗਾ ਕੀ ਹੈ ਕੀ ਨਵੀਂ ਚੀਜ਼ ਹੈ ਇਹ ਤੇ ਨੀਆ ਗਾ ਆਪਣੇ ਬੱਚੇ ਦੇ ਕਰਨਾ ਉਹਦੀ ਪੀੜ੍ਹੀ ਦੇ ਗੱਲਣੇ ਚ ਉਨੀ ਕਿ ਦਿਲਚਸਪੀ ਦਸਿਓ ਤ ਤੁਸੀਂ ਉਹਦੇ ਨਾਲ ਚ ਸ਼ਾਮਲ ਹੋਗੇ ਤਾਂ ਤੁਸੀਂ ਦੇਖਿਓ ਕਿ ਜਨਰੇਸ਼ਨ ਗੈਪ ਕਿਆਂ ਖਤਮ ਹੋ ਜਾਂਦਾ ਹੈ ਤੇ ਸ਼ਾਇਦ ਜਿਹੜੀ ਗੱਲ ਤੁਸੀਂ ਆਖਣਾ ਚਾਹ ਕਰਦੇ ਹੋ ਉਹ ਉਹਦੀ ਸਮਝ ਵਿੱਚ ਵੀ ਆਈ ਜਾ ਤੇ ਇਸ ਕਰੀਏ ਜਨਰੇਸ਼ਨ ਗੈਪ ਕੀ ਕੱਟ ਕਰਨ ਲਈ ਬੱਚੇ ਤੇ ਵੱਡੇ ਦੀ ਇੱਕ ਦੂਜੀ ਸਮਝ ਲਓਬ ਖੁੱਲੇ ਮਣੇ ਕਨੇ ਗੱਪਸ਼ਪ ਕਰਨੀਓਬ ਖੁੱਲ੍ਹੀਏ ਗੱਲਾਂ ਕਰਨੀਆਂ ਹੋਣਗੀਆਂ समझना होग, सुनना होग, तो फिर तुसे बदलने की तैयारी भी रखनी होग। चलो असम इन्ना बढ़िया सुल मिले जरा मैं लम्मा जवाब दे दा पर खरा लग मबाद बेटा सर। नमस्ते सर। नमस्ते मैं दसवीं जमात च पढ़ने श्रेय राय है मैं सेंट्रल मिडिल स्कूल बैरकपुरा कोलकत्ता पढ़ना हाँ एग्जाम के समय दौरान सभन शा मत असेंगे जो परेशान करता है ਉਹ ਇਹ ਹੈ ਜੇ ਐਗਜ਼ਾਮ ਦੇ ਮਗਰਾ ਕੀ ਹੋਗ ਕੀ ਹੋਗ ਜੇਕਰ ਸਾਡਾ ਰਿਜ਼ਲਟ ਮਤਾ ਖਰਾ ਨਹੀਂ ਆਇਆ ਕੀ ਐਗਜ਼ਾਮ 'ਚ ناکامی ਸਾਰੀ ਜ਼ਿੰਦਗੀ 'ਚ ਵੀ ناکامی ਹੁੰਦੀ ਹੈ ਓ ਯਾਰ ਇੰਨ ਕੀ ਸੋਚਦੇ ਹੋ ਹਾਂ ਜੇਕਰ ਤੁਸੀਂ ਐਗਜ਼ਾਮ ਵਾਲੀ ਕਿਤਾਬ ਪੜ੍ਹਦੇ ਤਾਂ ਇਹਨੇ ਸਭਨੇ ਸਵਾਲਾਂ ਦੇ ਜਵਾਬ ਤੁਸੀਂ ਆਪੋ ਕੇ ਲੋਕਿੰਗ ਦੇ ਦਿੰਦੇ ਫਤੋ ਇਹਦਾ ਸਵਾਲ ਮਹੱਤਵਪੂਰਨ ਹੈ ਤੇ ਸ਼ਾਇਦ ਐਸੇ ਸਵਾਲ ਬਾਰ-ਬਾਰ ਉੱਠਦੇ ਵੀ ਆਣ ਤੇ ਬਾਰ-ਬਾਰ ਜਵਾਬ ਦੇਣੇ ਵੀ ਹੁੰਦੇ ਨੇ ਇੱਕ ਵਾਰੀ ਆਖ ਨੇ ਕਿ ਇਹ ਗੱਲ ਬਣਨੀ ਵਾਲੀ ਨਹੀਂ ਹੈ ਤੇ ਇਹ ਗੱਲ ਮੈਂ ਪੂਰੇ ਖੁੱਲੇ ਮਨ ਕਰਕੇ ਆਖਣਾ ਚਾਹਨਾ ਜੇ ਮੰਦੇ ਭਾਗੇ ਕਨੇ ਹੈ ਸਿੱਖਿਆ ਦੇ ਖੇਤਰ ਚ ਤੇ ਪਰਿਵਾਰਕ ਜੀਵਨ ਚ ਸੋਚਣੇ ਦਾ ਦਾਇਰਾ ਇੰਨਾ ਸੰਗੜੀ ਗੇਰਾ ਹੈ ਮਿਧਿਆਨ ਚ ਤੂੰ ਜਿਹੜੇ ਨੰਬਰ ਆਏ ਉਹ ਤੂੰ ਦੀ ਕਾਬਲੀਅਤ ਦਾ ਪੈਮਾਨਾ ਨਹੀਂ ਹੋ ਸਕਦੇ ਭਾਰਤ ਗਾ ਨਹੀਂ ਦੁਨੀਆ ਚ ਤੁਸੀਂ ਐਸੇ ਬੜੇ سارے ਕਾਮਯਾਬ ਲੋਕ ਕਿ ਦੇਖੇ ਜਿਹੜੇ ਕਲਾਸ ਚ ਨੰਬਰੇ ਚ ਭਾਵੇਂ ਖਰੇ ਨਹੀਂ ਆਏ ਪਰ ਅੱਜ ਉਹ ਆਪਣੇ ਖੇਤਰ ਚ ਸਭਨੇਸ਼ਾ ਅਵਲ ਇਹ ਮਿਧਿਆਨ ਛੜਾ ਇੱਕ ਪੜਾ ਹੈ ਇਸ ਸੁਪਨਾ ਧਿਆਨ ਚ ਨੰਬਰ ਕਟ ਆਉਣ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਜੇ ਤੁੰਦੇ ਜੀਵਨ ਚ ਬੜਾ ਵੱਡਾ ਨੁਕਸਾਨ ਹੋ ਹੀ ਗਿਆ ਹਾਂ ਭਵਿੱਖ ਚ ਤੁਸੀਂ ਕੀ ਜਿਹੜੀ ਇੱਕ ਚੀਜ਼ ਕਰਨਾ ਹੈ ਤੁਸੀਂ ਕੀ ਬਚੀਰ ਹੋਣਾ ਚਾਹੀਦਾ ਉਹਦੇ ਬਾਰੇ ਚ ਮੈਂ ਤੁਸੀਂ ਕੀ ਪੱਕ ਗਰ ਸਕ ਇੱਕ ਨਵੀਂ ਚਾਲੀ ਦੀ ਕੂਰੀਤੀ ਆਵਾ ਕਰਦੀ ਹੈ ਸਮਾਜ ਚ ਜਿਸ ਇਸ ਡੈਸਟੀਨੇਸ਼ਨ ਫੀਵਰ ਆਖੀ ਸਕਨੇ ਆ ਯਾਨੀ ਦੂਵੇ ਜੇਕਰ ਕੁਸੇਕਰ ਡੈਸਟੀਨੇਸ਼ਨ ਉਪਰਨ ਤਾਂ ਉਹਨੇ ਕੀ ਦੇਖੀ ਹੈ ਆਪਣੀ ਦਿਸ਼ਾ ਤੈਅ ਕਰਨਾ ਤੁੰਦਾ ਕੋਈ ਰਿਸ਼ਤੇਦਾਰ ਕੋਤੇ ਜਾਈਏ ਕਾਮਯਾਬ ਹੋਆ ਤੁਸੀ ਲੱਗਦਾ ਹੈ ਉੱਤੇ ਜੇ ਤੁਸੀਂ ਵੀ ਕਾਮਯਾਬ ਹੋ ਜਾਗੇ ਕੋਈ ناکਾਮ ਹੋਆ ਤਾਂ ਤੁਸੇਂ ਕਿ ਲੱਗਦਾ ਹੈ ਜੇ ਅਸ ਵੀ ਉਸੇ ਖੇਤਰ ਚ ਗਏ ਤਾਂ ناکਾਮ ਹੋ ਹੀ ਜਾਗੇ ਅਸੇਂ ਕਿ ਲੱਗਦਾ ਹੈ ਉਹ ਵਿਦਿਆਰਥੀ ਇਸ ਦਿਸ਼ਾ ਚ ਗਿਆ ਇਸ ਖੇਤਰ ਚ ਗਿਆ ਇਹ ਬਣਿਆ ਉਸ ਖੇਤਰ ਚ ਉਹਨੇ ਇਹ ਨਾ ਕਮਾਇਆ ਅਸ ਵੀ ਗਿਆ ਕਰਗੇ ਤਾਂ ਕਿ ਸਾਡਾ ਜੀਵਨ ਕਾਮਯਾਬ ਹੋ ਇਹ ਸੋਚ ਸਹੀ ਨਹੀਂ ਹੈ ਦੋਸਤੋ ਇਸੇ ਸੋਚ ਦਾ ਨਤੀਜਾ ਹੈ ਜੇ ਕਈ ਸਾਰੇ ਵਿਦਿਆਰਥੀ ਇੰਨੇ ਤਣਾਅ ਚ ਜੀਆ ਕਰਦੇ ਤੋ ਜੋ ਪੜਦੇ ਹੋ ਤਉਂਦੇ ਜੀਵਨ ਦੀ ਕਾਮਯਾਬੀ ਤੇ ਨਾਕਾਮੀ ਦਾ ਪੈਮਾਨਾ ਛੜਾ ਇਹ ਇੱਕ ਮਾਤਰ ਨਹੀਂ ਹੋ ਸਕਦਾ ਤੂੰਸ ਜੋ ਜੀਵਨ ਚ ਕਰਗੇ ਉਹ ਤੂੰਦੀ ਕਾਮਯਾਬੀ ਤੇ ਨਾਕਾਮੀ ਕੀ ਤੈ ਕਰੋ ਤੂਸ ਲੋਕਾਂ ਦੇ ਦਬਾਅ ਸਮਾਜ ਦੇ ਦਬਾਅ ਮਾਤਾ ਪਿਤਾ ਦੇ ਦਬਾਅ ਇਨ ਸਭਨੇ ਚ ਬਾਹਰ ਨਿਕਲੋ ਅਸੇਂ ਕੀ ਸਮਰਥ ਕੀ ਜਾਣਨੇ ਆਸਤੇ ਮੈਦਾਨ ਚ ਆਉਣਾ ਪਉਂਦਾ ਹੈ ਮੈਨ ਲੱਗਦਾ ਹੈ ਜੇ ਤੁਸੀਂ ਕੀ ਆਪਣਾ ਜਵਾਬ ਮਿਲ ਹੀ ਜਾਓ ਸਾਥੀਓ ਮੇਗੀ ਬੜਾ ਖਰਾ ਲਗਾ ਤੂੰਦੇ ਸਭਨੇ ਦੇ ਕੰਨੇ ਮੇਗੀ ਵਰਚੂਲੀ ਮਿਲਨੇ ਦਾ ਮੌਕਾ ਮਿਲਿਆ ਮੇ ਤੁਹਾਡਾ ਸੁਪਨੇ ਦਾ ਮਤਾ ਮਤਾ ਧੰਨਵਾਦ ਕਰਨਾ। ਵਾਕਈ ਮੇ ਬੜਾ ਨੰਦ ਆਇਆ। ਤੁੰਦੇ ਸੁਪਨੇ ਕਨੇ ਗੱਲਬਾਤ ਕਰਨਾ ਮੇਰੇ ਆਸਤੇ ਵੀ ਇੱਕ ਉਮੰਗ ਥਮਾ ਘਟ ਨਹੀਂ ਹੁੰਦਾ। ਨੰਦ ਥਮਾ ਘਟ ਨਹੀਂ ਹੁੰਦਾ। ਮੇਗ ਲੱਗਦਾ ਹੈ ਜੇ ਤੁਸੇ ਸੁਪਨੇ ਕੀ ਵੀ ਪੱਕ ਗਿਆ ਉਹਦੇ ਚਾ ਕਿਛ ਨਾ ਕਿਛ ਗੱਲਾਂ ਕਮ ਆਉਂਗਣ। ਜ਼ਰੂਰੀ ਨਹੀਂ ਹੈ ਜੇ ਮੈਂ ਜੋ ਆਖਿਆ ਹੈ ਉਹਦੇ ਪਰਕਰ ਟੁਰਨਾ ਚਾਹੀਦਾ। ਸੋਚੋ ਆਪਣੇ ਤਰੀਕੇ ਕਨੇ ਸੋਚੋ। ਸਾਥੀਓ ਅੱਜ ਮੈਂ ਤੁਸੇ ਕੀ ਇੱਕ ਵੱਡੇ ਮਹਤਿਆਰਾਸਤੇ ਤਿਆਰ ਕਰਨਾ ਚਾਹਨਾ। ਇਹ ਵੱਡਾ ਮਹਤਿਆਰ ਹੈ ਜਿਹਦੇ ਚ ਅਸੀਂ 100 ਫੀਸਦੀ ਨੰਬਰ ਲਈਏ ਪਾਸ ਹੋਣਾ ਹੈ ਇਹ ਹੈ ਆਪਣੇ ਭਾਰਤ ਦੀ ਆਤਮ ਨਿਰਭਰ ਬਣਾਣਾ ਇਹ ਹੈ ਵੋਕਲ ਫਾਰ ਲੋਕਲ ਦੀ ਜੀਵਨ ਮੰਤਰ ਬਣਾਣਾ ਮੇਰੀ ਇੱਕ ਗੁਜ਼ਾਰਿਸ਼ ਹੈ ਜਿਸ ਲੈ ਤੁੰਦੇ ਬੋਰਡ ਦੇ ਇਮਤਿਹਾਨ ਖਤਮ ਹੋ ਜਾਣ ਤਾਂ ਪਰਿਵਾਰ ਤੇ ਲੋਕਾਂ ਦੇ ਕੰਨੇ ਮਿਲিয়ে ਇੱਕ ਸੂਚੀ ਬਣਾਓ ਬੜਲੇ ਥਮਾ ਲਈਏ ਰਾਤੀ ਤੱਕ ਤੁਸੀਂ ਜਿਹੜੀ ਚੀਜ਼ ਦਾ ਇਸਤੇਮਾਲ ਕਰਾ ਕਰਦੇ ਹੋ ਉਹਦੇ ਚਾ ਕਿੰਨੀ ਚੀਜ਼ਾਂ ਵਿਦੇਸ਼ੀ ਧਰਤਾਂ ਪਰ ਬਣਦੀਆਂ ਨੇ ਤੇ ਕਿੰਨੀ ਚੀਜ਼ਾਂ ਚ ਭਾਰਤ ਮਾਤਾ ਦੀ ਮਿੱਟੀ ਦੀ ਖੁਸ਼ਬੂ ਹੈ ਕਿੰਨੀ ਚੀਜ਼ਾਂ ਕਿਸੇ ਦੇਸ਼ ਵਾਸੀ ਦੀ ਮਿਹਨਤ ਕਰਕੇ ਬਣਦੀਆਂ ਨੇ ਇਹਦੇ ਇਲਾਵਾ ਮਤਿਹਾਨ ਦੇ ਬਾਅਦ ਆਸਤਾ ਇੱਕ ਕੰਮ ਤੁਸੀਂ ਕੀ ਦੇਣਾ ਚਾਹਨਾ ਤੁਸੀਂ ਸਭ ਜਾਣਦੇ ਹੋ ਜੇ ਸਾਡਾ ਮੁਲਖ ਆਜ਼ਾਦੀ ਦੇ 75 ਬਰੇ ਦੇ ਉਪਲਖਸ਼ ਚ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਕਰਦਾ ਹੈ ਅਭ੍ਰਿਤ ਮੌਸਰਚ ਸਾਡੇ ਸੁਤੰਤਰਤਾ ਸੰਾਨੀਏ ਦੇ ਬਾਰੇ ਚ ਤੂੰ ਸਭੇ ਲੋਕ ਜਾਨੋ ਆਜ਼ਾਦੀ ਦੀ ਲੜਾਈ ਦੇ ਬਾਰੇ ਚ ਜਾਨੋ ਇਹਦੇ ਲਈ ਮੁਲਖ ਨੇ ਇੱਕ ਅਭਿਆਨ ਸ਼ੁਰੂ ਕੀਤਾ ਹੈ ਤੁਸੀਂ ਇਸ ਅਭਿਆਨ ਦੇ ਕਰਨੇ ਜੁੜਨਾ ਤੁਸ ਆਪਣੇ ਰਾਜੇ ਦੀ ਆਜ਼ਾਦੀ ਦੀ ਲੜਾਈ ਕਰਨੇ ਜੁੜੀ ਦੀ 75 ਕਟਨਾ ਟੂਪੀਆ ਕੱਢੋ ਇੱਕ ਉਸ ਹੈ ਵਿਅਕਤੀ ਦੇ ਸੰਘਰਸ਼ ਕਰਨੇ ਜੁੜੀ ਦੀਆਂ ਹੋ ਸਕਦੀਆਂ ਕੁਸਾ ਕ੍ਰਾਂਤੀ ਵੀਰ ਕਣੇ ਜੁੜੀ ਦੀਆਂ ਹੋ ਸਕਦੀਆਂ इन्हें घटनाएँ की मातृभाषा त लिखो ये अलावा हिन्दी अंग्रेजी से लिखी सको तरा हो इसी पूरे बरे दा प्रोजेक्ट बनाओ डिजिटल तरीके करने इसी कि अपने टीचर थमा भी मार्गदर्शन लो तीचर गल करो आपने माता पिता हल करो तीद कर पर चर्चा करो साथियों गुरुदेव रविंद्र नाथ टैगोर हो लिखा है ਮੈਂ ਸੁਖਣਾ ਦੇਖਿਆ ਜੇ ਜੀਵਨ ਅਨੰਦ ਹੈ ਮੈਂ ਜਾਗਿਆ ਤੇ ਮੈਂ ਸਮਝਿਆ ਜੇ ਜੀਵਨ ਸੇਵਾ ਹੈ ਮੈਂ ਸੇਵਾ ਕੀਤੀ ਤੇ ਸਮਝਿਆ ਜੇ ਸੇਵਾ ਚ ਹੀ ਅਨੰਦ ਹੈ ਤੁਸੀਂ ਆਪੂ ਵੀ ਦੇਖੋ ਜਿਸ ਲੈ ਸਾਡੀ ਇੱਛਿਆ ਸਾਡੇ ਲਖਸ ਮੁਲਕ ਦੀ ਸੇਵਾ ਕਰਨੇ ਜੁੜੀ ਜਾਂਦੇ ਨੇ ਤਾਂ ਅਸ ਕਰੋੜੇ ਜੀਵਨ ਕਨੇ ਜੁੜੀ ਜਾਂਦੇ ਆ ਇਸ ਕਰੀਏ ਵੱਡੇ ਸੁਖ ਨੇ ਰੱਖਣੇ ਨੇ ਮੁਲਕ ਹਾਸੇ ਸੋਚਣਾ ਹੈ ਮੇਗੀ ਪੂਰਾ ਜੀਕ ਨੇ ਤੂੰ ਉਸ ਇਹ ਇਮਤਿਹਾਨ ਬੜੇ ਖਰੇ ਨੰਬਰੇ ਕਨੇ ਪਾਸ ਕਰਗੇ ਉਦੇ ਪ੍ਰੰਤ ਜੀਵਨ ਚ ਬੜਾ ਅੱਗੇ ਜਾਗੇ ਇਸ ਕਰੀਏ ਬੜਾ ਪੜੋ ਬੜਾ ਖੇਡੋ ਬੜੀ ਮਸਤੀ ਕਰੋ ਰਿਜ਼ਲਟ ਦਾ ਪ੍ਰੰਤ ਮਿਗੀ ਆਪਣੇ ਸੰਦੇਸ਼ ਵੀ ਪੱਕ ਕੇ ਭੇਜਿਓ ਮਿਗੀ ਇੰਤਜ਼ਾਰ ਰੋ ਇਨੇ ਸ਼ੁਭ ਕਾਮਨਾਇ ਦੇ ਕੰਨਾਂ ਸਭਨੇ ਮੇਰੇ ਜੋਵਾ ਸਾਥੀਆਂ ਦਾ ਨੰਨੇ ਨੰਨੇ ਦੋਸਤਾਂ ਦਾ ਮਾਤਾ ਮਤਾ ਧੰਨਵਾਦ ਨੇਕਾ ਨੇਕਾ ਸ਼ੁਭ ਕਾਮਨਾ